ਪ੍ਰਾਈਮ ਪੋਡਕਾਸਟ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਸਿੰਘ ਕੁਟਪੂਰਾ ਅੱਜ ਦੇ ਮਹਿਮਾਨ ਰਹਿਣਗੇ ਸਾਡੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਹੋ ਜੀ ਓਕੇ ਵਾਹਿਗੁਰੂ ਦੀ ਕਿਰਪਾ ਜਦੋਂ ਜਦੋਂ ਸ਼ੁਰੂ ਹੀ ਹੋਤੋਂ ਕੀਤੀ ਹੈ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 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 ਤਾਂ ਫਿਰ ਤਾਂ ਠੀਕ ਹੋਵਾਂਗੇ ਹੋਰ ਮੈਂ ਵੇਖ ਲੈਣਾ ਜਦੋਂ ਮੈਂ ਨਾ ਕਈ ਵਾਰੀ ਕਾਲੀ ਲੀਡਰਾਂ ਨਾਲ ਬੈਠਾ ਹਾਂ ਜਾਂ ਕਿਸੇ ਅਮਰਤਾ ਸਿੰਘ ਨਾਲ ਬੈਠਾ ਹਾਂ ਫਿਰ ਮੈਂ ਫਤਿਹ ਬੁਲਾ ਦਿੰਦਾ ਚਲੋ ਵੈਸੇ ਹੀ ਮਰ ਜਾਏ ਹਾਂ ਇਹ ਜਿਹ ਨਿਜੀ ਨਹੀਂ ਹੈ ਕਿਸੇ ਦੇ ਬਾਪ ਦੀ ਇਹਦਾ ਗੁਰੂ ਦੀ ਹੈ ਇਹਦਾ ਗੁਰੂ ਦੀ ਹੈ ਤੇ ਗੁਰੂ ਨੇ ਹਰ ਇੱਕ ਨੂੰ ਹੀ ਕਿਹਾ ਹੈ ਹਾਂ ਕਿ ਫਤੇ ਦਾ ਜਵਾਬ ਫਤੇ ਚ ਦੇਣਾ ਬਿਲਕੁਲ ਤੇ ਫਤੇ ਜੇ ਤੁਹਾਡੀ ਇੱਕ ਇਹ ਵੀ ਨਾਲ ਹੈ ਹਮ ਕਿ ਜੇ ਤੁਹਾਡੀ ਜ਼ੁਬਾਨ ਚ ਫਤੇ ਆ ਤੇ ਤੁਹਾਡੀ ਫਿਰ ਮਦਾਨ ਚ ਵੀ ਉਹ ਕਾਲਪੁਰਖ ਦੀ ਰਹਿਮ ਦੇ ਨਾਲ ਫਤੇ ਹੁੰਦੀ ਹੈ ਹਮ ਤੇ ਜ਼ਰੂਰੀ ਹੈ ਕਿ ਸਾਡੇ ਗੁਰੂ ਦਾ ਸੁਨੇਹਾ ਯਾਰ ਉਹ ਉਹਨਾਂ ਨੇ ਸਤਗੁਰਾਂ ਨੇ ਇਹ ਵੀ ਗੱਲ ਕਹੀ ਹੈ ਹਮ ਕਿ ਜੇਕਰ ਤੁਸੀਂ ਫਤੇ ਬਲਾ ਬੁਲਾ ਰਿਹਾ ਜਿਹੜਾ ਹਮ ਪਹਿਲਾਂ ਜਿਹੜਾ ਫਤੇ ਬੁਲਾ ਰਿਹਾ ਮੇਰਾ ਚਿਹਰਾ ਉਹਦੇ ਬੰਨੀ ਹੈ ਹਾਂ ਤੇ ਜਿਹੜਾ ਦੂਜੇ ਨੰਬਰ ਤੇ ਬੁਲਾ ਰਿਹਾ ਉਹਦੀ ਵੰਨੀ ਹੈਗਾ ਨਿਗਾ ਮੇਰੀ ਉਹਦੇ ਬੰਨੀ ਵੇਖਣ ਹੁਣ ਮੈਂ ਉਹਦੀ ਵੀ ਰਿਆ ਲੇਕਿਨ ਉਹਦੇ ਬੰਨੀ ਮੇਰੀ ਪਿੱਠ ਹੈ ਹਾਂ ਤੋ ਫਿਰ ਇਹਦਾ ਮਤਲਬ ਪਹਿਲ ਕਦਮੀ ਜੇ ਗੁਰੂ ਨੂੰ ਕੋਈ ਬੰਦਾ ਉਹਦੇ ਨੇੜੇ ਰੱਖਣਾ ਚਾਹੁੰਦਾ ਹੈ ਤੇ ਉਹਨੂੰ ਇਸ ਪੱਖ ਦੇ ਉਹ ਆਕੇ ਮਤਲਬ ਪਹਿਲ ਕਦਮੀ ਕਰਨੀ ਚਾਹੀਦੀ ਹੈ ਕਈ ਕਿਸਾਨ ਜਥੇਬੰਦੀਆਂ ਮਤਲਬ ਨਹੀਂ ਬੁਲਾਉਂਦੀਆਂ ਨਾ ਇਹ ਜਿਹੜੇ ਨੇ ਵੀ ਫਿਰ ਨਹੀਂ ਮੈਂ ਥੋਡੇ ਤੱਕ ਆਤਰਾ ਉਤੋਂ ਦੀ ਪਾਇਆ ਹੁੰਦਾ ਨਾ ਮੈਂ ਗਾਤਰਾ ਉਤੋਂ ਦੀ ਨਾਲੋਂ ਵੀ ਵੱਕਰੀ ਗੱਲ ਹੈ ਤਾਂ ਬੁਲਾਦੀ ਮੈਂ ਕਿ ਮੈਂ ਆਪਦੀ ਜ਼ਿੰਦਗੀ ਚ ਹਾਂਜੀ ਗਿਆਨੀ ਮੈਂ ਕਰੀ ਹਾਂਜੀ ਫਿਰ ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਘੱਟੋ ਘੱਟ 10-12 ਸਾਲ ਹੂੰ ਤੁਹਾਡੇ ਵਾਲੀ ਜਦੋਂ ਮੈਂ ਉਮਰ 'ਚ ਸੀਗਾ ਹੂੰ ਮੈਂ ਉਸ ਵੇਲੇ ਗੁਰੂ ਘਰ ਦੇ ਵਿੱਚ ਆਪਦੇ ਪਿੰਡ ਦੇ ਗੁਰੂ ਘਰ ਦੇ ਵਿੱਚ ਕਿਉਂਕਿ ਸਾਨੂੰ ਇੱਕ ਵਾਰੀ ਸਮਾਂ ਇਹ ਜਾਂ ਬਣ ਗਿਆ ਦਸਵੇਂ ਮਹਾਰਾਜ ਜੀ ਦਾ ਜਨਮ ਦਿਹਾੜਾ ਸੀਗਾ ਹੂੰ ਤੇ ਸਾਡਾ ਪਿੰਡ ਪਛੜਿਆ ਸੀ ਇਸ ਕਮਤੋ ਸਾਨੂੰ ਕੋਈ ਗ੍ਰੰਥੀ ਨਾ ਮਿਲੇ ਹੂੰ ਬੜੇ ਔਖੇ ਹੋਇਆ ਸੀ ਮਨ ਬਣਾ ਲਿਆ ਯੂਥ ਨੇ ਮੁੰਡਿਆਂ ਨੇ ਸਾਰਿਆਂ ਨੇ ਕਿ ਆਪਾਂ ਯਾਰ ਮਹਾਰਾਜ ਦਾ ਦਿਨ ਮਨਾਈਏ ਜੰਨ ਦਿਹਾੜਾ ਹੈ ਤੇ ਅਸੀਂ ਗ੍ਰੰਥੀ ਗ੍ਰੰਥੀ ਪਾਲ ਦੇ ਵਿਰੇ ਸਾਨੂੰ ਕੋਈ ਗ੍ਰੰਥੀ ਨਾ ਮਿਲਿਆ ਹੂੰ ਕੀ ਆਇਆ ਮੰਦੇ ਦੇਖੋ ਤੁਸੀਂ ਉਸ ਅਕਾਲ ਪੁਰਖ ਦੇ ਦਰਤੇ ਕੋਈ ਬੰਦਾ ਜਦੋਂ ਫਰਿਆਦ ਕਰਦਾ ਹੈ ਨਾ ਉਹ ਮੈਨੂੰ ਲੱਗਦਾ ਕਿ 100% ਉਹ ਸੁਣਦਾ ਯਾਰ ਬੰਦੇ ਦੀ ਹੂੰ ਅਸੀਂ ਸਾਨੂੰ ਗ੍ਰੰਥੀ ਕੋਈ ਨਾ ਮਿਲਿਆ ਸੀ ਵਿਚਾਰੇ ਜਿਹੜੇ ਹੋਰ ਨਾਲੇ ਛੱਡੇ ਸੀਗੇ ਨਾ ਲੋਕਾਂ ਨੂੰ ਐ ਲੱਗਾ ਵੀ ਇਹ ਤਾਂ ਵਧੀਆ ਪੱਠੀ ਨਹੀਂਗਾ ਇਹ ਬਜ਼ੁਰਗ ਹੈ ਦੀ ਦੀ ਸਪੀਡ ਨਹੀਂ ਠੀਕ ਹੂੰ ਉਹ ਸਾਰੇ ਅਸੀਂ ਲੈ ਕੇ ਆਂਦੇ ਇਕੱਠੇ ਕਰਕੇ ਤੇ ਅਸੀਂ ਮਹਾਰਾਜ ਦਾ ਓਟ ਆਸਰਾ ਲੈ ਕੇ ਸ਼ੁਰੂ ਕਰ ਲਿਆ ਤਾਂ ਸਾਡੇ ਮਨ ਦੇ ਵਿੱਚ ਇੱਕ ਗੱਲ ਆਈ ਅਸੀਂ ਉੱਥੇ ਗੁਰੂ ਮਹਾਰਾਜ ਦੀ ਹਾਜ਼ਰੀ ਚ ਖੜ ਕੇ ਇੱਕ ਬੇਨਤੀ ਕੀਤੀ ਹੂੰ ਕਿ ਸੱਚੇ ਬਾਦਸ਼ਾਹ ਆਉਂਦੇ ਸਾਲ ਨੂੰ ਸਾਨੂੰ ਆਹ ਤਕਲੀਫ ਨਾ ਆਵੇ ਸਾਨੂੰ ਇਸ ਕਾਬਲ ਕਰ ਲਈ ਕਿ ਅਸੀਂ ਤੇਰੀ ਸੇਵਾ ਆਪ ਕਰ ਸਕੀਏ ਅੱਛਾ ਤੁਸੀਂ ਯਕੀਨ ਕਰਿਓ ਇੱਕ ਸਾਲ ਦੇ ਵਿੱਚ ਮੇਰੇ ਪਿੰਡ ਦੇ ਪੰਜੇ ਮੁੰਡੇ ਗ੍ਰੰਥੀ ਮੇਰੇ ਪਿੰਡ ਦੇ ਪੈਦਾ ਹੋ ਗਏ ਜਿਹੜੇ ਅਸੀਂ ਅਖੰਡ ਪਾਠ ਦੀ ਸੇਵਾ ਕਰਦੇ ਸੀ ਤੇ ਉਹ ਕੀਤੀ ਬਹੁਤ ਚਿਰ ਕੀਤੀ ਫਿਰ ਇੱਕ ਸ਼ੌਂਕ ਜਾਗ ਪਿਆ ਮਨ ਨੂੰ ਮੇਰਾ ਖਿਆਲ 12-15 ਸਾਲ ਅਸੀਂ ਸੇਵਾ ਕੀਤੀ ਤੇ ਉਹ ਹਾਂ ਛੋਟੇ ਹੁੰਦੇ ਆ ਔਰ ਉਸ ਟਾਈਮ ਤੇ ਸੇਵਾ ਕੀਤੀ ਹੈ ਜਦੋਂ ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਦੋਂ ਮੇਰੇ ਪਿੰਡ ਦੇ ਵਿੱਚ ਸੰਗਰਾਂਦ ਦਾ ਦਿਹਾੜਾ ਮਨਾਉਂਦੇ 12 15 ਰੁਪਏ ਸਿਰਫ 12 15 ਰੁਪਏ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਮੱਥਾ ਟਿਕਦੇ ਸੀ ਔਰ ਉਸ ਵੇਲੇ ਅਸੀਂ ਉਹ ਸੇਵਾ ਕੀਤੀ ਤੇ ਉਹ 12 12 15 ਸੰਗਰਾਣ ਤੇ ਹੁੰਦੇ ਆ ਇਹੋ ਜੇ ਮਤਲਬ ਸਹਿਜ ਪਾਠ ਪ੍ਰਕਾਰ ਪ੍ਰਕਾਸ਼ ਕਰਵਾ ਕੇ ਘਰਾਂ ਦੇ ਵਿੱਚ ਇੱਕ ਸਾਡੀ ਸੀਗੀ ਜਿਹੜੀ ਮਰਯਾਦਾ ਉਹਦੇ ਵੱਲ ਅਸੀਂ ਜ਼ਰੂਰ ਧਿਆਨ ਰੱਖਦੇ ਸੀ ਵੀ ਇੰਨਾ ਕੁ ਤਾਂ ਜ਼ਰੂਰ ਧਿਆਨ ਰੱਖੋ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਦੇ ਵੀ ਉਹਨਾਂ ਨੂੰ ਜਦੋਂ ਭੋਗ ਲਵਾਇਆ ਉਹਨਾਂ ਜਮਾਨਿਆਂ ਜਦੋਂ ਦੀ ਮੈਂ ਗੱਲ ਕਰਦਾ ਉਦੋਂ ਲੋਕ ਇਹ ਕਰ ਦਿੰਦੇ ਸੀ ਇਹ ਤੁਸੀਂ ਲਗਭਗ ਮੰਨ ਲਓ ਅੱਜ 40 ਸਾਲ ਪਹਿਲਾਂ ਹਾਂ 35-40 ਸਾਲ ਪਹਿਲਾਂ 35-40 ਉਸ ਵੇਲੇ ਨਾ ਮਹਾਰਾਜ ਨੂੰ ਦੇਗ ਵੀ ਜਿਹੜੀ ਸੀਗੀ ਲੋਕਾਂ ਦੀ ਇੱਕ ਇੱਕ ਸੁਭਾਜਾ ਬਣ ਗਿਆ ਕਿ ਯਾਰ ਦਸੌਰੀ ਘੋਦੀ ਵੀ ਬਣਾ ਦੇ ਤੱਕ ਕੋਈ ਦਿੱਕਤ ਨਹੀਂ ਇਹ ਬਣਦੀ ਰਹੀ ਹੈ ਔਰ ਅਸੀਂ ਸਭ ਤੋਂ ਪਹਿਲਾਂ ਆਦੇ ਪਿੰਡ 'ਚ ਇਹ ਕੀਤਾ ਸੀਗਾ ਵੀ ਅਸੀਂ ਜਿਹਨੇ ਸਾਥੋਂ ਪਾਠ ਕਰਾਉਣਾ ਹੂੰ ਅਸੀਂ ਦੇਸੀ ਘੋਦੀ ਦੇ ਕਰਾਂਗੇ ਅਸੀਂ ਦੂਜੀ ਦੇਖ ਨਹੀਂ ਅੱਛਾ ਤੁਸੀਂ ਸੁਸਾਇਟੀ ਬਣਾਈ ਹੋਈ ਸੀ ਮੁੰਡਿਆਂ ਨੇ ਹੈਂ ਰਲ ਕੇ ਮੁੰਡਿਆਂ ਨੇ ਇੱਕ ਮਤਲਬ ਸੀਗੇ ਪੰਜ 7 10 ਮੁੰਡੇ ਅੱਛਾ ਜਿਹੜੇ ਅਸੀਂ ਮੇਰਾ ਕਹਿਣ ਤੋਂ ਬਾਅਦ ਵੀ ਉਹ ਕਰਿਆ ਹੂੰ ਔਰ ਉਦੋਂ ਤੋਂ ਗੁਰੂ ਦੇ ਨਾਲ ਉਹਦੀ ਰਹਿਮਤ ਹੋਈ ਉਹਦੇ ਉਹਦੀ ਲਗਾ ਬਣਿਆ ਹੂੰ ਔਰ ਉਹ ਲਗਾ ਦੇ ਨਾਲ ਹੌਲੀ 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 ਸਮੇਂ ਦੇ ਮੁਤਾਬਕ ਤੁਸੀਂ ਅੰਦਾਜ਼ਾ ਲਾਓ ਕਿ ਮੈਂ ਅੱਜ ਤੱਕ ਉਹਦੋਂ ਸ਼ੁਰੂ ਚ ਕਿਤੇ ਇੱਕ ਵਾਰੀ ਛੋਟਾ ਹੁੰਦਿਆਂ ਹੂੰ ਮੈਂ ਆਪਦੀ ਦਾੜੀ ਕਟਾ ਬੈਠਾ ਅੱਛਾ ਛੋਟੇ ਜਾਂ ਹੁੰਦਿਆਂ ਹੂੰ ਹਾਂ ਕਾਲੀ ਦੇ ਵਿੱਚ ਪੜਦਾ ਸੀ ਪਹਿਲੀ ਪਹਿਲੀ ਵਾਰੀ ਮਾੜੀ ਮਾੜੀ ਦਾੜੀ ਆਈ ਤੇ ਪਟਿਆਲੇ ਆ ਸਾਡਾ ਲੱਗਦਾ ਹੁੰਦੀ ਸੀਗੀ ਕੋਰਸਪੋਂਡੈਂਸ ਕੋਰਸ ਦੀਆਂ ਕਲਾਸਾਂ ਯੂਨੀਵਰਸਿਟੀ ਹਾਂ ਮੈਂ ਉੱਥੋਂ ਕਲਾਸ ਲਾ ਕੇ ਗਿਆ ਤੇ ਮੈਨੂੰ ਵੀ ਮਤਲਬ ਮੁੰਡਿਆਂ ਵਾਲੀ ਗੱਲ ਦੇ ਵਿੱਚ ਮੈਂ ਵੀ ਦਾੜੀ ਖਟਾਤੀ ਦਾੜੀ ਨੂੰ ਮਤਲਬ ਛੇੜ ਛਾੜ ਕਰਾ ਲਈ ਹੂੰ ਰਸਤੇ ਦੇ ਵਿੱਚ ਜਾਂਦਿਆਂ ਮੇਰਾ ਨਾਨਕਾ ਪਿੰਡ ਆਉਂਦਾ ਸੀਗਾ ਤੇ ਮੇਰੀ ਮੇਰਾ ਸੀਗਾ ਮੈਂ ਕਿਵੇਲੇ ਗਿਆ ਤੇ ਮੈਂ ਉੱਥੇ ਉਤਰ ਜਾਣਾ ਤੇ ਮੈਂ ਆਪਣੇ ਨਾਨਕੇ ਚਲੇ ਜਾਣਾ ਜਦੋਂ ਮੈਂ ਗਿਆ ਤੇ ਮੇਰੇ ਨਾਨਾ ਜੀ ਥੋੜੇ ਜੇ ਇਸ ਇਸ ਖਿਆਲ ਦੇ ਸੀਗੇ ਕਿ ਵੀ ਗੁਰਸਿੱਖ ਬਣ ਕੇ ਰੋ ਹੂੰ ਗੁਰੂ ਦੇ ਨੇੜੇ ਰੋ ਜਦੋਂ ਮੈਂ ਨੇ ਮੇਰਾ ਉਹਨਾਂ ਨੇ ਚਿਹਰਾ ਵੇਖਿਆ ਦਾੜੀ ਵੀ ਪਹਿਲੇ ਦਿਨ ਹੀ ਆਈ ਹੈ ਮਾੜੀ ਮਾੜੀ ਆਈ ਹੈ ਤੇ ਦਾੜੀ ਕਟਾਈ ਫਿਰਦਾ ਹੈ ਉਹ ਮੇਰਾ ਨਾਨਾ ਮੇਰੇ ਨਾਲ ਨਾਰਾਜ਼ ਹੋ ਗਿਆ ਹੂੰ ਨਾ ਮੈਂ ਬਲਾਵਾ ਨਾਨੇ ਦਾ ਮੇਰੇ ਦਾ ਮੂੰਹ ਉਧਰ ਨੂੰ ਹੋ ਜਾਈ ਮੈਂ ਉਧਰ ਨੂੰ ਪਾਸੇ ਹੋ ਕੇ ਬਲਾਉ ਨਾਨਾ ਉਧਰ ਨੂੰ ਮੂੰਹ ਕਰ ਲਿਆ ਹੂੰ ਮੈਂ ਗਿਆ ਮੇਰੀ ਮੰਮੀ ਮਤਲਬ ਮਮੀ ਨਹੀਂ ਮਮੀ ਨਹੀਂ ਸੀ ਸਮਝ ਲੋ ਮਾਂ ਸੀ ਮੇਰੀ ਉਹ ਜੀ ਉਹ ਮੈਨੂੰ ਮਾ ਜਾਣਦਾ ਸਰ ਜਦੋਂ ਮੈਂ ਚੁੱਲ੍ਹੇ ਤੇ ਗਿਆ ਹੂੰ ਉਹ ਮਨੁਕੰਦੀ ਕੰਦੀ ਕੋਲਿਆ ਤੈਨੂੰ ਪਤਾ ਲੱਗਿਆ ਵੀ ਬਾਪੂ ਕਿਉਂ ਦੇਰੀ ਨੇ ਤੈਨੂੰ ਬੁਲਾਉਂਦਾ ਨਹੀਂ ਹੂੰ ਮੈਂ ਕਿਹਾ ਮਾਮੀ ਮੈਨੂੰ ਨਹੀਂ ਪਤਾ ਲੱਗਿਆ ਹੂੰ ਉਹ ਕਹਿੰਦੀ ਤੂੰ ਆਪ ਦੇ ਆਪ ਨੂੰ ਵੇਖ ਸ਼ੀਸ਼ੇ 'ਚ ਖੜਕੇ ਹੂੰ ਤੂੰ ਆ ਕਰੀ ਕੀ ਫਿਰਦਾ ਹੂੰ ਅੱਛਾ ਮੈਂ ਕਿਹਾ ਇਸ ਗੱਲ ਤੋਂ ਨਾਨਾ ਨਰਾਜ ਆਏ ਫਿਰ ਮੈਂ ਗਿਆ ਨਾਨੇ ਦੇ ਕੋਲੇ ਮਾਫੀ ਮੰਗੀ ਵੀ ਬਾਪੂ ਅੱਜ ਤੋਂ ਬਾਅਦ ਤੇਰੇ ਨਾਲ ਪਰਨਾ ਮੇਰਾ ਮਦਾੜੀ ਨਹੀਂ ਘਟਾਉਂਗਾ ਹੂੰ ਉਹਨਾਂ ਨਵਾਤੀ ਵਾਹਿਗੁਰੂ ਨੇ ਨਿਭਾਤੀ ਹਮਮ ਔਰ ਉਹਨੇ ਫਿਰ ਮਿੰਤਲ ਮਿੰਮਾ ਦੀ ਹੱਕ ਤੇ ਪਾ ਕੇ ਹਮ ਉਹ ਰੋਇਆ ਹਮ ਵੀ ਪੁੱਤ ਮੈਂ ਤੇਰੇ ਮੂੰਹ ਤੇ ਦਾੜੀ ਦੇ ਆ ਵਾਲ ਕੱਟੇ ਨਹੀਂ ਸੀ ਵੇਖਣੇ ਚਾਹੁੰਦਾ ਹਮ ਤਾਂ ਫਿਰ ਉਸ ਤੋਂ ਬਾਅਦ ਇਹ ਮੈਨੂੰ ਲੱਗੀ ਯਾਰਾ ਹਮ ਵੀ ਸਾਡਾ ਬਾਪ ਹੈ ਸਾਡਾ ਨਾਨਾ ਹੈ ਜਿਹਨੇ ਜਿਹਦੇ ਚੋਂ ਅਸੀਂ ਜਨਮ ਲਿਆ ਹੈ ਹਮ ਤੇ ਉਹ ਉਹ ਚਾਹੁੰਦਾ ਵੀ ਤੇਰੇ ਮੂੰਹ ਤੇ ਦਾੜੀ ਚਾਹੀਦੀ ਹੈ ਤਾਂ ਫਿਰ ਦਾੜੀ ਕੱਟਣੀ ਕਿਉਂ ਉਸ ਤੋਂ ਬਾਅਦ ਮੈਂ ਆਪਦੇ ਸਰੀਰ ਤੋਂ ਕਿਸੇ ਵੀ ਰੋਮ ਨੂੰ ਕੈਂਚੀ ਤੱਕ ਨਹੀਂ ਲਾਈ ਪਛਣਾ ਤੇ ਬਹੁਤ ਦੂਰ ਦੀ ਗੱਲ ਹੈ ਅੱਜ ਯਾਦ ਆਉਂਦੇ ਨਾਨਾ ਜੀ ਹਾਂ ਸੁਭਾਵਕ ਹੈ ਜਿੱਦੋਂ ਜਿਨ੍ਹਾਂ ਨੇ ਇੱਕ ਜ਼ਿੰਦਗੀ ਦਿੱਤੀ ਆ ਮੈਂ ਇਹ ਸਮਝੂਗਾ ਕਿ ਮੈਨੂੰ ਗੁਰੂ ਦੇ ਨੇੜੇ ਲੈ ਕੇ ਗਿਆ ਹੈ ਮੇਰਾ ਨਾਨਾ ਹੌਲੀ ਹੌਲੀ ਦਾੜੀ ਰੱਖ ਲਈ ਦਾੜੀ ਰੱਖਣ ਤੋਂ ਬਾਅਦ ਮੈਂ ਬਾਣੀ ਪੜਨ ਵਾਲੇ ਪਾਸੇ ਤਾਂ ਫਿਰ ਉਸੇ ਨੇ ਤੁਰਿਆ ਨਾ ਮੈਂ ਬਾਣੀ ਪੜਨ ਵਾਲੇ ਪਾਸੇ ਤੁਰਿਆ ਬਾਣੀ ਪੜਨ ਵਾਲੇ ਪਾਸੇ ਤੁਰਦਾ ਤੁਰਦਾ ਹੌਲੀ ਹੌਲੀ ਫਿਰ ਮੈਨੂੰ ਅਮਰਤ ਦੀ ਦਾਤ ਵੀ ਉਹਨਾਂ ਦੀ ਮਤਲਬ ਬਦੌਲਤ ਹੀ ਕਿਉਂਕਿ ਜਦੋਂ ਮੈਂ ਇੱਥੋਂ ਤੱਕ ਤਾਂ ਪਹੁੰਚ ਗਿਆ ਸੀ ਕਿ ਮੈਂ ਰਹਿਤ ਰੱਖ ਲਈ ਮੀਟ ਸ਼ਰਾਬ ਮੈਂ ਆਪਦੀ ਜ਼ਿੰਦਗੀ ਚ ਕਦੇ ਇਸਤੇਮਾਲ ਨਹੀਂ ਕੀਤਾ ਬਾਣੀ ਮੈਂ ਪੜਦਾ ਸੀ ਤਾਂ ਫਿਰ ਕਿਉਂ ਮਤਲਬ ਮਨ ਚਾਈ ਗੱਲ ਵੀ ਹੁਣ ਇਹਦੇ ਤੋਂ ਪਿੱਛੇ ਕਿਉਂ ਬੈਠੇ ਆਪਾਂ ਸਾਨੂੰ ਅੰਮ੍ਰਿਤ ਵੀ ਪਾਨ ਕਰ ਲੈਣਾ ਚਾਹੀਦਾ ਉਹ ਉਹ ਫਿਰ ਅਸੀਂ ਅੰਮ੍ਰਿਤ ਪਾਨ ਮਤਲਬ ਕੀਤਾ ਯਾਨੀ ਆ ਜੋ ਕੁਝ ਹਾਂ ਹਾਂ ਜੋ ਕੁਝ ਮੇਰੇ ਕੋਲ ਹੈ ਇਹ ਮੇਰੇ ਮਤਲਬ ਨਾਨੇ ਦੀ ਬਦੌਲਤ ਹੈ ਜੀ ਮੈਂ ਵੀ ਖਰੇ ਤੁਹਾਡੀਆਂ ਅੱਖਾਂ ਭਰਿਆ ਹੈ ਹਨਾ ਉਹਨਾਂ ਨੂੰ ਯਾਦ ਕਰਦਿਆਂ ਤੇ ਦਾਦਕੇ ਪਰਿਵਾਰ ਚ ਪਹਿਲਾਂ ਸੀਗਾ ਕਿਸੇ ਦਾ ਅੰਮ੍ਰਿਤ ਛਕਿਆ ਵੀ ਨਹੀਂ ਸਾਡੇ ਦਾਦਕੇ ਪਰਿਵਾਰ ਦੇ ਵਿੱਚ ਕਿਸੇ ਦਾ ਵੀ ਅਮਰਤ ਨਹੀਂ ਸੀ ਛਕਿਆ ਅੱਛਾ ਤੁਸੀਂ ਪਹਿਲੇ ਹੋ ਮੈਂ ਤਕਰੀਬਨ 67ੰਗੇ ਮਤਲਬ ਨਾਨਕਿਆ ਕਰਕੇ ਨਾਨਕਿਆ ਕਰਕੇ ਹੋਈ ਹੈ ਤਾਂ ਹੌਲੀ ਹੌਲੀ ਅਸੀਂ ਸਾਡੇ ਤੇ ਵੀ ਬੜੀ ਕਿਰਪਾ ਹੋਈ ਅਸੀਂ ਮੈਂ ਤੇ ਮੇਰੀ ਵਾਈਫ ਨੇ ਅਸੀਂ ਦੋਹਾਂ ਨੇ ਸਭ ਤੋਂ ਪਹਿਲਾਂ ਸਾਡੇ ਪਰਿਵਾਰ ਚ ਅਮਰਤ ਛਕਿਆ ਹੂੰ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਨੇ ਵੀ ਛਕ ਲਿਆ ਹੂੰ ਨਾਲ ਉਹਦੇ ਨਾਲ ਸੱਚ ਉਹਦੇ ਨਾਲ ਇੱਕ ਛੋਟੀ ਜੀ ਬੱਚੀ ਸੀ ਮੇਰੀ ਭਤੀਜੀ ਅੱਛਾ ਜੀ ਜਦੋਂ ਉਹਨੇ ਮੇਰੇ ਨਾਲ ਅਮਰਤ ਛਕ ਲਿਆ ਹੂੰ ਕਿਉਂਕਿ ਉਹ ਬਹੁਤ ਜ਼ਿਆਦਾ ਲਗਾਸੀ ਉਹਦਾ ਮੇਰੇ ਨਾਲ ਹਾਂਜੀ ਉਹਦਾ ਤਾਂ ਐ ਸੀਗੀ ਛੋਟੀ ਹੁੰਦੀ ਦਾ ਉਹਨੇ ਸੋਨਾ ਪਹਿਣਾ ਉਹਨੇ ਵੀ ਉਦੋਂ ਮਤਲਬ ਮੇਰੇ ਨਾਲ ਹੀ ਪਹਿਣਾ ਹਮ ਆਪਦੇ ਮਾਂ ਨਾਲੋਂ ਆਪਦੇ ਪਿਓ ਨਾਲੋਂ ਵੱਧ ਮੋਹ ਮੇਰੇ ਮੇਰਾ ਕਰਦੀ ਸੀ ਹਾਂਜੀ ਜਦੋਂ ਅਸੀਂ ਦੋਨਾਂ ਜੀਆਂ ਨੇ ਅਮਰਤ ਛਕਿਆ ਹਮ ਉਦੋਂ ਉਹਨੇ ਵੀ ਫਿਰ ਜਿੱਦ ਕੀਤੀ ਵੀ ਮੈਂ ਵੀ ਅਮਰਤ ਛਕੂੰਗੀ ਹਮ ਅਸੀਂ ਉਹਨੂੰ ਵੀ ਅਮਰਤ ਛਕਾ ਲਿਆ ਹਮ ਜਦੋਂ ਅਸੀਂ ਉਹਨੂੰ ਅਮਰਤ ਛਕਾਇਆ ਤੇ ਸਾਨੂੰ ਲੋਕਾਂ ਨੇ ਬਹੁਤ ਕਿਹਾ ਵੀ ਆ ਤੁਸੀਂ ਬਹੁਤ ਮਾੜਾ ਕੀਤਾ ਕੁੜੀ ਨੂੰ ਅਮਰਤ ਨਹੀਂ ਛਕਾਉਣਾ ਸੀ ਹਮ ਕਿ ਵੀ ਇਹ ਕੀ ਗੱਲ ਹੈ ਕੁੜੀ ਨੂੰ ਅਮਰਤ ਕਿਉਂ ਨਹੀਂ ਛਕਾਉਣਾ ਸੀ ਹਮ ਉਹ ਕਹਿੰਦੇ ਮਤਲਬ ਕੱਲ ਨੂੰ ਸ਼ਾਦੀ ਕਰਨੀ ਆ ਪਤਾ ਨਹੀਂ ਅਮਰਤਾਰੀ ਮੁੰਡਾ ਮਿਲੇ ਕਿ ਨਾ ਮਿਲੇ ਹਾਂਜੀ ਪਰ ਵੇਖੋ ਜਿਹਦੀ ਕੋਈ ਭਾਵਨਾ ਹੈ ਉਹ ਪ੍ਰਭੂ ਨਾਲ ਤਾਰ ਜੁੜੀ ਹੈ ਉਹ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਨਹੀਂ ਛੱਡਦਾ ਉਹ ਵੀ ਪੂਰੀ ਕਰਦਾ ਜਦੋਂ ਅਸੀਂ ਲੜਕਾ ਪਾਲਣ ਨਿਕਲੇ ਸਾਨੂੰ ਅਮਰਤਾਰੀ ਲੜਕਾ ਮਿਲਿਆ ਬੜਾ ਸਿਆਣਾ ਮੁੰਡਾ ਮਿਲਿਆ ਔਰ ਉਹਨਾਂ ਦੀ ਜ਼ਿੰਦਗੀ ਦੋਨੋਂ ਜੀ ਅਮਰਤਾਰੀ ਨੇ ਤੇ ਬੜੀ ਖੂਬਸੂਰਤ ਜ਼ਿੰਦਗੀ ਜਿਉ ਰਹੇ ਆ ਬੱਚੇ ਉਹ ਤੇ ਉਸ ਤੋਂ ਬਾਅਦ ਸਾਡੇ ਫਾਦਰ ਸਾਹਿਬ ਨੇ ਵੀ ਅਮਰਤ ਛਕ ਲਿਆ ਉਸ ਤੋਂ ਬਾਅਦ ਮੇਰੀ ਅ ਵੱਡੇ ਭਾਈ ਨੂੰ ਅਸੀਂ ਬਹੁਤ ਜ਼ੋਰ ਲਾਉਂਦੇ ਰਹੀ ਤੋ ਵੀ ਛਕਲਾ ਯਾਰ ਉਹ ਦਾਰੂ ਦਰੂ ਪੀਂਦਾ ਸੀ ਹੂੰ ਤੋ ਜਦੋਂ ਤੁਸੀਂ ਵੀ ਕਦੇ ਨਹੀਂ ਮੈਂ ਕਦੇ ਵੀ ਨਹੀਂ ਮੈਂ ਮਤਲਬ ਮੈਂ ਮੈਨਾਂ ਇੰਨਾ ਕੀ ਹੋਗਾ ਵੀ ਜਦੋਂ ਮੈਂ ਬਹੁਤ ਛੋਟਾ ਸੀ ਹੂੰ ਤੇ ਕੋਈ ਰਿਸ਼ਤੇਦਾਰ ਆਉਣੇ ਨਾ ਕਰਨੇ ਤੇ ਵੱਡਾ ਭਾਈ ਦਾਰੂ ਪੀਂਦਾ ਸੀ ਹੂੰ ਉਦੋਂ ਰਿਸ਼ਤੇਦਾਰਾਂ ਨੇ ਇਕੱਠੇ ਹੋਏ ਪੰਜ ਚਾਰ ਬੈਠੇ ਆ ਧੱਕਾ ਕਰਕੇ ਨਹੀਂ ਫੜ 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 ਕਰਕੇ ਭਾਵੇਂ ਕਿਤੇ ਪਿਆਤੀ ਹੋਵੇ ਨਹੀਂ ਤਾਂ ਮੈਂ ਮਤਲਬ ਦਾਰੂ ਕੋਈ ਐ ਸ਼ੌਂਕ ਨਾਲ ਦਾਰੂ ਮੈਂ ਕਦੇ ਮੂੰਹ ਤੇ ਨਹੀਂ ਤਰੀ ਹੂੰ ਐਨ ਦੀ ਗੇ ਮੇਰੇ ਤੇ ਵਾਹਿਗੁਰੂ ਦੀ ਰਹਿਮਤ ਕੱਲੀ दारू ਨਹੀਂ ਮੈਂ ਕੋਈ ਨਸ਼ਾ ਨਹੀਂ ਵਰਤਿਆ ਕਦੇ ਇਕਰਾ ਅੱਜ ਤੱਕ ਮੈਂ ਆਪਦੇ ਫਾਦਰ ਸਾਹਿਬ ਦੇ ਨਾਲ ਬਹੁਤ ਵਾਰੀ ਖੇਤ ਚ ਵੀ ਕੰਮ ਕਰਨ ਗਿਆ ਮੇਰਾ ਮੇਰਾ ਕੰਮ ਕਰਨ ਦਾ ਐਕਸਪੀਰੀਅੰਸ ਹੈ ਜਾ ਰਿਹਾ ਹੈ ਹਾਂਜੀ ਕਿ ਜਦੋਂ ਮੈਂ ਟਰੈਕਟਰ ਜੋੜਦਾ ਸੀ ਨਾ ਮੈਨੂੰ ਇਹ ਸੀਗੀ ਗੱਲ ਕਿ ਜਾਂ ਤਾਂ ਤੇਲ ਮੁੱਕੇ ਤੇ ਜਾਂ ਖੇਤ ਮੁੱਕੇ ਦੋਵਾਂ ਚੋਂ ਇੱਕ ਕੰਮ ਹੋਵੇ ਕਿੰਨਾ ਵਾਂ ਸੀ ਤੁਹਾਡੇ ਕੋਲੇ ਮੇਰੇ ਕੋਲੇ ਸਾਡੇ ਕੋਲੇ 40 ਕਿੱਲੇ ਜ਼ਮੀਨ ਸੀਗੀ ਅੱਛਾ ਤਾਂ ਵੀ ਇਹ ਇਹ ਹੁੰਦੀ ਸੀ ਉਹ ਜਿਹੜੇ ਵੇਲੇ ਕਰਦੀ ਹਾਂ ਸਾਂਝੀ ਕਰਦੀ ਹਾਂ ਸਾਂਝੀ ਦੋਹਾਂ ਦੋਹਾਂ ਪਾਈਆਂ ਦੀ ਅੱਛਾ ਜੀ ਉਸ ਵੇਲੇ ਸਾਡਾ ਇਲਾਕਾ ਸੀ ਨਾ ਜਿਹੜਾ ਜਿੱਥੇ ਅਸੀਂ ਖੇਤੀ ਕਰਦੇ ਹਾਂ ਫਰੀਦਕੋਟ ਫਰੀਦਕੋਟ ਦਾ ਡੱਲੇ ਵਾਲਾ ਪਿੰਡ ਹਾਂ ਹਾਂ ਇੱਥੇ ਸੇਮ ਬੋਤ ਸੀ ਹਮ ਬੜਾ ਔਖਾ ਵਾਹਣ ਤਿਆਰ ਹੁੰਦਾ ਹੁੰਦਾ ਸੀ ਕੱਬਲ ਹੋ ਜਾਣਾ ਬੁਰਾ ਹਾਲ ਬੈਂਕੇ ਦੇੜੇ ਤੇ ਉਹਨਾਂ ਹਾਲਾਤਾਂ ਦੇ ਵਿੱਚ ਇਹ ਹੁੰਦੀ ਸੀ ਵੀ ਟਰੈਕਟਰ ਜੋੜ ਕੇ ਉੱਠ ਗਏ ਨਾ ਤਾਂ ਫੇਰ ਮਤਲਬ ਵਾਹਣ ਦਾ ਕੋਈ ਮੂੰਹ ਸਿਰ ਜਾ ਬਣਾ ਕੇ ਆਈਏ ਹਮ ਤੇ ਜੇ ਮੂਸਿਰ ਦਾ ਪਰ ਤਾਂ ਹੀ ਬੰਨਣਾ ਜੇ ਮਤਲਬ ਆਪ ਕੋ ਲਾਂਗੇ ਖੇਤ ਨਾਲ ਤੇ ਉਹ ਕਰਿਆ ਸੀ ਬੜਾ ਲਗਾਤਾਰ ਦੋ ਦੋ ਰਾਤਾਂ ਦੋ ਦੋ ਦਿਨ ਦੋ ਦੋ ਰਾਤਾਂ ਈਵਨ ਕਿ ਇੱਕ ਵਾਰੀ ਦਾ ਮੇਰੀ ਹਿਸਟਰੀ ਚ ਇਹੋ ਜਿਹੇ ਦਿਨ ਨੇ ਕਿ ਮੈਂ ਆਪਦੀ ਸਿਸਟਰ ਦਾ ਖੇਤ ਉਹਨਾਂ ਨੂੰ ਕਿਸੇ ਕਾਰਨ ਕਰਕੇ ਟਰੈਕਟਰ ਦੀ ਲੋੜ ਪੈ ਗਈ ਤੇ ਫਾਦਰ ਸਾਹਿਬ ਨੇ ਮੈਨੂੰ ਭੇਜਤਾ ਵੀ ਜਾ ਉਹਨਾਂ ਦਾ ਨਾਲ ਜਾ ਕੇ ਕੰਮ ਕਰਾ ਕੇ ਤੇ ਮੈਂ ਚਲਿਆ ਗਿਆ ਉਹਨਾਂ ਨਾਲ ਉਹਨਾਂ ਆਪਣਾ ਟਰੈਕਟਰ ਲੈ ਕੇ ਸਾਡੇ ਵਾਲਾ ਜੀ ਤਾਂ ਇੰਨਾ ਇੰਨਾ ਕੰਮ ਹੋਇਆ ਕੱਟੋ ਕੱਟ 6 ਦਿਨ ਐਜੇ ਨੰਗੇ ਸਾਡੇ ਨਾ ਮੈਂ ਦਿਨੇ ਸੁੱਤਾ ਤੇ ਨਾ ਮੈਂ ਰਾਤ ਨੂੰ ਸੁੱਤਾ ਹੂੰ ਦਿਨੇ ਵੀ ਟਰੈਕਟਰ ਤੇ ਰਾਤ ਨੂੰ ਵੀ ਟਰੈਕਟਰ ਤੇ ਦਿਨੇ ਵੀ ਟਰੈਕਟਰ ਤੇ ਰਾਤ ਨੂੰ ਵੀ ਟਰੈਕਟਰ ਤੇ ਔਰ ਇਹ ਇਹ ਇਹਨਾਂ ਕੁ ਵਾਇਗਰੂ ਦੀ ਕਿਰਪਾ ਨਾਲ ਮਦਦ ਸਰੀਰ ਤਕੜਾ ਸੀਗਾ ਮੈਨੂੰ ਕੋਈ ਪ੍ਰਵਾਹ ਨਹੀਂ ਸੀ ਕੰਮ ਕਰਨ ਦੀ ਤੇ ਮੈਂ ਕਰ ਲੈਂਦਾ ਸੀ ਕੰਮ ਨਹੀਂ ਮੈਂ ਮੈਨੂੰ ਹੁਣ ਵੀ ਲੱਗਦਾ ਜੇ ਮੈਂ ਹੁਣ ਵੀ ਕਿਤੇ ਬਦਲੇ ਇਹੋ ਜਿਹਾ ਕੰਮ ਕਰਨਾ ਪਵੇ ਨਾ ਮੈਨੂੰ ਆ ਪਿੱਛੇ ਜੇ ਕੀ ਹੋਇਆ ਇੱਕ ਵਾਰੀ ਮੇਰੇ ਨਾਲ ਇਹ ਐਸਾ ਇਨਸੀਡੈਂਟ ਮੇਰੇ ਨਾਲ ਵਾਪਰਿਆ ਹਾਂ ਅਸੀਂ ਬਾਰਿਸ਼ ਆ ਗਈ ਅੱਛਾ ਜੀ ਖਾਲੇ ਭਰ ਦਿੱਤੇ ਮਤਲਬ ਉੱਚੇ ਥਾਵ ਤੋਂ ਪਾਣੀ ਮਿੱਟੀ ਢਲ ਢਲ ਕੇ ਢਲ ਢਲ ਕੇ ਖਾਲੇ ਚ ਪੈ ਗਈ ਖਾਲਾ ਬਿਲਕੁਲ ਪੂਰਿਆ ਗਿਆ ਬੰਦ ਹੋ ਗਿਆ ਪੱਕਾ ਸੀ ਹਾਂ ਪੱਕਾ ਖਾਲਾ ਅੱਗੇ ਆ ਗਈ ਸਾਡੀ ਮਤਲਬ ਪਾਣੀ ਦੀ ਵਾਰੀ ਜਿਵੇਂ ਮੰਨ ਲਓ ਪਰਸੋਂ ਪਾਣੀ ਦੀ ਵਾਰੀ ਹੋਵੇ ਮੈਂ ਖੇਤ ਗਿਆ ਮੈਂ ਜਾ ਕੇ ਦੇਖਿਆ 150 ਕਰਮ ਖਾਲਾ ਬਿਲਕੁਲ ਬੰਦ ਕੀਤਾ ਪਿਆ ਤੇ ਇਧਰ ਮੈਂ ਆਰਗੇਨਾਈਜੇਸ਼ਨ ਚ ਵੀ ਜਥੇਬੰਦੀ ਚ ਕੰਮ ਕਰਦਾ ਸੀ ਔਰ ਜਿਵੇਂ ਇਧਰ ਵੀ ਬਹੁਤ ਸੀ ਤਾਂ ਮੇਰੇ ਮਨ ਚ ਆਈ ਯਾਰ ਗੱਲ ਵੀ ਬੰਦਾ ਲਾਈਏ ਤੇ ਇਹਨੂੰ ਖਾਲਾ ਘੜਾਈਏ ਨਹੀਂ ਤੇ ਪਰਸੋਂ ਵਾਰੀ ਖਰਾਬ ਹੋ ਜਾਊਗੀ ਮੈਂ ਬੰਦਾ ਲਾਤਾ ਉਹਨੂੰ ਮੈਂ ਕਿਹਾ ਮੈਂ ਕਿਹਾ ਯਾਰ ਉਹ ਕਾਲਾ ਬਣਾਉਣ ਗਿਆ ਨੇ ਕੀ ਕੀਤਾ ਤੱਕ ਕਿਥੋਂ ਕ ਕੱਢ ਲਿਆ ਸੋਚਿਆ ਵੀ ਯਾਰ ਇਹ ਤਾਂ ਬੜਾ ਕੰਮ ਹੈ ਤੱਕ ਗਾਉਂ ਜਾ ਕੇ ਕੱਢ ਲਿਆ ਫਿਰ ਮਨ ਚ ਆਇਆ ਕਿ ਅਖੀਰ ਕਿੰਦਾ ਵੀ ਮੈਨੂੰ ਤਾਂ ਬੁਖਾਰ ਹੋ ਗਿਆ ਮੈਂ ਤਾਂ ਘਰੇ ਚਲੇ ਗਿਆ ਮੈਂ ਆਇਆ ਮੈਂ ਆ ਕੇ ਵੇਖਿਆ ਵੀ ਕਿੰਨਾ ਕੰਮ ਕੀਤਾ ਵੇਖ ਕੇ ਤਾਂ ਮੈਂ ਚੈੱਕ ਕਰਾਂ ਜੇ ਮੈਂ ਖੇਤ ਗਿਆ ਤੇ ਖੇਤ ਕੋਈ ਕੰਮ ਨਾ ਕੀਤਾ ਹੋਣੀ ਹੁਣ ਅਗਲਾ ਦਿਨ ਆ ਗਿਆ ਉਹਦੋਂ ਅਗਲੇ ਦਿਨ ਸਵੇਰ ਵਾਰੀ ਹੈ ਹੂੰ ਰਾਤ ਨੂੰ ਸਵੇਰ 4 ਵਜੇ ਪਾਣੀ ਪੜਨਾ ਹੈ ਤਾਂ ਮੈਂ ਜਾ ਕੇ ਅੰਦਾਜ਼ਾ ਲਾਇਓ ਤੁਸੀਂ ਮੰਨੂਏ ਬਣਾ ਲਿਆ ਕਿ ਅੱਜ ਅਸੀਂ ਕੱਢਣਾ ਹੈ ਪਾਹੀ ਹੂੰ 150 ਕਰਮਖਾੜਾ ਮੈਂ ਸਵੇਰ ਤੋਂ ਲੱਗਿਆ ਸ਼ਾਮ ਤੱਕ ਐਸ ਉਮਰ ਦੇ ਵਿੱਚ ਬਾਹਲੇ ਪੁਰਾਣੀ ਚਿਰ ਦੀ ਗੱਲ ਨਹੀਂ ਮੈਂ ਕਰਦਾ ਇਹ ਕੋਈ ਮਤਲਬ 2 3 3 ਸਾਲ ਦਿਆ ਮੋਰਚੇ ਤੋਂ ਸਾਲ ਕਿ ਪਹਿਲਾਂ ਅੱਛਾ ਮੋਰਚੇ ਤੋਂ ਸਾਲ ਕਿ ਪਹਿਲਾਂ ਹੂੰ ਔਰ ਮੈਂ ਮਤਲਬ 150 ਕਰਮਖਾੜਾ ਹੂੰ ਸ਼ਾਮ ਪੈਂਦਾ ਪੈਂਦਾ ਸਵੇਰ ਤੋਂ ਸ਼ੁਰੂ ਦਾ ਸਵੇਰ ਤੋਂ ਕਰ ਲਿਆ 5 ਵਜੇ ਤੋਂ ਤੇ ਸ਼ਾਮ ਦੇ 5 ਵਜੇ ਤੋਂ ਪਹਿਲਾਂ ਪਹਿਲਾਂ ਸਾਰਾ ਖੜਾ ਕੱਢ ਲਿਆ ਨਿਆਣੇ ਜੁਣੇ ਅੱਖ ਨਹੀਂ ਲੱਗਦੇ ਨਿਆਣੇ ਤਾਂ ਆਖੇ ਲੱਗਦੇ ਆ ਫਿਰ ਨਿਆਣੇ ਆਪਣਾ ਹੀ ਲੱਗ ਕੇ ਉਹ ਫਲ ਉਹਦਾ ਵੀ ਫਰਕ ਆ ਹਾਂ ਉਹ ਸਵਾਲ ਕੀ ਹੈ ਨਿਆਣਿਆਂ ਦਾ ਜਿਹੜਾ ਕੰਮ ਹੈ ਨਾ ਉਹਨਾਂ ਦਾ ਸੀਗਾ ਸਪਰੇਅ ਕਰਨੀ ਹੈ ਅੱਛਾ ਹੋਰ ਕਰਨਾ ਹੈ ਹੂੰ ਇਧਰ ਲਾ ਕਰਨਾ ਹੈ ਉਧਰ ਲਾ ਕਰਨਾ ਹੈ ਹੂੰ ਉਧਰਲੇ ਕੰਮ ਤੇ ਲੱਗੇ ਸੀ ਤੇ ਉਹ ਮੇਰਾ ਇਧਰ ਲਾ ਫਿਰ ਮੈਂ ਕਹਿੰਦਾ ਇਹਨੂੰ ਇਹਨੂੰ ਛੁੱਟੀ ਮੈਂ ਲਾਉਣਾ ਹੈ ਤੁਹਾਡੇ ਤੋਂ ਨਹੀਂ ਖਾਲਾ ਨਹੀਂ ਤਾਂ ਆਪਣੀ ਵਾਰੀ ਖਰਾਬ ਹੋ ਜੂਗੀ ਫਿਰ ਤੁਸੀਂ ਜਥੇਬੰਦੀ ਸੱਦ ਲੈਣੀ ਸੀ ਜਲੇ ਜਲੇ ਵਾਲੇ ਸੱਦ ਲੈਂਦੇ ਸਾਰੇ ਇਕੱਠੇ ਹੋ ਕੇ ਨਹੀਂ ਨਹੀਂ ਇਸ ਥੱਲੋਂ ਵੀ ਦੇਖੋ ਜਥੇਬੰਦੀ ਦਾ ਵੀ ਬੜਾ ਪਿਆਰ ਮਿਲਿਆ ਹਾਂ ਮੋਰ ਤੇ ਪਿਆਰ ਮਿਲਦਾ ਹੈ। ਹੂੰ। ਕਈ ਵਾਰੀ ਸਾਡਾ ਐ ਹੋ ਜਾਂਦਾ ਹੈ। ਹੂੰ। ਜਿਵੇਂ ਮੰਨ ਲਓ ਮੈਂ ਕਿਸੇ ਪਾਸੇ ਹੋਰ ਰੁਲ ਜਾ। ਹੂੰ। ਹੁਣ ਤਾਂ ਚਲੋ ਬੱਚਾ ਸੰਭਾਲਦਾ ਕੰਮ। ਹੁਣ ਮੈਨੂੰ ਬਾਲਾ ਫਿਕਰ ਨਹੀਂ ਹੈ। ਜੀ ਜੀ। ਜਦੋਂ ਪਹਿਲਾਂ ਮੇਰੇ ਨਾਲੇ ਬਹੁਤ ਵਾਰੀ ਹੋ ਜਾਂਦਾ। ਹੂੰ। ਕਿਸੇ ਪਾਸੇ ਹੋਰ ਰੁਲ ਜੇ ਰਹਿਣਾ, ਕੰਮ ਉੱਤੇ ਦੇ ਉੱਤੇ ਆ ਚੜਨਾ। ਹੂੰ। ਤਾਂ ਉਦੋਂ ਮੇਰੇ ਨਾਲ ਮਤਲਬ ਮਦਦ ਕਰਾਉਣ ਵਾਲੇ ਮੁੰਡੇ ਬਹੁਤ ਸੀਗੇ। ਹੂੰ। ਜਿਵੇਂ ਗੋਲੇ ਵਾਲਾ ਪਿੰਡ ਹੈ। ਹਾਂਜੀ ਹਾਂਜੀ। ਗੋਲੇ ਵਾਲੇ ਪਿੰਡ ਤੋਂ ਚਾਰ-ਚਾਰ ਟਰੈਕਟਰ ਜਾਵਣ ਨੇ। ਵੀ ਆਪਾਂ ਅੱਜ ਅੱਜ ਮਤਲਬ ਝੋਨਾ ਵੜਨਾ ਹੈ, ਅੱਜ ਕਣ ਤੋ ਮੈਨੂੰ ਤਾਂ ਉਦੋਂ ਪਤਾ ਲੱਗਦਾ ਸੀ ਜਦੋਂ ਮਤਲਬ ਮੁੰਡੇ ਸਾਰਾ ਕੰਮ ਕਰਕੇ ਕੰਪਲੀਟ ਕਰਕੇ ਘਰੇ ਲਿਆਉਂਦੇ ਸੀ ਇਹ ਹੁੰਦਾ ਜਥੇਬੰਦੀ ਚ ਇੱਕ ਇੱਕ ਇਹ ਭਾਈਚਾਰਾ ਇੱਕ ਇਹ ਪਿਆਰ ਹੈ ਪਹਿਲਾਂ ਐ ਵੀ ਹੁੰਦਾ ਸੀ ਨਾ ਵੀ ਪਿੰਡਾਂ ਚ ਹਨਾ ਵੀ ਇੰਨਾ ਕਿ ਤਫਾਕ ਹੁੰਦਾ ਸੀ ਵੀ ਹਾਂ ਵੀ ਕਿਸੇ ਦੀ ਕਣਕ ਵੱਢਣੀ ਹੈ ਹਨਾ ਉਹ ਸਾਰੇ ਸਾਰੇ ਜਾ ਵੱਢਦੇ ਸੀ ਹਨਾ ਹਾਂਜੀ ਹਾਂਜੀ ਹੁਣ ਥੋੜਾ ਫਰਕ ਪੈ ਗਿਆ ਦੇਖੋ ਸੁਸਾਇਟੀ ਦੇ ਵਿੱਚ ਹੌ ਹੌ ਅਸਤਾ ਸਾਡੀ ਪੋਲਿਟਿਕਸ ਹੈ ਨਾ ਜਿਹੜੀ ਇਹਨੇ ਸਾਨੂੰ ਇੱਕ ਦੂਜੇ ਤੋਂ ਦੂਰ ਕਰਤਾ ਹੂੰ ਹਰ ਜਗ੍ਹਾ ਤੇ ਪੋਲਿਟਿਕਸ ਪਿੰਡਾਂ ਚ ਮਤਲਬ ਇੰਟਰਨਲ ਵੀ ਹੁੰਦੀ ਆ ਘਰਾਂ ਚ ਇੰਟਰਨਲ ਵੀ ਹੁੰਦੀ ਆ ਘਰਾਂ ਚ ਪਿੰਡਾਂ ਚ ਵੀ ਹੁੰਦੀ ਆ ਦੇਖੋ ਘਰਾਂ ਚ ਇੱਥੋਂ ਤੱਕਰ ਚਲੀ ਗਈ ਮੰਨ ਲਓ ਘਰ ਕੀ ਐ ਅਸੀਂ ਦੋ ਪਾਈਆਂ ਹਮ ਇੱਕ ਨੇ ਮੈਨੂੰ ਅਪਰੋਚ ਕਰ ਲਿਆ ਇੱਕ ਨੇ ਆ ਕੇ ਵੱਡੇ ਭਾਈ ਨੂੰ ਅਪਰੋਚ ਕਰ ਲਿਆ ਲੋੜ ਵੋਟਾਂ ਦੀ ਐ ਨਾ ਸਾਡੀ ਨਹੀਂ ਦੋਆਂ ਦੀ ਲੋੜ ਸਾਡੀਆਂ ਵੋਟਾਂ ਦੀ ਲੋੜ ਐ ਹਮ ਉਹਨੇ ਉਹਨੂੰ ਅਪਰੋਚ ਕਰ ਲਿਆ ਇਕ ਨੇ ਮੈਨੂੰ ਆਪੇ ਅੱਗੇ ਅਪਰੋਚ ਕਰ ਲਿਆ ਇਕ ਨੇ ਦੂਜੇ ਨੂੰ ਕਰ ਲਿਆ ਇਕ ਨਤੀਜੇ ਨੂੰ ਕਰ ਲਿਆ ਹਮ ਹੁਣ ਉਹਨਾਂ ਸਾਰਿਆਂ ਨੇ ਸਾਨੂੰ ਆਪਸ ਵਿੱਚ ਇੰਨਾ ਦੂਰ ਕਰਤਾ ਕਿ ਅਸੀਂ ਇੱਕ ਦੂਜੇ ਦੇ ਨਾਲ ਮਿਲ ਕੇ ਬੈਠਣ ਦੇ ਕਾਬਿਲ ਨਹੀਂ ਰਹੇ ਹਮ ਸਾਾਕੀ ਕਥਾ ਗੱਲ ਏ ਹਰ ਇਲੈਕਸ਼ਨ ਦੇ ਵਿੱਚ ਚਾਹੇ ਉਹ ਕੋਆਪਰੇਟਿਵ ਸੁਸਾਇਟੀਆਂ ਦਾ ਇਲੈਕਸ਼ਨ ਹੋਵੇ ਚਾਹੇ ਸਾਡੀਆਂ ਪੰਚਾਇਤਾਂ ਦਾ ਇਲੈਕਸ਼ਨ ਹੋਵੇ ਈਵਨ ਕਿ ਅਸੀਂ ਹੁਣ ਆਰਗੇਨਾਈਜੇਸ਼ਨ ਬਣਾ ਰਹੇ ਹਾਂ ਜਥੇਬੰਦੀਆਂ ਦੀਆਂ ਇਕਾਈਆਂ ਬਣਾ ਰਹੇ ਹਾਂ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਪੋਲਿਟਿਕਸ ਆ ਕੇ ਖੁੱਜ ਜਾਂਦੀ ਹੈ ਹਮ ਤੁਸੀਂ ਕਰਦੇ ਹੋ ਨੇ ਅਸੀਂ ਕੋਸ਼ਿਸ਼ ਹੁੰਦੀ ਹੈ ਸਾਡੀ ਆਪਣੀ ਜਥੇਬੰਦੀ ਦਾ ਦੇਖਿਆ ਤੋ ਤੁਹਾਨੂੰ ਮੇਰੇ ਬਾਰੇ ਸਾਡੇ ਬਾਰੇ ਪੂਰਾ ਇਸ ਚੀਜ਼ ਦਾ ਧਿਆਨ ਹੈ ਵੀ ਅਸੀਂ ਰਾਜਨੀਤੀ ਤੋਂ ਦੂਰ ਰਹਿ ਕੇ ਰਹ ਜੀ ਹਮ ਲੇਕਿਨ ਸਾਡੇ ਚ ਵੀ ਕਈ ਵਾਰੀ ਬੰਦਾ ਕੁਝ ਜਾਂਦਾ ਕੋਈ ਨਾ ਕੋਈ ਕੁਝ ਹੋ ਜਾਂਦਾ ਵਿੱਚ ਵੀ ਆ ਬੰਦਾ ਵੜੋ ਇੱਕ ਕਈ ਬੰਦੇ ਮਿਲ ਜਾਂਦੇ ਨੇ ਆਪ ਹਨਾ ਮਾਸਟਰਸ ਇਨ ਪੋਲੀਟੀਕਲ ਸਾਇੰਸ ਹਾਂ ਅਨੇ ਜਿਹੜੀ ਮਾਸਟਰਸ ਆ ਹੈ ਇਹ ਆਪਦਾ ਕੰਮ ਕਰਦੀ ਹੈ ਹਮ ਲੇ ਸਮਝ ਆ ਜਾਂਦੀ ਹੈ ਐਨੀ ਗੱਲ ਹੈ ਦੇਖੋ ਜਿਹੜੀ ਚੀਜ਼ ਪੜ੍ਹੀ ਹੈ ਨਾ ਹਮ ਉਹ ਕਿਤੇ ਨਾ ਕਿਤੇ ਜਦੋਂ ਧਿਆਨ ਲਾ ਕੇ ਦੇਖੋਗੇ ਸ਼ੀਸ਼ਾ ਜਿਹੜਾ ਜਿਹੜਾ ਤੁਹਾਨੂੰ ਚਲਾਉਣਾ ਜਿਹੜਾ ਔਜ਼ਾਰ ਚਲਾਉਣਾ ਆਉਂਦਾ ਹੈ ਉਹ ਆਪਦਾ ਕੰਮ ਤਾਂ ਕਰਦਾ ਹੈ ਪਰਖ ਤਾਂ ਆ ਜਾਂਦੀ ਹੈ ਲੇਕਿਨ ਕਈ ਵਾਰੀ ਇੰਨੀ ਪਰਖ ਤੋਂ ਥੋੜਾ ਬਹੁਤ ਆ ਕਈ ਕਾਰਨ ਅਗਲਾ ਵੀ ਤਾਂ ਜਿਹੜਾ ਆ ਰਿਹਾ ਹੈ ਉਹ ਵੀ ਤਾਂ ਪੂਰਾ ਪ੍ਰਿਪੇਅਰ ਹੋ ਕੇ ਆ ਰਿਹਾ ਨਾ ਇਹ ਮੈਨੂੰ ਮੇਰਾ ਪਤਾ ਨਾ ਲੱਗੇ ਹੁਣ ਬਹੁਤ ਸਾਰੇ ਬੰਦੇ ਪੋਲਿਟਿਕਸ ਵਾਲੇ ਬੰਦਿਆਂ ਨੇ ਆਰਗੇਨਾਈਜੇਸ਼ਨਾਂ ਦੇ ਵਿੱਚ ਫਿੱਟ ਕਰਤੇ ਤਾਂ ਕਿ ਆਰਗੇਨਾਈਜੇਸ਼ਨ ਨੂੰ ਆਪਦੇ ਸਮੇਂ ਦੇ ਮੁਤਾਬਕ ਅਸੀਂ ਠੀਕ ਠਾਕ ਨਾ ਵਰਤ ਸਕੀਏ ਤੁਸੀਂ ਆੜਤੀਆ ਵਰਗ ਸੀਗਾ ਨਾ ਇੱਕ ਵੀ ਪਿੱਛੇ ਰੋਲਾ ਪਿਆ ਵੱਡਾ ਰੋਲਾ ਪਿਆ ਵੀ ਆੜਤੀਏ ਜੀ ਕਿਸਾਨਾਂ ਨਾਲ ਠੱਗੀਆਂ ਮਾਰਦੇ ਆ ਸੀਬੀਏ ਇਹ ਕੋਈ ਕੱਲਾ ਇਹ ਨਹੀਂ ਕੱਲਾ ਰੋਲਾ ਪਿਆ ਹਕੀਕਤ ਵੀ ਸੀਗੀ ਇੱਥੋਂ ਤੱਕ ਹੋ ਗਿਆ ਕਿ ਆੜਤੀਆਂ ਨੇ ਪਿੰਡਾਂ ਦੇ ਵਿੱਚੋਂ ਆਪਦੇ ਅਸਰ ਰਸੂਕ ਵਾਲੇ ਬੰਦੇ ਜਿਹਦੇ ਬੰਦਿਆਂ 'ਚ ਫਿੱਟ ਕਰਤੇ ਤਾਂ ਵੀ ਜਦੋਂ ਕੱਲ ਨੂੰ ਮੇਰਾ ਕੋਈ ਰੋਲਾ ਪਏਗਾ ਉਦੋਂ ਮੇਰੇ ਬੰਦੇ ਹਾਂ ਮੇਰੇ ਬੰਦੇ ਨੂੰ ਸਾਹਮਣੇ ਆਲੇ ਹੋਣ ਤੇ ਇਹ ਹਰੇਕ ਥਾਂ ਦੇ ਹੁੰਦਾ ਇਹ ਇਹ ਚੀਜ਼ਾਂ ਯਾਨੀ ਜਿਹੜੀ ਤੁਸੀਂ ਗੱਲ ਚੱਲੀ ਗਈ ਸੀ ਆਪਸੀ ਭਾਈਚਾਰਾ ਜਿਹੜਾ ਸੀ ਨਾ ਸਾਡਾ ਆਪਸੀ ਪਿਆਰ ਸੀ ਜਿਹੜਾ ਉਹ ਇਹਨਾਂ ਚੀਜ਼ਾਂ ਨੇ ਤੋੜਿਆ ਹੁਣ ਉਹ ਟੁੱਟ ਗਿਆ ਕਾਫੀ ਟੁੱਟ ਗਿਆ ਅਸੀਂ ਹੁਣ ਤਾਂ ਮੈਨੂੰ ਐ ਲੱਗਦਾ ਜਿੰਨਾ ਪੋਲਿਟਿਕਸ ਦੇ ਬਰਾਬਰ ਹੀ ਅੱਜ ਇੱਕ ਵੱਡਾ ਰੋਲ ਸਾਡੇ ਆਪਸੀ ਭਾਈਚਾਰੇ ਨੂੰ ਤੋੜਨ ਦਾ ਮੀਡੀਆ ਦਾ ਹੋ ਗਿਆ ਮੋਬਾਈਲ ਦਾ ਹੋ ਗਿਆ ਅੱਛਾ ਇਹਦੇ ਤੇ ਹਰ ਇੱਕ ਬੰਦਾ ਪੱਤਰਕਾਰ ਹੈ ਇਹ ਨਹੀਂ ਕਿ ਤੁਸੀਂ ਪੱਤਰਕਾਰ ਦੀ ਲਾਈਨ ਲਾਈਨ 'ਚੋਂ ਤੁਸੀਂ ਕੱਲੇ ਪੱਤਰਕਾਰੋਂ ਜਿਹੜਾ ਮਰਜ਼ੀ ਮੋਬਾਈਲ ਚੱਕ ਕੇ ਪੱਤਰਕਾਰ ਹੈ ਜਿਨੇ ਮਰਜ਼ੀ ਕੋਈ ਸਵਾਲ ਕਰ ਦੇਣਾ ਹੁਣ ਇਹ ਦੇ ਨਾਲ ਜੁੜ ਕੇ ਮੈਨੂੰ ਮੈਂ ਜੋ ਮੈਂ ਨੋਟ ਕਰਦਾ ਬਈ ਪਿੰਡ ਦਾ ਗਰੁੱਪ ਬਣਾ ਕੇ ਛੱਡ ਦਿਓ ਉਹਦਾ ਤੁਸੀਂ ਧਿਆਨ ਨਾ ਰੱਖੋ ਪੰਜਾਂ ਦਿਨਾਂ ਦੇ ਵਿੱਚ ਛਿਤਰੂ ਛਿਟਰੀ ਹੋ ਜਾਣਗੇ ਗਰੁੱਪ 'ਚ ਗਰੁੱਪ 'ਚ ਜੀ ਹਾਂ ਗਰੁੱਪ 'ਚ ਛਿਤਰੂ ਛਿਟਰੀ ਹੋਏ ਫੇਰ ਉਹ ਮਤਲਬ ਭਾਰੀ ਰੂਪ ਚ ਆ ਜਾਂਦੀ ਹੈ ਗੱਲ ਹੂੰ ਨਿਕਰ ਕੇ ਹੋਰ ਵਾਰ ਆ ਗਈ ਨਾ ਯਾਨੀ ਜਿਹੜਾ ਇਹ ਮਾਮਲੇ ਆਉਂਦੇ ਆ ਤੁਹਾਡੇ ਕੋਲੇ ਇਹ ਇਹੋ ਜਿਹਾ ਭਾਈਚਾਰਾ ਬਹੁਤ ਵਾਰੀ ਆਉਂਦੇ ਆ ਫਲਾਨੇ ਨੇ ਮੈਨੂੰ ਐ ਕਹਤਾ ਜੀ ਫਲਾਨੇ ਨੇ ਐ ਕਹਤਾ ਬਹੁਤ ਵਾਰੀ ਇਹ ਗੱਲ ਹੁੰਦੀ ਹੈ ਹੂੰ ਤੋ ਉਹ ਹੋ ਜਾਂਦਾ ਉਹਨੂੰ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰੀਦੀ ਹੈ ਸਾਡੇ ਆਪਦੇ ਅਸੀਂ ਮਤਲਬ ਜਿਹੜੇ ਯੂਥ ਦੇ ਸਾਡੇ ਨੌਜਵਾਨ ਮੁੰਡੇ ਸੁਖ ਨਾਲ ਬਹੁਤ ਸਾਰੇ ਨਾਲ ਜੁੜੇ ਹੋਏ ਨੇ ਇਸ ਵੇਲੇ ਉਹ ਉਹ ਵੀ ਕਈ ਵਾਰੀ ਮਤਲਬ ਗਰੁੱਪ ਦੇ ਵਿੱਚ ਲੱਗ ਪੈਂਦੇ ਆ ਬੋਲਣ ਹਾਂ ਤਾਂ ਉਹਨਾਂ ਨੂੰ ਵੀ ਕਈ ਵਾਰੀ ਜਦੋਂ ਫਿਰ ਮਤਲਬ ਅਸੀਂ ਅਸੀਂ ਮੈਂ ਇਹਨਾਂ ਨੂੰ ਇਹ ਕਿਹਾ ਵਾ ਹੈ ਵੀ ਤੁਹਾਡਾ ਕੋਈ ਵੀ ਗਰੁੱਪ ਬਣਾਓ ਉਹਦੇ ਉਹਨੂੰ ਸਾਡੇ ਨੂੰ ਸਾਨੂੰ ਜ਼ਰੂਰ ਉਹਦੇ ਵਿੱਚ ਮਤਲਬ ਐਡ ਕਰਿਆ ਕਰੋ ਐਡ ਕਰੋ ਤਾਂ ਕਿ ਮੈਨੂੰ ਪਤਾ ਲੱਗਦਾ ਰਹੇ ਵੀ ਤੁਸੀਂ ਕੀ ਬੋਲੀ ਜਾਂਦੇ ਆ ਫਿਰ ਉਹਨਾਂ ਨੂੰ ਇਹ ਵੀ ਹੁੰਦਾ ਵੀ ਮਤਲਬ ਕੋਈ ਗਲਤ ਨਾ ਬੋਲਿਆ ਜਾਵੇ ਕਿਸੇ ਨੂੰ ਤੇ ਜੇ ਕਿਤੇ ਬੋਲ ਵੀ ਜਾਂਦੇ ਤਾਂ ਫਿਰ ਮੈਨੂੰ ਉਹਨੂੰ ਰੋਕਦਾ ਵੀ ਆ ਵੀ ਭਾਈ ਨਹੀਂ ਇਹਨੂੰ ਇੱਥੇ ਰੋਕ ਲਓ ਗੱਲ ਨੂੰ ਅਜੇ ਤੁਸੀਂ ਆਏ ਜਾਂ ਨਹੀਂ ਕਿਹਾ ਤੁਸੀਂ ਅੱਗੇ ਜਦੋਂ ਆਪਾਂ ਪੋਲਿਟੀਕਲ ਗੱਲਾਂ ਕਰਦੇ ਹਾਂ ਤੁਸੀਂ ਕਹਿੰਦੇ ਦੇਖੋ ਜੀ ਗੱਲਾਂ ਦੋ ਆ ਹਾਂ ਉਹਦੇ ਵਿੱਚ ਕੀ ਆ ਉਹਦੇ ਵਿੱਚ ਕੀ ਹੁੰਦਾ ਨਾ ਨਾ ਕੀ ਰਹੀ ਹੈ ਨਾ ਉਹ ਜਿਹੜੀਆਂ ਗੱਲਾਂ ਦੋ ਨੇ ਉਹ ਗੱਲਾਂ ਵੇਖੋ ਜੀ ਗੱਲਾਂ ਦੋ ਐ ਹਾਂ ਦੋਨੋਂ ਦੋਨੋਂ ਪੱਖ ਹੁੰਦੇ ਨਾ ਗੱਲ ਦੇ ਹਾਂ ਇਧਰਲਾ ਪੱਖ ਵੀ ਖੜਾ ਏ ਇਧਰਲਾ ਪੱਖ ਵੀ ਖੜਾ ਏ ਉਹ ਜੇ ਦੋਨੋਂ ਹੀ ਆਏ ਦੋਨੇ ਗੱਲਾਂ ਨੇ ਇਧਰਲੇ ਪੱਖ ਨਾਲ ਬੱਕਰੀ ਗੱਲ ਜੁੜੀ ਏ ਇਧਰਲੇ ਪੱਖ ਨਾਲ ਬੱਕਰੀ ਗੱਲ ਜੁੜੀ ਏ ਅੱਛਾ ਅੱਜ ਤੁਸੀਂ ਆਏ ਹੋ ਖੇਤੀਬਾੜੀ ਮੰਤਰੀ ਨੂੰ ਮਿਲ ਕੇ ਜੀ ਗੁੱਡੀਆਂ ਸਾਹਿਬ ਕੋਲੇ ਜਾ ਕੇ ਆਏ ਹੋ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਆਏ ਸੀ ਖੀਰ ਖਾ ਕੇ ਆਏ ਸੀ ਅੱਜ ਕੀ ਖਾ ਕੇ ਆਏ ਹੋ ਫਿਰ ਦੇ ਕੋ ਜਿਹਦੇ ਮੁੱਖ ਮੰਤਰੀ ਨੂੰ ਮਿਲਿਆ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਸਪਸ਼ਟ ਕਰਾਂ ਵਿਖੀਰ ਉਹਦੋਂ ਵੀ ਨਹੀਂ ਖਾਧੀ ਨਹੀਂ ਨਹੀਂ ਖਾਧੀ ਸੀ ਤੁਸੀਂ ਮੈਂ ਤੁਹਾਨੂੰ ਯਾਰਾ ਹੈ ਪਰ ਉਹ ਹੀ ਗੱਲ ਮੈਂ ਤੁਹਾਨੂੰ ਦੱਸਣ ਲੱਗਾ ਮੇਰੀ ਗੱਲ ਤਾਂ ਸੁਣ ਲਓ ਨਾ ਉਸ ਦਿਨ ਸਾਡਾ ਮੁੱਖ ਮੰਤਰੀ ਨਾਲ ਤੁਹਾਨੂੰ ਨਹੀਂ ਪਤਾਗਾ ਇੱਕ ਵਾਰੀ ਤਾਂ ਸਾਡੀ ਮੁੱਖ ਮੰਤਰੀ ਨਾਲ ਲੜਾਈ ਹੋਈ ਅੱਛਾ ਔਰ ਖਾਸੀ ਸਾਡੀ ਤਲਖੀ ਹੋਈ ਆ ਉਸ ਦਿਨ ਕੀ ਹੋਇਆ ਸੀਗਾ ਆਪਾਂ ਆਏ ਸੀਗੇ ਇੱਥੇ 17 ਮਈ 2022 ਨੂੰ ਮੁੱਖ ਮੰਤਰੀ ਜੀ ਨੇ ਸਾਨੂੰ ਟਾਈਮ ਦਿੱਤਾ ਮੀਟਿੰਗ ਦਾ ਸ਼ੁਭਾ ਜਿੱਦੂ ਸਾਡੀ ਲੀਡਰਸ਼ਿਪ ਇਕੱਠੀ ਹੋਈ ਉਹਦੇ ਨੂੰ ਮੁੱਖ ਮੰਤਰੀ ਦਾ ਸਨੇਹਾ ਆਗਾ ਜੀ ਉਹ ਮੁੱਖ ਮੰਤਰੀ ਤੇ ਚਲੇ ਗਏ ਦਿੱਲੀ ਨੂੰ ਤੇ ਤੁਸੀਂ ਮੀਟਿੰਗ ਕਰ ਲਓ ਸੈਕਟਰੀ ਸਾਹਿਬ ਨਾਲ ਅਸਕੇ ਵੀ ਸੈਕਟਰੀ ਨਾਲ ਤਾਂ ਸਾਡੀ ਮੀਟਿੰਗ ਦਾ ਕੀ ਤੋਂ ਹੋਗਾ ਸੈਕਟਰੀ ਸਾਡਾ ਕੀ ਮਸਲਾ ਹੱਲ ਕਰ ਦੇਗਾ ਸਾਡੇ ਨਾਲ ਮੀਟਿੰਗ ਉਹ ਕਰੇ ਜਿਹੜੇ ਸਾਡੇ ਮਸਲੇ ਦਾ ਹੱਲ ਕਰੇ ਉਹ ਉਤੋਂ ਸਾਨੂੰ ਵੀ ਥੋੜੀ ਜੀ ਤਲਖੀ ਸੀਗੀ ਯਾਰ ਇਹ ਕੀ ਕੀਤਾ ਇੱਕ ਉਹਦੇ ਸੀ ਗੁੱਸੇ 'ਚ ਆ ਕੇ ਲੋਕਾਂ ਨੇ ਇੱਕ ਬੈਰੀਕੇਡ ਵੀ ਤੋੜਿਆ ਹਮ ਅਗਲੇ ਬੈਰੀਕੇਡ ਦੇ ਉੱਤੇ ਜਾ ਕੇ ਅਸੀਂ ਆਪ ਹੀ ਆਪਦੇ ਬੰਦੇ ਨੂੰ ਕੰਟਰੋਲ ਕੀਤਾ ਤਾਂ ਕਿ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਮੈਸੇਜ ਦੇ ਸਕੀਏ ਤੁਸੀਂ ਤੁਸੀਂ ਐ ਕਰੋ ਤੁਸੀਂ ਜਿਹੜੀ ਮੈਨੂੰ ਐਂ ਦੱਸੋ ਖਾ ਕੇ ਕੀ ਐ ਅੱਜ ਮੰਤਰੀ ਸਾਹਿਬ ਕੋਲੇ ਏਡੀ ਲੰਮੀ ਕਹਾਣੀ ਨਹੀਂ ਪਾਉਣੀ ਆ ਆ ਮੈਂ ਉਹੀ ਦੱਸਣ ਲੱਗਾ ਨਾ ਅੱਜ ਮੰਤਰੀ ਜੀ ਨਾਲ ਬੈਠਾ ਬੈਠਿਆਂ ਅਸੀਂ ਗਏ ਸੀ ਕਿਸੇ ਮਸਲੇ 'ਚ ਹਾਂਜੀ ਹਾਂਜੀ ਤਾਂ ਉਹਨਾਂ ਦੀ ਇਹ ਸੀਗੀ ਕਿ ਚਾਹ ਪੀਏ ਹੂੰ ਅਸੀਂ ਕਹ ਵੀ ਦੇਖੋ ਤੁਹਾਡੀ ਇੱਛਾ ਹੈ ਤਾਂ ਹੂੰ ਚਾਹ ਪੀਣੀ ਤੇ ਚਾਹ ਪੀਣੋ ਲੇਕਿਨ ਸਾਡਾ ਤਾਂ ਕੰਮ ਹੈ ਸਾਡਾ ਮਸਲੇ ਨੂੰ ਆਪਾਂ ਸੌਲਵ ਕਰਨ ਵਾਸਤੇ ਗੱਲਬਾਤ ਕਰਨ ਲਈ ਆਏ ਆ ਉਹ ਮਸਲੇ ਦੇ ਉੱਤੇ ਗੱਲਬਾਤ ਕਰਦਿਆਂ ਕਰਦਿਆਂ ਉਹਨੇ ਚਾਹ ਮੰਗਾ ਲਈ ਉਹ ਚਾਹ ਵੀ ਮਤਲਬ ਅਸੀਂ ਉੱਥੇ ਬੈਠ ਕੇ ਪੀਤੀ ਲੇਕਿਨ ਇਹ ਗੱਲ ਜ਼ਰੂਰ ਹੈ ਕਿ ਜਥੇ ਬੰਦੀਆਂ ਨੂੰ ਹਮ ਇੰਨਾ ਇਹ ਵੀ ਨਹੀਂ ਹੈ ਕਿ ਵੀ ਅਸੀਂ ਬਹੁਤ ਸਾਡੀ ਕੋਈ ਸਰਕਾਰ ਨਾਲ ਦੁਸ਼ਮਣੀ ਹੁੰਦੀ ਹੈ ਕੰਮ ਤਾਂ ਖੀਰ ਸਰਕਾਰ ਤੋਂ ਕਰਾਉਣੇ ਆ ਲੇਕਿਨ ਇਹ ਵੀ ਸਾਡਾ ਨਹੀਂ ਹੁੰਦਾ ਕਿਆ ਸੀ ਸਰਕਾਰ ਦੇ ਮਤਲਬ ਥੱਲੇ ਲੱਗ ਕੇ ਗੋਲ ਜੀਆਂ ਕਰਕੇ ਗੱਲਾਂ ਤੁਸੀਂ ਮੈਂ ਪੁੱਛਿਆ ਕੀ ਖਵਾ ਖਾ ਕੇ ਕਿਵੇਂ ਬਰਫੀ ਗਈ ਨਹੀਂ ਬਰਫੀ ਬਰਫੀ ਕੁਝ ਨਹੀਂ ਸਿਰਫ ਸਿਰਫ ਚਾਹੀਤੀ ਹੈ ਕੱਲੀ ਚਾਹੀ ਕਿ ਆਏ ਅਸੀਂ ਅੱਛਾ ਉਸ ਉਹਦੇ ਨਾਲ ਮਤਲਬ ਨਾ ਮੈਂ ਬਰਫੀ ਮਖਾਣੇ ਖਾਂਦਾ ਵੀ ਨਹੀਂਗਾ ਇਹ ਵੀ ਹੈ ਕਿਉਂਕਿ ਮੇਰਾ ਆਦਾ ਮਤਲਬ ਪੇਟ ਨਹੀਂ ਸੇਠ ਠੀਕ ਰਹਿੰਦੀ ਹੋਂ ਨੀ ਠੀਕ ਹੈ ਵਾਹਿਗੁਰੂ ਦੀ ਕਿਰਪਾ ਜਿੰਨਾ ਚਿਰ ਦੇਖੋ ਮੈਂ ਪਹਿਲੇ ਗੱਲ ਕੀਤੀ ਸੀ ਕਿ ਇਹ ਤਾਂ ਉਹਦੀ ਚੀਜ਼ ਹੈ ਇਹ ਆਪਣੀ ਨਹੀਂ ਹੈ ਇਹ ਤਾਂ ਮੈਂ ਆਪਾਂ ਨੂੰ ਭੁਲੇਖਾ ਹੈ ਵੀ ਮੇਰਾ ਸਰੀਰ ਮੇਰਾ ਹੈ ਇਹਦਾ ਉਹਦਾ ਹੈ ਜਿੰਨਾ ਜਰੂਰੀ ਇਹਨੂੰ ਚਲਾਉਣਾ ਹੈ ਇਹਨੇ ਉਹਨ ਨੇ ਇਹਨੂੰ ਚਲਾਉਣਾ ਹੀ ਹੈ ਜੀ ਜੀ ਤੁਸੀਂ ਨੋਟ ਕਰੀ ਹੋਏਗੀ ਗੱਲ ਤੁਹਾਨੂੰ ਵੀ ਪਤਾ ਹੈ ਜਦੋਂ ਮੈਂ ਮੋਰਚੇ ਦੇ ਵਿੱਚ ਬਿਮਾਰ ਹੋਇਆ ਹਾਂ ਹਾਂਜੀ ਤੇ ਡਾਕਟਰਾਂ ਨੇ ਮੈਨੂੰ ਇਹ ਕਹਤਾ ਸੀਗਾ ਵੀ ਤੈਨੂੰ ਪ੍ਰੋਸਟੇਟ ਦੇ ਵਿੱਚ ਮਤਲਬ ਕੈਂਸਰ ਹੈ ਹੂੰ ਮੇਰਾ ਕਹਲਾ ਕੈਂਸਰ ਦਾ ਨਾਮ ਸੁਣ ਕੇ ਬੰਦਾ ਉਹੀ ਅੱਧਾ ਮਰ ਜਾਂਦਾ ਹੈ ਹੂੰ ਲੇਕਿਨ ਮੈਂ ਜਿੱਦੋਂ ਮੈਨੂੰ ਪਤਾ ਲੱਗਾ ਨਾ ਵੀ ਮੈਨੂੰ ਕੈਂਸਰ ਹੈ ਮੈਂ ਆਪਦੇ ਵਰਕ ਨੂੰ ਆਪਦੇ ਕੰਮ ਨੂੰ ਹੋਰ ਤੇਜ਼ ਕੀਤਾ ਹੂੰ ਕਿਉਂਕਿ ਜਿਹੜੀ ਗੱਲ ਮੈਂ ਲੋਕਾਂ ਨੂੰ ਦੱਸਣੀ ਚਾਹੁੰਦਾ ਮੇਰੇ ਕੋਲ ਸਮਾਂ ਥੋੜਾ ਹੈ ਮੈਨੂੰ ਇਹ ਪਤਾ ਲੱਗਿਆ ਵੀ ਇਹ ਮੇਰਾ ਫਿਕਸ ਹੋ ਚੁੱਕਿਆ ਸਮਾਂ ਇਹ ਬਹੁਤ ਜ਼ਲ ਜ਼ਿਆਦੇ ਸਮਾਂ ਨਹੀਂਗਾ ਉਹਨੇ ਸਮੇਂ ਦੇ ਵਿੱਚ ਮੈਂ ਜਿੰਨੇ ਵੱਧ ਤੋਂ ਵੱਧ ਲੋਕਾਂ ਤੱਕ ਆਪਦਾ ਮੈਸੇਜ ਪਹੁੰਚਾ ਸਕਾਂ ਮੈਨੂੰ ਪਹੁੰਚਾਉਣਾ ਚਾਹੀਦਾ ਜੀ ਔਰ ਉਹ ਮੈਂ ਪਹੁੰਚਾਉਂਦੇ ਪੂਰਾ ਜੋਰ ਲਾਇਆ ਹੁਣ ਉਹਦੂਗੱਲ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਵੀ ਚੀਜ਼ ਉਹੀ ਉਹੀ ਉਹਦੀ ਹੈ ਹੂੰ ਪਿੱਛੇ ਜੇ ਮੇਰਾ ਟੈਸਟ ਹੋਇਆ ਤੇ ਉਹ ਜਿਹੜੀ ਜਿਹੜੀ ਉਸ ਵੇਲੇ ਪੀਐਸਏ ਦੀ ਰਿਪੋਰਟ ਸੀਗੀ ਜੀ ਉਹ 28 ਸੀ ਹੂੰ ਡਾਕਟਰ ਕਹਿੰਦੇ ਸੀਗੇ ਵੀ ਇਹ ਜੇਕਰ ਤੁਹਾਡੀ 4 ਤੋਂ ਉੱਪਰ ਜਾ ਰਹੀ ਹੈ ਤੇ ਠੀਕ ਨਹੀਂ ਗੀ ਹਾਂਜੀ ਤੇ ਉਹ 28 ਇਹਦਾ ਮਤਲਬ ਵੀ ਤੂੰ ਕੈਸਰ ਦਾ ਪੀੜਤ ਹੈ ਹੂੰ ਹੁਣ ਉਸ ਤੋਂ ਬਾਅਦ ਉਹ ਘਟਦੇ ਘਟਣੀ ਆਪਣੇ ਆਪ ਹੀ ਸ਼ੁਰੂ ਹੋਈ ਉਹ ਪਿੱਛੇ ਜੇ ਮੈਂ ਰਿਪੋਰਟ ਕਰਾਈ ਸੀਗੀ ਉਦੋਂ 6 ਮਹੀਨੇ 6-7 ਕਿ ਮਹੀਨੇ ਹੋ ਗਏ ਉਦੋਂ ਰਿਪੋਰਟ ਚ ਆ ਗਿਆ ਵੀ 13 ਹੀ ਰਹਿ ਗਈ ਜਾਂ 14 ਹੀ ਹੁਣ ਮੈਨੂੰ ਲੱਗਦਾ ਵਾਹਿਗੁਰੂ ਕਿਰਪਾ ਕਰੇ ਤਾਂ ਹੁਣ ਕਰਾਵਾਂਗੇ ਸ਼ਾਇਦ ਉਸ ਤੋਂ ਵੀ ਕੰਟਰੋਲ ਹੋ ਗਈ ਹੋਗੀ ਅਸੀਂ ਯਾਸ ਕਰਦੇ ਹਾਂ ਜੀ ਹਣੇ ਇਹ ਉਸੇ ਦੀਆਂ ਚੀਜ਼ਾਂ ਨੇ ਨਾ ਇਹ ਸ੍ਰੀ ਰੋਦਾ ਹੈ ਇੱਕ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਅੱਜ ਨਾ ਅਸੀਂ ਪਹਿਲਾਂ ਸੱਦ ਲਿਆ ਮੈਂ ਪ੍ਰਧਾਨ ਜੀ ਨੂੰ ਹੁਣ ਐ ਤਾਂ ਪਤਾ ਨਹੀਂ ਹੁੰਦਾ ਵੀ ਹਰੀ ਪੱਗ ਹੀ ਬਣੀ ਹੁੰਦੀ ਆ ਕਿਸਾਨ ਲੀਡਰ ਪਰ ਅਸੀਂ ਪਿੱਛੇ ਨਾ ਕਾਲੇ ਪੜਦੇ ਲਾਤੇ ਨਹੀਂ ਤਾਂ ਕਰੋਮਾ ਕੱਟਣਾ ਸੀਗਾ ਫਰੋਂਵੇਂ ਹਣਾ ਤੇ ਦੱਸ ਦਈਏ ਹੁਣ ਚਲੋ ਇਹ ਹਰੀ ਪੱਗ ਮੰਦ ਨੂੰ ਕੰਨਾ ਟਾਈਮ ਗਏ ਜਥੇਬੰਦੀ ਜੀ ਉਦੋਂ ਦੇ ਦੇਖੋ ਜਿਹੜੀ ਹਰੀ ਪੱਗ ਹੈ ਨਾ ਜੀ ਹਰੀ ਕੋਈ ਇਹ ਨਹੀਂ ਜ਼ਰੂਰੀ ਨਹੀਂ ਹੁੰਦੀ ਵੀ ਹਰੀ ਬਣਣੀ ਹੈ ਹਮ ਲੇਕਿਨ ਇਹ ਜ਼ਰੂਰ ਹੈ ਕਿ ਆਰਗੇਨਾਈਜੇਸ਼ਨ ਦਾ ਇਹ ਇੱਕ ਹਰਾ ਰੰਗਾ ਸਿੰਬਲ ਹੁੰਦਾ ਸਿੰਬਲ ਹੈ ਜਿਵੇਂ ਸਰਕਾਰ ਪੀਲੀ ਬੰਦੀ ਆ ਕਾਲੀ ਨੀਲੀ ਬੰਦੇ ਪੋਲਿਟਿਕਲ ਹੀ ਗੱਲਾਂ ਹੈ ਹਾਂ ਇਹ ਸਿੰਬਲ ਹੀ ਹੁੰਦਾ ਨਾ ਸਾਡਾ ਸਿੰਬਲ ਹੈ ਕਿ ਖੇਤੀ ਨਾਲ ਜੁੜੇ ਲੋਕ ਆ ਖੇਤੀ ਨਾਲ ਜੁੜੇ ਲੋਕ ਆ ਸਾਡੀ ਆਰਗੇਨਾਈਜੇਸ਼ਨ ਖੇਤੀ ਨਾਲ ਜੁੜੀ ਹੋਈ ਹੈ ਖੇਤੀ ਦਾ ਰੰਗ ਹਰਿਆਵਲਾ ਹੈ ਤਾਂ ਸਾਨੂੰ ਵੀ ਆਪਦਾ ਮਤਲਬ ਪੱਕਾ ਦਾ ਰੰਗ ਹਰਾ ਸੀ ਉਹਦੇ ਜੋ ਉਹਦੇ ਜੋ ਬਣਿਆ ਨਾ ਕੋਈ ਇਹ ਨਹੀਂ ਹੈ ਕਿ ਵੀ ਮਤਲਬ ਹੁਣ ਤਾਂ ਬਹੁਤੇ ਵੀਰ ਮੰਦ ਲੋ ਇਸ ਤਰ੍ਹਾਂ ਵੀ ਕਰ ਲੈਂਦੀਆਂ ਆ ਉਹ ਆਰਗਨ ਹਾਂ ਲਾਲ ਵੀ ਨੇ ਉਹਨਾਂ ਦੀ ਆਪ ਦੀ ਸਮਝ ਹੈ ਹਾਂ ਕਿਸੇ ਨੇ ਮਤਲਬ ਰੰਗ ਬਦਲ ਕੇ ਕੋਈ ਕਰ ਲਿਆ ਕਿਸੇ ਨੇ ਕੋਈ ਕਰ ਲਿਆ ਲੇਕਿਨ ਇਹ ਰੰਗ ਹੈ ਜਿਹੜਾ ਇਹ ਖੇਤੀ ਦਾ ਤੇ ਹਰੀਆਵਲ ਦਾ ਰੰਗ ਹੈ ਹਾਂ ਤਾਂ ਇਹ ਇਸ ਨੂੰ ਮਤਲਬ ਆਰਗੇਨਾਈਜੇਸ਼ਨਾਂ ਨੇ ਆਪ ਪੱਕਾ ਕੀ ਤੋਂ ਲੈਣੇ ਆਨੇ ਪੱਗਾਂ ਤਾਂ ਮੈਨੂੰ ਮੇਰੇ ਖਿਆਲ ਅਸੀਂ ਅੱਜ ਤicker ਕਦੇ ਵੀ ਆਏ ਨਹੀਂ ਕੀਤਾ ਹਾਂ ਕਿ ਵੀ ਅਸੀਂ ਇੱਕ ਥਾਂ ਤੋਂ ਬਹੁਤ ਸਾਰੀ ਉਹ ਵੀ ਕਰਦੇ ਆ ਭਈ ਇੱਕ ਨੂੰ ਕਹਿਤਾ ਦੁਕਾਨਦਾਰ ਨੂੰ ਵੀ ਸਾਨੂੰ ਜੀ ਤੁਸੀਂ ਐਨੇ ਥਾਂ ਲਿਆ ਦਿਓ ਤੇ ਅਸੀਂ ਲੋਕਾਂ ਨੂੰ ਵੰਡ ਗਏ ਇਹ ਨਹੀਂ ਹੈ ਸਾਡਾ ਸਾਡੇ ਵੱਲੋਂ ਇਹ ਹੁੰਦਾ ਹੈ ਕਿ ਭਾਈ ਤੁਸੀਂ ਬਾਜ਼ਾਰ ਦੇ ਵਿੱਚੋਂ ਜਿੱਥੋਂ ਤੁਹਾਨੂੰ ਠੀਕ ਲੱਗਦਾ ਉੱਥੋਂ ਆਪਦੇ ਪੱਗ ਲੈ ਕੇ ਬੰਨੋ ਲੇਕਿਨ ਕੋਸ਼ਿਸ਼ ਇਹ ਹੁੰਦੀ ਕਿਥੋਂ ਲਿਓਨੇ ਆਪਦੀ ਤੁਗੀ ਜਿਹੜੀ ਮੇਰੀ ਪੱਗਾਂ ਦੀ ਗੱਲ ਕੀਤੀ ਆ ਮੈਂ ਜਿਹੜੀ ਮੇਰੀ ਪਰਸਨਲ ਪੱਗ ਹੈ ਉਹ ਤਾਂ ਮੈਨੂੰ ਪਿਛਲੇ ਸਮੇਂ ਚ ਤਾਂ ਇਸ ਤਰ੍ਹਾਂ ਵੀ ਰਿਹਾ ਹੂੰ ਕਿ ਆ ਦੋ ਤਿੰਨ ਤਾਂ ਮੈਨੂੰ ਮਤਲਬ ਮਾਤੜ ਮਾਤੜ ਪਿਆਰ ਕਰਨ ਵਾਲਿਆਂ ਨੇ ਜਦੋਂ ਅਸੀਂ ਮੋਰਚਾ ਜਿੱਤ ਕੇ ਆਏ ਉਹਨਾਂ ਨੇ ਮਤਲਬ ਸਨਮਾਨਤ ਕਰਦਿਆਂ ਨੇ ਅੱਛਾ ਜੀ ਪੱਗਾਂ ਦਿੱਤੀਆਂ ਹਮ ਯਾਰ ਕਿੱਦਾਂ ਪਿਆਰ ਨਾਲ ਪੱਗ ਦੇਣੀ ਹਾਂ ਇੱਕ ਬਹੁਤ ਇੱਕ ਐ ਕਹਿ ਦੇਵੇ ਕੋਈ ਬਿਲਕੁਲ ਵੀ ਕੱਪੜਾ ਹੀ ਐ ਹਾਂ ਉਹ ਹੀ ਨਹੀਂ ਹੈ ਪੱਗ ਦੇਣੀ ਇੱਕ ਬਹੁਤ ਵੱਡੀ ਚੀਜ਼ ਬਿਲਕੁਲ ਰੋਣਾ ਲੋਕਾਂ ਨੇ ਜਿੰਨਾ ਨੇ ਪੱਗਾ ਹੁਣ ਉਹ ਮੈਨੂੰ ਮੇਰੇ ਵਾਸਤੇ ਹੀ ਲੁੰਦੀਆਂ ਐ ਵੀ ਇਹ ਮੇਰੇ ਵਾਸਤੇ ਇੱਕ ਬਹੁਤ ਵੱਡੀ ਚੀਜ਼ ਆ ਮੇਰੇ ਸਿਰ ਦਾ ਤਾਜ ਆ ਜਿਹੜੀ ਉਹਨਾਂ ਨੇ ਨੇ ਪਿਆਰ ਨਾਲ ਬਣ ਦਿੱਤੀ ਐ ਤੇ ਵੈਸੇ ਮੈਂ ਮਤਲਬ ਬਾਜ਼ਾਰ ਦੇ ਵਿੱਚੋਂ ਫਰੀਦਕੋਟ ਤੋਂ ਮਤਲਬ ਹੈਗੇ ਨੇ ਕੁਝ ਬੰਦੇ ਆ ਜਿਹੜੇ ਪੱਕੀ ਰੰਗ ਵਾਲੀ ਚੰਗੀ ਮਤਲਬ ਪੱਗਾ ਉਹ ਦਿੰਦੇ ਨੇ ਉਹਨਾਂ ਦੇ ਲਿਓ ਨਹੀਂ ਫਰਤੀ ਠੀਕ ਹੈ ਸ਼ਾਪਿੰਗ ਜ਼ਿਆਦਾ ਫਰੀਦਕੋਟ ਤੋਂ ਹੀ ਕਰਦੇ ਹਾਂ ਹਾਂ ਫਰੀਦਕੋਟ ਸਾਡਾ ਮਤਲਬ ਸ਼ਹਿਰ ਉਹੀ ਲੱਗਦਾ ਆਪਦਾ ਸ਼ਹਿਰ ਹੈ ਉੱਥੇ ਹੀ ਜ਼ਿਆਦਾਤਰ ਬੰਦਿਆਂ ਨਾਲ ਮਤਲਬ ਵਾ ਵਾਸਤੇ ਮਿਲਦੇ ਤੇ ਜਾਣੇ ਹੁੰਨੇ ਹੋ ਬਾਬਾ ਫਰੀਦ हां बाबा फरीद ते यार मतलब बाबा फरीद <laughs> मेला ही ਸਾਡੇ मतलब ਸਾਡੇ ਹੱਥਾਂ 'ਚ ਲੱਗਣ ਲੱਗਾ ਅੱਛਾ ਉਦੋਂ ਮੈਂ ਕਾਲਜ ਪੜ੍ਹਦਾ ਸੀ 89 'ਚ ਆਹ ਉਦੋਂ ਪਹਿਲਾਂ ਨਹੀਂ ਉਦੋਂ ਪਹਿਲਾਂ ਮੇਲਾ ਬਹੁਤਾ ਨਹੀਂ ਸੀ ਲੱਗਦਾ ਨਾਰਮਲ ਜਿਹਾ मतलब ਲੇਕਿਨ ਜ਼ੋਰ ਦਾ ਮੇਲਾ ਜਦੋਂ ਲੱਗਣ ਲੱਗਾ ਉਹ ਇੱਥੇ ਜੱਕ ਜੇ ਆ ਕੇ ਲੱਗਣ ਲੱਗਾ 86 87 ਤੋਂ ਬਾਅਦ ਹੌਲੀ ਹੌਲੀ ਵੱਧਾ 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 ਉਹ ਵੱਧਾ ਵੱਧਾ ਇੰਨਾ ਵੱਧ ਗਿਆ ਕਿ ਮਤਲਬ ਇੱਕ ਲ ਹਰ ਇੱਕ ਬੰਦੇ ਦਾ ਉਹ ਆਏ ਬਣ ਗਿਆ ਵੀ ਇਹ ਤਾਂ ਮੇਲੇ ਤੇ ਜਾਣਾ ਹੀ ਜਾਣਾ ਹੁਣ ਕਦੇ ਜਾਣੇ ਉਹ ਸਤੰਬਰ ਚ ਆਉਣ ਵਾਲੀ ਹੈ ਹਾਂ ਬਾਬਾ ਜੀ ਦਾ ਉਹ ਤਾਂ ਆਪਦਾ ਬਾਬਾ ਫਰੀਦ ਦਾ ਦਿਹਾੜਾ ਹੈ ਹਾਂ ਤਾਂ ਹਰ ਇੱਕ ਬੰਦੇ ਦੀ ਇੱਕ ਮੰਦੀ ਇੱਛਾ ਹੁੰਦੀ ਹੈ ਕਿ ਇਹਦੇ ਵਿੱਚ ਅਸੀਂ ਪਾਰਟਿਸਪੇਟ ਕਰੀਏ ਜੀ ਜੀ ਉਹ ਕਰਨੀ ਵੀ ਚਾਹੀਦੀ ਹੈ ਕਿਉਂਕਿ ਘੱਟੋ ਘੱਟ ਬਾਬਾ ਫਰੀਦ ਹੈ ਹੂੰ ਜੋ ਸ਼ਖਸੀਅਤ ਹੋਈ ਹੈ ਉਹ ਭਾਵੇਂ ਮਤਲਬ ਕਿਸੇ ਵੀ ਧਰਮ ਚ ਹੈ ਲੇਕਿਨ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਨਾ ਸਭ ਤੋਂ ਵੱਡੀ ਗੱਲ ਮੈਂ ਮੈਂ ਜੇ ਸਮਝਦਾ ਹਾਂ ਉਹਨਾਂ ਨੇ ਕਿਹਾ ਕਿ ਫਰੀਦਾ ਜੋਤੈ ਮਾਰਨ ਮੁਕੀਆਂ ਤਿਨਾਂ ਨ ਮਾਰੇ ਕਮ ਆਪਣੜੀ ਕਰ ਜਾਈਏ ਪੈਰ ਤਿਨਾਂ ਦੇ ਚਮ ਇੱਕ ਬਹੁਤ ਵੱਡਾ ਸਨੇਹਾ ਹੈ ਸਾਡੀ ਸੋਸਾਇਟੀ ਨੂੰ ਇਹ ਹੁਣ ਤੁਸੀਂ ਕਿਸੇ ਕਿਸਾਨ ਲੀਡਰ ਨੂੰ ਲਾ ਕੇ ਤਾਂ ਨਹੀਂ ਕਹੀ ਗੱਲ ਨਹੀਂ ਇਹ ਨਹੀਂ ਮੇਰਾ ਇਹ ਨਹੀਂ ਕਿ ਮਹਾਰਾਜ ਦਾ ਹੁਕਮ ਹੈ ਅੱਛਾ ਉਹਨਾਂ ਨੇ ਸਾਨੂੰ ਨੀਵੇਂ ਹੋ ਕੇ ਚੱਲਣ ਆਸਤੇ ਕਿਹਾ ਹੈ ਹੈਨਾ ਇੱਕ ਸਨੇਹਾ ਹੈ ਭਾਈ ਨਿਮਰਤਾ ਰੱਖੋ ਇਹ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਤੇਹੀ ਕਿਹਾ ਨਾ ਵੀ ਨੀਵੇਂ ਚੱਲੋ ਮਿੱਠਤ ਨੀਵੀ ਨਾਨਕਾ ਗੁਣ ਚਿਕਨ ਤੇ ਮੈਂ ਆਇਆ ਤੁਹਾਡਾ ਬਾਬਾ ਸੱਦੇ ਜੇ ਹੁੰਨੇ ਉਹ ਕਦੇ ਰੋਲਦੂ ਮਾਨਸਾ ਨੂੰ ਕਦੇ ਰਾਜੇ ਵਾਲ ਨੂੰ ਦੇਖੋ ਜਿਹੜੀ ਸਿੱਧੇ ਹੋਣ ਵਾਲੀ ਗੱਲ ਹੁੰਦੀ ਹੈ ਨਾ ਜੀ ਹਾਂ ਜਦੋਂ ਕਿਸੇ ਉਸ ਲੈਵਲ ਤੇ ਜਦੋਂ ਗੱਲ ਆਏਗੀ ਹੂੰ ਤਾਂ ਉਹ ਨਾ ਇਹ ਤਾਂ ਇਹ ਤਾਂ ਸੁਭਾਵਿਕ ਗੱਲ ਹੈ ਜਦੋਂ ਮੋਰਚਾ ਹੈ ਅਸੀਂ ਲੜਾਈ ਲੜੀ ਹੈ ਜਾਂ ਲੜਾਈ ਲੜਦੇ ਆਂ ਉਦੋਂ ਜਦੋਂ ਤੁਸੀਂ ਜਿਹੜੇ ਮਤਲਬ ਟਿੱਪਣੀ ਐ ਐਸੀ ਕਰੋਗੇ ਹੂੰ ਉਹਦਾ ਜਵਾਬ ਤਾਂ ਦੇਣਾ ਪਏਗਾ ਬਿਲਕੁਲ ਜੇ ਉਹਦਾ ਜਵਾਬ ਨਹੀਂ ਦੇਵਾਂਗੇ ਤਾਂ ਫਿਰ ਕੀ ਕਰਾਂਗੇ ਹੁਣ ਮਤਲਬ ਰਾਜੇ ਵਾਲ ਸਾਹਿਬ ਨੇ ਇੱਕ ਵਾਰੀ ਟਿੱਪਣੀ ਕਰਤੀ ਕਿ ਜੀ ਜਿਹ ਡੱਲੇ ਵਾਲੇ ਕੋਲੇ 50 ਲੱਖ ਰੁਪਈਆ ਹੈ। ਹੂੰ। ਪਹਿਲੀ ਤਾਂ ਗੱਲ ਉਹਨਾਂ ਨੂੰ ਪਤਾ ਹੀ ਨਹੀਂ ਸੀ। 50 ਮੈਂ ਉਹੀ ਦੱਸਦਾ। ਨਹੀਂ ਮੈਂ ਤਾਂ ਪ੍ਰੈਸ ਦੇ ਸਾਹਮਣੇ ਕਲੀਅਰ ਕੀਤੀਆਂ ਨਾ ਗੱਲਾਂ ਇਹ। ਤਾਂ ਹੀ ਤਾਂ ਮੈਨੂੰ ਬੋਲਣਾ ਪਿਆ। ਹੂੰ। ਮੈਂ ਤਾਂ ਪ੍ਰੈਸ ਕਾਨਫਰੰਸ ਕਰਕੇ ਪ੍ਰੈਸ ਦੇ ਸਾਹਮਣੇ ਪੰਜੀ-ਪੰਜੀ ਦਾ ਇੱਥੇ ਟਿੱਕਰ ਅਸਿਮਰ ਮੇਰਾ ਤਾਂ ਰਿਹਾ। ਮੜ ਮੜ ਤਾਂ ਬੱਚੇ ਹੋਣਗੇ। ਨਹੀਂ ਜੇ ਉਹ ਪਾਛੇ ਨੇ ਨੂੰ ਪੁੱਛਿਆ ਮੈਂ ਪਾਸੇ ਬਚ ਨਹੀਂ ਕਾਏ ਆ ਵੀ ਉਹ ਸੰਯੁਕਤ ਕਿਸਾਨ ਉਹ ਰੋਟੇ ਦੇ ਬਾਵਾ ਪੈਸੇ ਇਕੱਠੇ ਹੋ ਗਏ ਸੀ ਉਹ ਉਹ ਕਿੱਧਰ ਗਏ ਹੁਣ ਉਹ ਵੀ ਦੇਖੋ ਇਹ ਉਹ ਮੈਂ ਤੁਹਾਨੂੰ ਸਪਸ਼ਟ ਕਰਦਾ ਦੋ ਤਿੰਨ ਗੱਲਾਂ ਇਹ ਦੱਸੀਏ ਕਿ ਆਪਣੇ ਕੋਲੇ ਜਦੋਂ ਮੋਰਚੇ ਚ ਪੈਸਾ ਆਇਆ ਹੂੰ ਉਦੋਂ ਇਹ ਆ ਗਈ ਵੀ ਜਥੇ ਬੰਦੀਆਂ ਪੈਸਾ ਬਹੁਤ ਇੱਕ ਬੰਦੇ ਕੋਲੇ ਠੀਕ ਨਹੀਂਗਾ ਹਾਂ ਹਾਂ ਪੈਸਾ ਕਿਨੂੰ ਕੋਈ ਹੇਠਾ ਉੱਤੇ ਨਾ ਹੋ ਜੇ ਕੋਈ ਨੁਕਸਾਨ ਨਾ ਹੋ ਜੇ ਭਾਈ ਇੱਕ ਦੇ ਜੁਮੇ ਪੈਜੂ ਗੱਲ ਹੂੰ ਪੈਸੇ ਸਮੋ ਕੁਝ ਪੈਸੇ ਤਾਂ ਕੁਲਵੰਤ ਸੰਧੂ ਨੇ ਸਾਂਭੇ ਸੀ ਤੇ ਕੁਝ ਪੈਸੇ ਸਾਂਭੇ ਸੀ ਮਨਜੀਤ ਰਾਏ ਦੀ ਜਥੇਬੰਦੀ ਨੇ ਸਾਨੀ ਸਾਹਿਬ ਰਣੀ ਹਾਂਜੀ ਮੇਰੀ ਮੈਂ ਅਸੀਂ ਨਹੀਂ ਸੀ ਮਤਲਬ ਉਹਨਾਂ ਪੈਸੇ ਨੂੰ ਹੱਥ ਲਾਇਆ ਉਹ ਸਾਨੀ ਸਾਹਿਬ ਮੈਨੂੰ ਕਹਿੰਦੇ ਪ੍ਰਧਾਨ ਜੀ ਤੁਹਾਡੇ ਕੋਲੇ ਇੱਥੇ ਲੋਕਅਪ ਹੋਣ ਵਾਲਾ ਪ੍ਰਬੰਧ ਹੈਗਾ ਆ ਯਾਰ ਪੈਸੇ ਮੈਂ ਇੱਥੇ ਸੰਭਾਲ ਲਵਾਂ ਮੈਂ ਕਿਹਾ ਵੀ ਚੱਲੀ ਤਰੱਕ ਦੇ ਉਹਦੇ ਰੁਪਈਏ ਆਏ ਸੀ 28 ਲੱਖ 4000 ਤੇ 10 ਰੁਪਏ ਹੂੰ ਹੁਣ ਅਕਸਰ ਇਮਾਨਤਾ ਹੀ ਵੀ ਹੈ ਮੈਂ ਬਹੁਤ ਦਿਨ ਤੋਂ ਉਹਨੂੰ ਕਹਿੰਦਾ ਰਿਹਾ ਭਾਈ ਇਹਨੂੰ ਸਭ ਕਹਿੰਦਾ ਯਾਰ ਸੰਭਾਲੀ ਰੱਖੋ ਜੀ ਤੁਸੀਂ ਸੰਭਾਲੀ ਰੱਖੋ ਹੂੰ ਐ ਕਰਦਿਆ ਕਰਦਿਆ ਕੁਲਵੰਤ ਸੰਧੂ ਵਾਲੇ ਵੀ ਮੇਰੇ ਕੋਲੇ ਉਹ ਵੀ ਉੱਥੇ ਪੜਾ ਕੇ ਡੱਲੇ ਵਾਲੇ ਕੋਲੇ ਲੋਕਾ ਪਾਉਣ ਵਾਲਾ ਪ੍ਰਬੰਧ ਹੋ ਤਰਾ ਨਹੀਂ ਹੁਣ ਦੱਸੋ ਹੁਣ ਕਿੱਥੇ ਆ ਮੈਂ ਉਹੀ ਦੱਸਣ ਲੱਗਾ ਤੁਹਾਨੂੰ ਗੱਲ ਸਾਰੇ ਦੇ ਸਾਰੇ ਪੈਸੇ ਹੂੰ A to Z ਪੈਸਾ ਪੈਸਾ ਵਾਪਸ ਕਰਕੇ ਆਇਆ ਮੈਂ ਘਰੇ ਅੱਛਾ ਮੋਰਚੇ 'ਚ ਲਾਸਟ ਦੇ ਉੱਤੇ ਸਾਡਾ 1 29 ਲੱਖ ਤੇ ਕੁਛ ਰੁਪਏ ਆ ਸੌਰੀ 29000 ਤੇ ਕੁਛ ਰੁਪਏ ਸਾਡੇ ਵੱਲ ਸੀਗੇ ਉਹ ਮਨਜੀਤ ਰਾਏ ਨੂੰ ਸੰਭਾ ਕੇ ਤੇ ਸਾਈਨ ਲੈ ਕੇ ਆਏ। ਜਿਹੜੀ ਟੋਟਲ ਸਖਤ ਸੰਯੁਕਤ ਕਿਸਾਨ ਮੋਰਚੇ ਵਾਲੇ ਕਿੱਥੇ ਆ ਹੁਣ? ਵਾਵਾ ਬਚ ਗਈ ਸੀ। ਇਹ ਜਿਹੜੇ ਸੰਯੁਕਤ ਕਿਸਾਨ ਮੋਰਚੇ ਵਾਲੇ ਉਹ ਜਿੰਨਾਂ ਕੋਲੇ ਪੈਸੇ ਹੈਗੇ ਉਹਨਾਂ ਨੂੰ ਪਤਾ ਹੈ ਉਹ ਲਾਉਣੀ ਚਾਹੀਦੇ ਹੁਣ ਆ ਫਲੱਡਰ ਲਈ। ਹਾਂ ਇਹ ਤੂੰ ਤਾਂ ਮੈਂ ਇਹ ਗੱਲ ਕਹੂੰਗਾ ਤੁਸੀਂ ਇਹ ਵੀ ਸੁਣੀ ਹੋएगी। ਹਰੁਲਦੀ ਵਰਗਿਆਂ ਦੀ ਮੇਰੇ ਖਿਲਾਫ ਗੱਲ। ਕਹਿੰਦੇ ਡੱਲੇ ਵਾਲ ਪੈਸੇ ਮਕਾਉਣਾ ਚਾਹੁੰਦੇ ਸੀ ਮੋਰਚੇ ਦੇ। ਸੁਣੀ ਹੈ ਨਾ? ਹੁਣ ਡੱਲੇ ਵਾਲ ਦੀ ਕੀ ਸੀ? ਅਸੀਂ ਉਸ ਵੇਲੇ ਕਰ ਰਹੇ ਸੀਗੇ। ਮੇਰੀ ਉਸ ਉਸ ਮੀਟਿੰਗ ਦੀ ਪ੍ਰਧਾਨਗੀ ਸੀ। ਅੱਛਾ ਪ੍ਰਧਾਨਗੀ ਚ ਅਸੀਂ ਕਿਹਾ ਯਾਰ ਵੀ ਦੇਖੋ ਸਾਡੇ ਕਿਸਾਨ ਸ਼ਹੀਦ ਹੋ ਗਏ ਨੇ ਕੋਸ਼ ਹ ਆਪਣੇ ਕੋਲੇ ਪੈਸੇ ਆ ਰਹੇ ਆ ਆਪਾਂ ਨੂੰ ਇਹ ਫਿਕਰ ਬਣਿਆ ਪਿਆ ਵੀ ਇਹਨੂੰ ਕਿੱਥੇ ਰੱਖੀਏ ਤੇ ਯਾਰ ਉਹ ਪੀੜਤਾਂ ਦੇ ਘਰੋ ਘਰੀ ਪਹੁੰਚਾ ਦਿਓ 50% ਮਸਲਾ ਸਾਡਾ ਹੱਲ ਆਪਾਂ ਇੱਕ ਇੱਕ ਲੱਖ ਰੁਪਈਆ ਅਸੀਂ ਉੱਥੇ ਪਾਸ ਕਰ ਲਿਆ ਕਿ ਇੱਕ ਇੱਕ ਲੱਖ ਰੁਪਈਆ ਦੇਵਾਂਗੇ ਉਹ ਜਿਹੜਾ ਇੱਕ ਇੱਕ ਲੱਖ ਰੁਪਈਆ ਦੇਣਾ ਕਰਿਆ ਉਹ ਮੈਂ ਪ੍ਰੈਸ 'ਚ ਵੀ ਬੋਲਿਆ ਕਿ ਭਾਈ ਅਸੀਂ ਇੱਕ ਇੱਕ ਲੱਖ ਰੁਪਈਆ ਅੱਜ ਦੀ ਸਾਡੀ ਮੀਟਿੰਗ ਦਾ ਫੈਸਲਾ ਇਹ ਹੈ ਕਿ ਅਸੀਂ ਸਾਡੇ ਜਿਹੜੇ ਕਿਸਾਨ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਦੇ ਸ਼ਹੀਦ ਹੋਏ ਨੇ ਉਹ ਪੀੜਤ ਪਰਿਵਾਰਾਂ ਨੂੰ ਦੇਵਾਂਗੇ ਜੀ ਜੀ ਅਗਲੀ ਮੀਟਿੰਗ ਦੇ ਵਿੱਚ ਭਾਈ ਉਹਨਾਂ ਨੇ ਸਾਰਿਆਂ ਨੇ ਰੌਲਾ ਪਾ ਲਿਆ ਕਿ ਵੀ ਤੂੰ ਇਹ ਫੈਸਲਾ ਤਾਂ ਗਲਤ ਕਰਤਾ ਉਹ ਫਿਰ ਮੈਂ ਰਿਵਿਊ ਕਰਿਆ ਫੈਸਲਾ ਰਿਵਿਊ ਕਰਕੇ ਉਹਨੂੰ ਫੈਸਲੇ ਨੂੰ ਫਿਰ ਦੁਬਾਰਾ ਇਹਨਾਂ ਨੇ ਦੇਣੇ ਚਾਹੀਦੇ ਸੀ ਨਾ ਹਾਂ ਸੁਭਾਵਕ ਆ ਜੀ ਉਹ ਪੈਸਾ ਲੋਕ ਅਗਰ ਸਾਡੇ ਕੋਲ ਸੀ ਉਹ ਮੈਂ ਅੱਜ ਵੀ ਕਹਿੰਨਾ ਅਗਰ ਉਹ ਪੈਸਾ ਅਸੀਂ ਲੋਕਾਂ ਨੂੰ ਦੇ ਦਿੰਦੇ ਭਈਆ ਹੁਣ ਵੀ ਨਹੀਂ ਪੈਸਾ ਹੁਣ ਉਹ ਉਧੂ ਗਾਏ ਜਿਹੜੇ ਵਧੇ ਸੀ ਨਾ ਵਧਿਆ ਵਾਸਤੇ ਵੀ ਮੇਰਾ ਇਹ ਫੈਸਲਾ ਸੀਗਾ ਕਿ ਦੇਖੋ ਤੁਸੀਂ ਉਹਨਾਂ ਨੂੰ ਨਹੀਂ ਦਿੱਤੇ ਹੂੰ ਅੱਜ 750 800 ਕਿਸਾਨ ਸਾਡਾ ਸ਼ਹੀਦ ਹੋਇਆ ਬਾਈ ਉਹਨਾਂ ਨੂੰ ਆਪਾਂ ਕਿਸੇ ਨੇ ਪੈਸਾ ਕੋਈ ਨਹੀਂ ਦਿੱਤਾ ਉਹਨੂੰ ਸਾਡੇ ਬਾਹਰਲੇ ਲੋਕਾਂ ਨੇ ਸਪੋਰਟ ਕੀਤੀ ਹੈ ਸਰਕਾਰ ਤੋਂ ਕਰਾਤੀ ਬਕਰੀ ਹੈ ਹੁਣ ਸਾਡੇ ਕੋਲੇ ਜਿਹੜੇ ਪੈਸੇ ਤੁਹਾਡੇ ਕੋਲੇ ਪੈਸੇ ਮੰਨ ਲਓ ਥੋੜੇ ਉਹਨਾਂ ਨੂੰ ਦੇਣ ਜੋਗਰੇ ਹੈ ਨਹੀਂ ਹੂੰ ਇਹ ਹੈ ਵੀ ਐਵੇਂ ਜੋ ਦੱਸ ਰਹੇ ਨੇ ਦੇਖੋ ਮੈਂ ਦਾ ਪੈਸਾ ਦੇ ਹਿਸਾਬ ਕਿਤਾਬ ਤੇ ਨਹੀਂ ਕਦੇ ਪਿਆ ਲੇਕਿਨ ਜੋ ਦੱਸ ਰਹੇ ਨੇ ਵੀ ਸਾਨੂੰ ਇੰਨੇ ਇਕੱਠੇ ਹੋਏ ਤੁਹਾਨੂੰ ਪੂਰਾ ਹਿਸਾਬ ਸੀ ਉੱਥੇ ਨਹੀਂ ਐਵੇਂ ਨਹੀਂ ਹੈ ਇਹ ਗਲਤ ਗੱਲ ਨਹੀਂ ਹੈ ਮੈਨੂੰ ਕੋਈ ਪਤਾ ਨਹੀਂ ਸੀਗਾ ਕਿ ਕਿੰਨੇ ਪੈਸੇ ਇਕੱਠੇ ਹੋ ਰਿਹਾ ਕੀ ਹੋ ਰਿਹਾ ਹੈ ਪਰ ਜਿੰਨੇ ਉਹ ਦੱਸ ਰਹੇ ਨੇ ਵੀ ਇੰਨੇ ਸਾਡੇ ਕੋਲੇ ਇਕੱਠੇ ਹੋਏ ਉਹ ਪੈਸੇ ਕਿਸੇ ਨੂੰ ਮਦਦ ਕਰਨ ਜੋਗ ਨਹੀਂ ਉਹਨਾਂ ਦਾ ਤਾਂ ਹੁਣ ਇਹ ਫਰਜ਼ ਬਣਦਾ ਹੈ ਕਿ ਜਿੱਥੇ ਸਾਡਾ ਮਤਲਬ ਸ਼ਹੀਦਾਂ ਦੀ ਸਮਾਰਕ ਬਣੇ ਉਹਨਾਂ ਦੀ ਜਗ੍ਹਾ ਬਣੇ ਉਹ ਸਾਰੇ ਦਾ ਸਾਰਾ ਪੈਸਾ ਉੱਥੇ ਲਾਈਏ ਯਾਰ ਸਰਕਾਰ ਨੇ ਪੁਲ ਬਣਾਤਾ ਉੱਥੇ ਤਾਂ ਅਗਰ ਅਸੀਂ ਨਹੀਂ ਉਹ ਪੁਲ ਬਣਾਈ ਜਾਵੇ ਸਰਕਾਰ પાસે ਜਗ੍ਹਾ ਮਿਲ ਸਕਦੀ ਹੈ ਤਾਂ ਉਹ ਪਾਸੇ ਜਗ੍ਹਾ ਲਾ ਕੇ ਲਾਈ ਜਾ ਸਕਦੇ ਨੇ ਉਹ ਪੈਸੇ ਅਗਰ ਅਸੀਂ ਇਹ ਲਾਵਾਂਗੇ ਨਾ ਤੇ ਮੈਨੂੰ ਲੱਗਦਾ ਘੱਟੋ ਘੱਟ ਜਿਨ੍ਹਾਂ ਨੇ ਇਸ ਮੋਰਚੇ 'ਚ ਜਾਨਾਂ ਮਾਰੀਆਂ ਹੈ ਉਹਨਾਂ ਦੇ ਪਰਿਵਾਰਾਂ ਨੂੰ ਇਹ ਤਾਂ ਜ਼ਰੂਰ ਹੋਏਗਾ ਨਾ ਕਿ ਸਾਡੇ ਨੂੰ ਮੋਰਚੇ ਨੇ ਯਾਦ ਰੱਖੇ। ਅੱਜ ਪਿਛਲੇ ਦਿਨੀ ਮੀਟਿੰਗ ਜੀ ਕੀਤੀ ਸੀਗੀ ਆ ਕਿਸਾਨ ਭਵਨੀ। ਮੈਂ ਕਿਹਾ ਸੀ ਲੀਡਰ ਨੂੰ ਪੁੱਛ ਲਿਆ ਮੈਂ ਪੈਸੇ ਕਿਹਨਾਂ ਦਾ ਪੈਸੇ ਆ ਤੇ ਮੈਂ ਕਿਹਾ ਫਲੱਡ ਰਲੀਫ ਤੇ ਹੀ ਸੀਗੀ ਉਹ ਸਾਰੀ ਮਤਲਬ ਸਰਕਾਰ ਫੰਡ ਜਾਰੀ ਕਰੇ। ਮੈਂ ਕਿਹਾ ਤੁਸੀਂ ਕੀ ਕਰ ਰਹੇ ਹੋ? ਕਹਿੰਦੇ ਅਸੀਂ ਆ ਮੈਂ ਕਿਹਾ ਪੈਸੀ ਉਹ ਪੈਸੇ ਆ ਮੈਂ ਲਾ ਦਵਾਂ। ਕਹਿੰਦੇ ਉਹ ਤਾਂ ਅਸੀਂ ਸੰਘਰਸ਼ ਆਸਤੇ ਰੱਖਿਆ ਉਹ ਨਹੀਂ ਅਸੀਂ ਲਾਉਣੇਗੀ। ਹੁਣ ਥੋੜੀ ਜਿ ਥੋੜੀ ਜਿਹੀ ਬੰਦੀ ਗਰਾਊਂਡ ਤੇ ਕੰਮ ਕਰ ਰਹੀ ਸੀ ਆ ਹੜਾਂ ਚ हां ਕਿਸਾਨਾਂ ਦੀ ਸਾਡੀ ਜਥੇਬੰਦੀ ਦਾ ਤੁਸੀਂ ਇਹ ਨੋਟ ਕਰਿਆ ਹੋਵੇਗਾ ਸ਼ਾਇਦ ਤੁਹਾਡੇ ਕੋਲੇ ਗੱਲ ਇਹ ਰਿਪੋਰਟ ਆਈ ਹੋਵੇ ਜਾਂ ਨਹੀਂ ਹੋਵੇ ਸਾਡੀ ਜਥੇਬੰਦੀ ਨੇ 6 ਕਿਸ਼ਤਾਂ 6 ਗਰੁੱਪਾਂ ਵੱਖ-ਵੱਖ ਏਰੀਏ ਦੇ ਵਿੱਚ ਭੇਜੇ ਜਿਹਦੇ ਵਿੱਚੋਂ 40 ਟਰਾਲੀਆਂ ਅ ਆਚਾਰ ਪਸ਼ੂਆਂ ਲਈ ਜੀ ਚਾਰਾ ਹਮ ਨਾਲ ਉਹਨਾਂ ਲਈ ਦਾਣਾ ਹਮ ਨਾਲ ਪਰਿਵਾਰਾਂ ਲਈ ਛੋਟੀਆਂ-ਛੋਟੀਆਂ ਕਿੱਟਾਂ ਬਣਾ ਕੇ ਉਹ ਵੀ ਅਸੀਂ ਮਤਲਬ ਉੱਥੇ ਦੇ ਕੇ ਆਇਆ ਤਾਂ ਸਾਡੀ ਕੋਸ਼ਿਸ਼ ਇਹ ਸੀ ਜਿੰਨਾ ਵੱਧ ਤੋਂ ਵੱਧ ਕਰ ਸਕਦੇ ਆ ਕਰੋ ਆ ਅੱਜ ਹੀ ਸਾਡੀ ਕੱਲ ਮੀਟਿੰਗ ਹੋਈ ਹੈ ਹਾਂਜੀ ਦੁਬਾਰਾ ਹਰ ਫਿਰ ਆ ਗਏ ਆ ਫਰੋਈਪੁਰ ਦੇ ਇੱਥੇ ਕੋਈ ਪ੍ਰਭਾਵਿਤ ਹੋਏ ਨੇ 35-40 ਪਿੰਡ ਉਹ ਕੱਲ ਮੇਰੇ ਧਿਆਨ ਚ ਆਏ ਨੇ ਤੇ ਉਹ ਅਸੀਂ ਇੱਕ ਦੇ ਦਿਨ ਦੇ ਵਿੱਚ ਪ੍ਰੋਗਰਾਮ ਅਸੀਂ ਬਣਾਵਾਂਗੇ ਕਿਉਂਕਿ ਸਾਡਾ ਜਿਹੜਾ ਚੱਲ ਰਿਹਾ ਮੋਰਚਾ ਲੁਧਿਆਣੇ ਵਾਲਾ ਵਾਹਿਗੁਰੂ ਕਿਰਪਾ ਕਰੇ ਮੋਰਚਾ ਫਤਿਹ ਹੋਵੇ ਤਾਂ ਅਸੀਂ ਸਪੈਸ਼ਲ ਇੱਕ ਪਾਵਾਂਗੇ ਮੈਸੇਜ ਕਿ ਭਾਈ ਵੱਧ ਤੋਂ ਵੱਧ ਇਹਨਾਂ ਵਿਚਾਰਿਆਂ ਦੀ ਮਦਦ ਕਰੋ ਦੇਖੋ ਜਿਹਨੂੰ ਜਿਹਨੂੰ ਰੱਬ ਨੇ ਮਾਰਿਆ ਹੈ ਫਸਲਾਂ ਮਰ ਗਈਆਂ ਉਹ ਜੇ ਆਪਾਂ ਭਾਈਚਾਰਾ ਕਾਦਾ ਹੈ ਯੂਨੀਅਨ ਬਣੀ ਹੈ ਨਾ ਯੂਨੀਅਨ ਕਾਦੀ ਹੈ ਜੇ ਔਖੇ ਦੀ ਮਦਦ ਹੀ ਨਹੀਂ ਕਰਨੀ ਤਾਂ ਔਖੇ ਦੀ ਮਦਦ ਕਰਾਂਗੇ ਔਰ ਉਹਦੇ ਵਿੱਚ ਪਿੱਛੇ ਵੀ ਕਰਦੇ ਰਹੇ ਤੇ ਫਿਰ ਦੁਬਾਰਾ ਸਾਡੀ ਤਿਆਰੀ ਹੈ ਕਿ ਇਹ ਜਿਹੜੇ 40 ਪਿੰਡ ਹੈ ਸਮਝ ਲਾ ਅਡਾਪਟ ਕਰਨ ਵਾਲੀ ਗੱਲ ਹੈ ਤੁਹਾਨੂੰ ਨਹੀਂ ਧਿਆਨ ਹੋਣਾ ਅਸੀਂ ਐਤਕੀ 80 85 ਏਕੜ ਪਨੀਰੀ ਬਜਾਈ ਸੀ ਹੂੰ 80 85 ਏਕੜ ਬਹੁਤ ਸਾਰੀ ਪਨੀਰੀ ਜੇਕਰ ਸਾਰੇ ਦਾ ਸਾਰਾ ਆ ਦੁਬਾਰਾ ਹੜਨਾ ਆਉਂਦਾ ਹਾਂਜੀ ਉਹਨਾਂ ਦੀ ਦੁਬਾਰਾ ਝੋਨਾ ਲੱਗ ਜਾਂਦਾ ਨਾ ਉਹ ਸਾਰੇ ਦਾ ਸਾਰੀ ਸਾਡੀ ਪਨੀਰ ਵੀ ਅਰਥ ਲੱਗ ਜਾਣੀ ਸੀ ਉਹਨਾਂ ਵਿਚਾਰਿਆਂ ਨੂੰ ਵਿਚਾਰ ਮੰਦਾਂ ਨੇ ਹੋਣ ਨੂੰ ਉਮੀਦ ਬਣ ਜਾਣੀ ਸੀ ਉਹਨਾਂ ਦੁਬਾਰਾ ਹੜ ਆ ਗਿਆ ਨਾ ਤਾਂ ਉਹਨਾਂ ਨੂੰ ਵਿਚਾਰਿਆਂ ਦੇ ਕੰਮ ਆਈ ਸਾਡੇ ਲੋਕਾਂ ਨੂੰ ਵਪਾਉਣੀ ਪਈ ਹੂੰ ਤੋਂ ਮਦਦ ਤਾਂ ਜਿਹੜੀ ਕਰਨ ਵਾਸਤੇ ਸਾਡੇ ਅਸੀਂ ਹਰ ਵੇਲੇ ਤਤਪਰਾਂ ਸਾਨੂੰ ਕਰਨਾ ਚਾਹੀਦਾ ਸਾਡੇ ਗੁਰੂ ਨੇ ਦੱਸਿਆ ਸਾਨੂੰ ਵੀ ਮਦਦ ਕਰਨੀ ਅਛਾ ਡਲੇਲ ਸਾਹਿਬ ਆਪਾਂ ਛੋਟੇ ਵੱਡੇ ਗੱਲਬਾਤ ਕਰਦੇ ਹੁਣ ਜੀ ਜਿਵੇਂ ਮੈਂ ਪੁੱਛ ਰਿਹਾ ਸੀ ਮੇਲੇ ਤੇ ਜਾਂਦੇ ਹੁੰਦੇ ਸੀ ਛੋਟੇ ਹੁੰਦੇ ਹਾਂ ਮੇਲਾ ਪਰ ਤੇ ਅਸਲ ਵਿੱਚ ਇੱਕ ਗੱਲ ਹੋਰ ਸੀ ਮੈਂ ਤੁਹਾਨੂੰ ਮੇਲੇ ਦੀ ਗੱਲ ਦੱਸ ਦਿੰਨਾ ਹੂੰ ਸਾਡੇ ਦਾਦਾ ਜੀ ਹੂੰ ਦਾਦਾ ਦੂਸਰਾ ਮੇਰੇ ਮਤਲਬ ਫਾਦਰ ਸਾਹਿਬ ਹੋਰ ਹੁੰਦਾ ਚਾਚਾ ਚਾਚਾ ਅੱਛਾ ਉਹ ਬਹੁਤ ਕੌੜੇ ਸੁਭਾਅ ਦੇ ਸੀਗੇ ਹੂੰ ਮੇਰੇ ਚਾਚੇ ਨੇ ਇੱਕ ਵਾਰੀ ਬਹੁਤ ਰੌਲਾ ਪਾਇਆ ਮੈਂ ਮੇਲੇ ਤੇ ਜਾਣਾ ਮੈਂ ਮੇਲੇ ਤੇ ਜਾਣਾ ਮੈਂ ਜਵਾਕ ਲੈ ਕੇ ਜਾਣਾ ਮੇਲੇ ਤੇ ਲੈ ਕੇ ਜਾਣਾ ਹੂੰ ਉਹ ਆਂਦਾ ਮੇਲੇ ਤੇ ਕੀ ਕਰਨਾ ਹੈ ਤੁਸੀਂ ਕੰਮ ਕਰੋ ਆਪਦਾ ਹੂੰ ਉਹ ਫਿਰ ਹੱਡਿਆ ਨਾ ਕਹਿੰਦਾ ਮੈਂ ਮੇਲੇ ਤੇ ਜਾਣਾ ਹਾਂ ਉਹ ਕਹਿੰਦਾ ਉਹ ਰਿਹਾ ਹੂੰ ਉਹ ਬਾਪੂ ਨੇ ਕੋਲੇ ਸੱਦ ਰਿਹਾ ਹੂੰ ਹੁਣ ਉਹਨਾਂ ਜਮਾਨਾ ਜਮਾ ਅੱਜ ਤੋਂ ਅੱਜ ਤੋਂ ਮਤਲਬ 45 ਸਾਲ ਪੁਰਾਣੀ ਗੱਲ 50 ਸਾਲ ਪੁਰਾਣੀ ਗੱਲ ਦੱਸਣ ਲੱਗਾ ਤੇ ਮੈਂ ਛੋਟਾ ਜਿਹਾ ਸੀ ਉਹਦਾ ਹਾਂ ਉਹਨੇ ਸੱਦ ਰਿਹਾ ਹੁਣ ਉਹਨਾਂ ਬਜ਼ੁਰਗਾਂ ਦੇ ਜਿਹੜੀ ਜੁੱਤੀ ਪਾਈ ਹੁੰਦੀ ਸੀ ਨਾ ਉਹ ਨਹੀਂ ਤੌੜੀ ਦੀਆਂ ਹਾਂ ਆ ਉਹਦਾ ਤੌੜੀ ਅੱਜ ਅੱਜ ਵਾਲਿਆਂ ਨੂੰ ਤੌੜੀ ਦਾ ਨਹੀਂ ਪਤਾ ਵੀ ਤੌੜੀ ਕੀ ਚੀਜ਼ ਹੁੰਦੀ ਹੈ ਉੱਠ ਦੀ ਖਾਲ ਨੂੰ ਤੌੜੀ ਕਹਿੰਦੇ ਹੁੰਦੇ ਸੀ ਉਹ ਤੌੜੀ ਤੋਂ ਬੜੀਆਂ ਕਰੜੀਆਂ ਤੇ ਜਦੋਂ ਤਲੇ ਨੂੰ ਥੱਲੇ ਘਸਣ ਤੋਂ ਇੱਕ ਥੱਲੇ ਉਹ ਲਵਾਣ ਦੇ ਜੀ ਖੁਰੀ ਉਹ ਆਇਆ ਮਪੂਜ਼ਾਗਲਾ ਤਾਤਿਆਂ ਨੂੰ ਕੋਲੇ ਕੰਦਾ ਉਹਦਾ ਸੱਦ ਕੇ ਕੋਲੇ ਰੱਖਨ ਦਾ ਕੋਲ ਜੁੱਤੀ ਦਿੰਦੇ ਸਾਂ ਉਹਦੀ ਜੁੱਤੀ ਲਵਾ ਕੇ ਦੇ ਉੱਤੇ ਪੈਰ ਰਾ ਕੇ ਖੜਾ ਹੋ ਗਿਆ ਬਜ਼ੁਰਗ ਉਹਨੇ ਗੇੜਾ ਦਿੱਤਾ ਸਾਰਾ ਪੈਰ ਉੱਛੜ ਗਿਆ ਉਹ ਕਹਿੰਦਾ ਲੈ ਹੁਣ ਮੇਲਾ ਬਣ ਗਿਆ ਤੇਰਾ ਆਹੀ ਮੇਲਾ ਹੋਣਾ ਹੈ ਕਿ ਉੱਥੇ ਜਾ ਕੇ ਵਿਆਹ ਕੁਝ ਕਰਨਾ ਹੈ ਹਾਂ ਲੋਕਾਂ ਤੋਂ ਪੈਰ ਮਧਾਉਣਿਆ ਉਹ ਘਰੇ ਵਧਿਆ ਗਿਆ ਸੋ ਇਹ ਸੁਭਾਸੀ ਉਹ ਜੁਰਗਾਂ ਨੂੰ ਸਿੱਖਿਆ ਮੈਂ ਹਾਂ ਕਿ ਯਾਰੋ ਮੇਲੇ ਦੇ ਵਿੱਚ ਇੱਕ ਤਰ੍ਹਾਂ ਦੀ ੱਪ ਧੂੜ ਧੱਕੇ ਐਂ ਕਿਹਾ ਜਾਂਦਾ ਹੈ ਨੀ ਗਏ ਤਾਂ ਹੋਣਗੇ ਯਾਰਾਂ ਦੋਸਤਾਂ ਦੇ ਕੋ ਮੇਲੇ ਚ ਮੈਂ ਨਹੀਂ ਨਹੀਂ ਹੁੰਦੇ ਛੋਟੇ ਹੁੰਦੇ ਆ ਛੋਟੇ ਹੁੰਦੇ ਲੈ ਲੋ ਤੁਸੀਂ ਸਾਡੇ ਨੇੜੇ ਮੇਲਾ ਦੋ ਮੇਲੇ ਹੁੰਦੇ ਸੀਗੇ ਹਮ ਕਿਹੜਾ ਦੂਜਾ ਕਿਹੜਾ ਇੱਕ ਤਾਂ ਹੁੰਦਾ ਸੀਗਾ ਮੁਖਸਰ ਸਾਹਿਬ ਦਾ ਹਾਂ ਮਾਗੀ ਦਾ ਮਾਗੀ ਦਾ ਹਾਂ ਇੱਕ ਇਧਰਲੇ ਪਾਸੇ ਮੇਲਾ ਲੱਗਦਾ ਹੁੰਦਾ ਸੀਗਾ ਬਸੰਤ ਪੰਚਮੀ ਦਾ ਅੱਛਾ ਫਰੋਜਪੁਰ ਵਾਲੇ ਪਾਸੇ ਹਾਂ ਮਜੀਦਪੁਰੋਂ ਇਹ ਦੋਨੇ ਮੇਲਿਆਂ ਦੇ ਉੱਤੇ ਜਾਣਾ ਕਦੇ-ਕਦੇ ਹੁਣ ਇਹ ਵਜੀਦਪੁਰ ਵਾਲਾ ਜਿਹੜਾ ਮੇਲਾ ਸੀ ਨਾ ਜੀ ਇਹ ਪੁਰਾਣੇ ਜ਼ਮਾਨੇ ਚ ਕੀ ਰਿਹਾ ਇਹਦੇ ਦਾ ਇਤਿਹਾਸ ਵੜਾ ਹੋਰ ਕਿਸਮ ਦਾ ਸੀ ਇੱਥੋਂ ਦੇ ਲੋਕਾਂ ਦਾ ਸਾਡਾ ਇਹ ਬੜੀ ਕਸੂਤੇ ਥਾਂ ਤੇ ਸੀ ਇਹ ਜਦੋਂ ਸਿੱਖ ਰਾਜ ਸੀ ਨਾ ਜਾਂ ਉਸ ਤੋਂ ਬਾਅਦ ਜਦੋਂ ਫਿਰ ਆ ਗਿਆ ਪਾਕਿਸਤਾਨ ਬਣ ਗਿਆ ਤੇ ਆਪਾਂ ਦੂਜੇ ਪਾਸੇ ਆ ਗਏ ਤਾਂ ਇਹ ਸਾਰੇ ਪਰਲੇ ਪਾਸੇ ਉਹ ਦੂਜੇ ਹੁੰਦੇ ਸੀਗੇ ਅੰਗਰੇਜ਼ੀ ਰਾਜ ਵਾਲੇ ਇਧਰਲੇ ਪਾਸੇ ਹੁੰਦੇ ਅਸੀਂ ਹੁੰਦੇ ਸੀਗੇ ਮਹਾਰਾਜ ਫਰੀਦਕੋਟ ਦੇ ਮਹਾਰਾਜ ਫਰੀਦਕੋਟ ਦੇ ਅੰਦਰ ਇਹਨਾਂ ਦੀ ਆਪਸ ਵਿੱਚ ਇਧਰਲੇ ਪਾਸੇ ਮੁਸਲਮਾਨ ਭਾਈਚਾਰਾ ਰਹਿੰਦਾ ਸੀ ਅੱਡੋ ਅੱਡੀ ਰਾਜਾਂ ਦਾ ਕੰਟਰੋਲ ਸੀ ਇਹਨਾਂ ਦਾ ਇਹਨਾਂ ਦਾ ਇਹਨਾਂ ਦੀ ਜੂਤ ਖੜਕਦੇ ਹੀ ਰਹਿੰਦਾ ਸੀ ਹਾਂ ਇਹਨਾਂ ਦਾ ਜੂਤ ਇੱਥੋਂ ਤੱਕ ਕਰ ਖੜਕਣਾ ਜਦੋਂ ਮੇਲਾ ਲੱਗਣਾ ਹਾਂ ਬਸੰਤ ਪੰਚਮੀ ਦਾ ਉੱਥੇ ਚਲੇ ਗਏ ਗੋਲੇ ਵਾਲਾ ਪਿੰਡ ਸਾਡਾ ਸੀ ਜਾਨੀ ਪੁਰਾਣਾ ਪਿੰਡ ਸਾਡਾ ਗੋਲੇ ਵਾਲਾ ਸੀ ਜੀ ਜੀ ਸਾਡੇ ਪਿੰਡ ਨੂੰ ਇੱਥੇ ਵਸਾਇਆ ਕਿਉਂ ਇਹ ਵੀ ਇੱਕ ਅਜੀਬ ਗੱਲ ਹੈ ਇਨਵੈਸਟ ਕਰਕੇ ਵਸਾਇਆ ਸੀ ਇਹ ਵੀ ਇਹ ਲੋਕ ਲੜਾਈ ਵਾਲੇ ਆ ਹੂੰ ਇਹ ਲੋਕ ਲੜਨ ਭਿੜਨ ਵਾਲੇ ਆ ਇਹਨਾਂ ਨੂੰ ਇੱਥੇ ਕਿ ਜੇ ਬਾਦਿਓ ਤਾਂ ਕਿ ਇਧਰ ਤੋਂ ਸਾਡੇ ਸਾਡੀ ریاست ਨੂੰ ਕੋਈ ਖਤਰਾ ਨਾ ਹੋਵੇ ਕੋਈ ਲੁੱਟਣ ਘੋੜਾ ਵਾਲਾ ਨਾ ਆਜੇ ਸਚਾਈ ਹੈ ਮੈਂ ਤੁਹਾਨੂੰ ਦੱਸਾਂ ਅੱਛਾ ਉਹ ਉਹ ਸਾਡੇ ਬਿਜੁਰ ਕੋ ਉੱਥੇ ਬੈਠੇ ਸੀਗੇ ਹੂੰ ਹੁਣ ਲੜਾਈ ਪੜਾਈ ਵਾਲੇ ਤਾਂ ਬੰਦੇ ਸੀਗੇ ਇਹਨਾਂ ਨੂੰ ਉੱਥੇ ਜਾ ਕੇ ਤੇ ਜੀ ਉਹਨਾਂ ਨਾਲ ਲੜਾਈ ਹੋ ਗਈ ਇਹਨਾਂ ਦੀ ਇੱਕ ਵਾਰੀ ਹੂੰ ਇੱਕ ਵਾਰੀ ਲੜਾਈ ਹੋ ਗਈ ਅਗਲੀ ਵਾਰ ਨੂੰ ਉਹਨੇ ਕਿਹਾ ਹਰ ਵਾਰੀ ਮੇਲੇ ਤੇ ਬੰਨ ਕੇ ਲੜਾਈ ਹੁੰਦੀ ਵੀ ਅੱਜ ਕਿ ਅਸੀਂ ਆਵਾਂਗੇ ਲਾਲਿਓ ਜੋਰ ਅੱਛਾ ਉਹ ਹੁਣ ਮੇਲੇ ਤੇ ਲੜਾਈ ਹੋਣੀ ਕਰਦੇ ਨੇ ਸਾਨੂੰ ਪਹਿਲੀਆਂ ਜੀ ਇੱਕ ਦੋ ਵਾਰੀ ਮੇਲੇ ਤੇ ਅਸੀਂ ਗਏ ਜਿਹਦਣਾ ਤੇ ਅਸੀਂ ਬਜ਼ੁਰਗਾਂ ਨੇ ਆਖਣਾ ਤੁਸੀਂ ਉਥੇ ਮੇਲੇ ਤੇ ਕੀ ਲੈਣਾ ਉੱਥੇ ਤਾਂ ਇਹਨੇ ਲੜਨਾ ਹੈ ਜਾ ਕੇ ਤਾਂ ਉਸ ਗੱਲ ਤੋਂ ਸਾਨੂੰ ਕਰਦੇ ਉਹ ਮਤਲਬ ਥੋੜੀ ਡਾਂਗ ਟੂ ਖਰਕੀ ਕਿਸੇ ਨਾਲ ਨਹੀਂ ਅਸੀਂ ਅਸੀਂ ਡਾਂਗ ਢਕਾਉਣ ਆਲੇ ਚ ਨਹੀਂ ਸੀ ਨਾਲੇ ਥੋੜੇ ਤੁਸੀਂ ਕਿਹਾ ਘਰ ਬਜ਼ੁਰਗ ਸਾਡੇ ਆਏ ਸੀ ਵੀ ਲੜਾਕੇ ਸਭਾ ਦੇ ਬਜ਼ੁਰਗਾਂ ਦੀ ਤਾਂ ਜੇ ਤੁਹਾਨੂੰ ਕੱਲ ਦੱਸਣਾ ਜੀ ਬਜ਼ੁਰਗ ਸਾਡਾ ਸਾਰਾ ਸਾਰਾ ਪਿੰਡ ਹੀ ਐ ਜਿਆ ਸੀ ਗੋਲੀਆ ਵਾਲਾ ਗੋਲੀਆ ਵਾਲਾ ਸਾਰਾ ਪਿੰਡ ਹੀ ਐ ਜਿਆ ਸੀਗਾ ਸਾਡੇ ਗੋਲੀਆ ਵਿੱਚ ਜਿੱਥੇ ਜੋਂ ਸਾਡਾ ਪੰਡਲੇ ਵਾਲਾ ਬਣ ਗਿਆ ਅਸੀਂ ਉੱਥੇ ਜਾ ਕੇ ਬਸਾ ਲਿਆ ਉਹ ਤੋਂ ਪਹਿਲਾਂ ਦੀ ਗੱਲ ਹੈ ਸਾਡਾ ਇੱਕ ਬਜ਼ੁਰਗ ਬਾਬਾ ਸੀਗਾ ਉਹਦਾ ਨਾਂ ਸੀਗਾ ਸੰਧੂਰਾ ਸਿੰਘ ਹਮ ਫਰੀਦਕੋਟੋਂ ਆਇਆ ਤੇ ਡਾਂਗ ਲੈ ਕੇ ਆਇਆ ਤਿੰਨ ਘੱਥ ਦੀ ਡਾਂਗ ਸਾਢੇ ਤਿੰਨ ਘੱਥ ਦੀ ਡਾਂਗ ਲਈ ਜਾਵੇ ਉਹਦੇ ਮੂਹਰੇ ਵਿਚਾਰਾ ਕੋਈ ਭਲਾ ਮਾਨਸ ਬੰਦਾ ਤੁਰਿਆ ਜਾਂਦਾ ਹੈ ਉਹਨੂੰ ਆਏ ਲੱਗੀ ਗੱਲ ਵੀ ਡਾਂਗ ਜੇ ਕੱਲ ਨੂੰ ਮੈਨੂੰ ਕਿਸੇ ਦੇ ਮਾਰ ਨਹੀਂ ਪਵੇ ਪਤਾ ਤਾਂ ਲੱਗੀ ਵੀ ਕੁਝ ਕਰੂਗੀ ਹੂੰ ਉਹਨੇ ਬਿਨਾ ਗੱਲ ਤੋਂ ਵਿਚਾਰੋ ਪੰਡਤ ਜੀ ਦਾ ਤੇ ਚਾਕੇ ਡਾਂਗ ਪੰਡਤ ਦੇ ਮਾਰਤੀ ਬਿਨਾ ਗੱਲ ਤੋਂ ਅੱਛਾ ਨਾ ਕੋਈ ਗੱਲ ਨਾ ਕੋਈ ਬਾਤ ਹੂੰ ਪੰਡਤ ਦੇ ਵਿਚਾਰਾ ਭਲਾ ਮਾਨਸ ਬੰਦਾ ਸੀ ਉਹ ਡਿੱਗ ਪਿਆ ਹੂੰ ਜਦੋਂ ਡਿੱਗਿਆ ਤੇ ਅਗਲੇ ਦਿਨ ਪੰਚਾਇਤ ਇਕੱਠੀ ਹੋਈ ਵੀ ਮੈਂ ਤੇ ਮਦਸੋ ਜੀ ਬਾਬਾ ਜੀ ਸੰਦੂਰਾ ਸੋਣੇ ਮੇਰੇ ਡਾਂਗ ਮਾਰੀ ਕਾ ਤੁਮਾਰੀ ਹੂੰ ਪੰਚਾਇਤ ਇਕੱਠੀ ਹੋ ਗਈ ਹਾਂ ਬਾਬਾ ਸੰਦੂਰਾ ਸੋਣੂ ਸੱਦ ਲਿਆ ਗਿਆ ਪੰਚਾਇਤ ਚ ਹੂੰ ਵੀ ਦੱਸ ਵੀ ਸੰਦੂਰਾ ਸਿਆ ਤੂੰ ਇਹ ਕੀ ਕੀਤਾ ਹੂੰ ਉਗ ਦਾ ਨਾਮ ਵੀ ਮੇਰੀ ਪੰਡਤ ਨਾਲ ਕੀ ਰੋਲਾ ਮੇਰੇ ਤੇ ਲੜਾਈ ਕੋਈ ਨਹੀਂ ਇਹਦਾ ਉਹ ਤਾਂ ਮੈਂ ਡਾਂਗ ਲੈ ਕੇ ਆਇਆ ਸੀ ਮੈਂ ਮੈਂ ਵੇਖੀ ਸੀ ਜੋ ਕੇ ਵੇਖੀ ਸੀ ਜਰਾ ਤੇ ਪੰਡਤ ਵਿਚਾਰਾ ਮਾਰ ਦੇਣਾ ਸੀਗਾ ਯਾਨੀ ਇਹਦਾ ਜਮਾਨਾ ਐਜਾ ਸੀ ਕੁਛ ਉਸ ਵੇਲੇ ਦਾ ਵਕਤ ਜਮਾਨਾ ਆ ਹਰ ਇੱਕ ਬੰਦਾ ਮਤਲਬ ਡਾਂਗ ਲੈ ਕੇ ਆਉਣਾ ਤੇ ਉਹਨੂੰ ਜੋ ਕੇ ਵੇਖਣਾ ਇਹ ਵੀ ਤਾਂ ਇੱਕ ਮਤਲਬ ਕਲਚਰ ਸੀ ਨਾ ਵੀ ਡਾਂਗ ਵੀ ਰੱਖਣੀ ਐ ਤੇ ਉਹਨੂੰ ਜੋਕੇ ਵੀ ਵੇਖਣਾ ਵੀ ਜੇ ਲੋੜ ਪਈ ਤਾਂ ਕੰਮ ਕਰੂਗੀ ਕਿ ਨਹੀਂ ਕਰੂਗੀ ਰੋਲ ਤੋਂ ਮਾਨਸਾ ਕੋਲ ਵੀ ਖੜੀ ਹੁੰਦੀ ਐ ਰੋਲ ਤੋਂ ਮਾਨਸਾ ਜੀ ਵਿਚਾਰਾ ਚਲੋ ਖੁੰਡੇ ਵਾਲਾ ਬਾਬਾ ਪਜਦਾ ਐ ਰੱਖਦਾ ਐ ਉਹ ਵੀ ਪਰ ਚਲੋ ਉਹਨਾਂ ਦਾ ਪਤਾ ਨਹੀਂ ਕਿਸ ਕਿਸ ਪਰਪਸ ਨਾਲ ਹਾਂ ਉਹਨਾਂ ਦਾ ਆਪਣਾ ਉਹ ਤਾਂ ਮੈਂ ਤੁਹਾਨੂੰ ਇੱਕ ਨਾਰਮਲ ਗੱਲ ਸਾਡੇ ਬਜ਼ੁਰਗਾਂ ਦੀਆਂ ਕਹਾਣੀ ਚੋਂ ਗੱਲ ਸੀ ਇਹ ਕਿ ਸਾਡੇ ਲੋਕਾਂ ਦਾ ਗੋਲੇ ਵਾਲੇ ਪਿੰਡ ਦਾ ਇਹਦਾ ਮਤਲਬ ਸੀਗਾ ਜਿਹੜੇ ਤੁਹਾਡੇ ਨਾਲ ਪੜਦੇ ਸੀ ਯਾਰ ਦੋਸਤ ਮਤਲਬ ਅੱਜ ਯਾਦ ਆਉਂਦਾ ਵੇਲਾ ਜਦ ਮੈਂ ਯੂਨੀਵਰਸਿਟੀ ਪੜ੍ਹਦੇ ਸੀ ਕਲਾਸਾਂ ਕਲੂਸ਼ਨ ਆਉਂਦੀਆਂ ਸੀ ਮੇਰੇ ਤੇ ਵੀ ਜਵਾਨੀ ਉਹ ਗਾਣਾ ਨਹੀਂ ਸੀਗਾ ਜੋ ਬਾਬੇ ਤੇ ਵੀ ਮਤਰੋ ਜਵਾਨੀ ਹੁੰਦੀ ਸੀਗੀ ਥੋੜੀ ਜਵਾਨੀ ਕੀ ਹੋਜੀ ਸੀਗੀ ਦੇਖੋ ਸਾਡੀ ਜਵਾਨੀ ਤਾਂ ਮਤਲਬ ਜੇ ਕਈ ਕਹ ਲੋ ਤੁਸੀਂ ਵੀ ਇੱਕ ਕਹਾਵਤ ਨਹੀਂ ਗਈ ਵੀ ਚਾਰ ਦਿਨ ਤਾਂ ਭੇੜ ਦੇ ਲੈਵਲ ਤੇ ਲੈਲੇ ਤੇ ਵੀ ਜਵਾਨੀ ਆ ਜਾਂਦੀ ਹੈ ਸਾਡੀ ਜਵਾਨੀ ਇਹੋ ਜੀ ਸੀ ਲਗਭਗ ਮਤਲਬ ਕਿ ਕਾਰਨ ਨਹੀਂ ਸੀ ਕੁਝ ਗੱਲਾਂ ਨਿੱਕੀਆਂ ਮੋਟੀਆਂ ਗੱਲਾਂ ਮੈਨੂੰ ਮੈਂ ਮੇਰਾ ਲੜਨ ਭੜਨ ਵਾਲਾ ਸੁਭਾਅ ਬਹੁਤ ਕੱਟ ਸੀਗਾ ਵੱਡੇ ਭਾਈ ਸਾਹਿਬ ਸੀ ਮੇਰੇ ਬ੍ਰਦਰਾਂ ਉਹਨਾਂ ਦਾ ਸੁਭਾਅ ਥੋੜਾ ਜਿਹਾ ਕੌੜਾ ਸੀ ਉਹ ਲੜਾਈ ਪੜਾਈ ਵਾਲੇ ਪਾਸੇ ਵੱਡੇ ਬਾਬੇ ਤੇ ਜਾਵੜਿਆ ਆਹਾਂ ਕਿਹਨਾਂ ਕਿਉਂ ਕਿਹਾ ਜਾ ਸਕਦਾ ਉਹਨਾਂ ਦਾ ਸੁਭਾਅ ਥੋੜਾ ਜਿਹਾ ਇਸ ਤਰ੍ਹਾਂ ਦਾ ਹੁੰਦਾ ਸੀਗਾ ਅੱਛਾ ਤਾਂ ਉਹਨਾਂ ਨੇ ਕਿਸੇ ਨਾ ਕਿਸੇ ਪਾਸੇ ਕਿਸੇ ਨਾ ਵੱਟ ਦਾ ਰੋਲਾ ਬਣ ਗਿਆ ਉੱਥੇ 60 ਫੀਟ ਮਾਰ ਲਈ ਲੜਾਈ ਝਗੜਾ ਕਰ ਲਿਆ ਤਾਂ ਮੇਰੀ ਜੇ ਤੁਸੀਂ ਸਹੀ ਪੁੱਛਦੇ ਹੋ ਮੈਂ ਮਤਲਬ ਵਧੀਆ ਪੜਾਈ ਕਰਦਾ ਕਰਦਾ ਕਾਲਜ ਦੀ ਪੜਾਈ ਮੈਨੂੰ ਛੱਡ ਕੇ ਕੋਰਸਪੋਂਡੈਂਸ ਵਾਲੇ ਪਾਸੇ ਨੂੰ ਤੁਰਨਾ ਪਿਆ ਤੇ ਮੈਂ ਉਹਦੀ ਬਦੌਲਤ ਗਿਆ ਪਹਿਲਾਂ ਕਿਹੜੇ ਕਾਲਜ ਲੱਗੇ ਤੁਸੀਂ ਪਹਿਲਾਂ ਮੈਂ ਮਰਜਿੰਦਰਾ ਕਾਲਜ ਫਰੀਦਕੋਟ ਪੜਦਾ ਨੇ ਮਰਜਿੰਦਰਾ ਕਾਲਜ ਫਰੀਦਕੋਟ ਪੜਦਾ ਨੇ ਠੀਕ ਹੈ ਵਧੀਆ ਰਹੀ ਸੀ ਉੱਥੇ ਕੰਮ ਸਾਡਾ ਉਸ ਤੋਂ ਬਾਅਦ ਤੁਹਾਨੂੰ ਇੱਕ ਮੈਂ ਇਹ ਜਿੰਦਗੀ ਦੀ ਘਟਨਾ ਅਸੀਂ ਜਦੋਂ ਕਾਲਜ ਪੜ੍ਹਦੇ ਸੀ ਨਾ ਕੋਈ ਜਥੇਬੰਦੀ ਕਿਸਾਨ ਜਥੇਬੰਦੀ ਨਹੀਂ ਸੀ ਉਦੋਂ ਸਟੂਡੈਂਟ ਯੂਨੀਅਨ ਸੀ ਅੱਛਾ ਸਟੂਡੈਂਟ ਪੰਜਾਬ ਸਟੂਡੈਂਟ ਯੂਨੀਅਨ ਹਾਂ ਪੀਐਸਯੂ ਹਾਂ ਉਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਪੈਰ ਧਰਿਆ ਜਾ ਕੇ ਬਿੱਕਰ ਐਸ਼ੀ ਵਰਗੇ ਉਹਦੇ ਮਤਲਬ ਸਾਡੇ ਆਗੂ ਸੀ ਹੂੰ ਉਸ ਵੇਲੇ ਦਾ ਸਾਡੀ ਇੱਕ ਲੜਾਈ ਸ਼ੁਰੂ ਹੋਈ ਸਰਕਾਰ ਨਾਲ ਕਿ ਸਾਡੇ ਕਾਲਜ ਦੇ ਕੋਲੇ ਸਾਨੂੰ ਵਿਦਿਆਰਥੀਆਂ ਦੇ ਚੜਨ ਵਾਸਤੇ ਦੇ ਉਤਰਨ ਵਾਸਤੇ ਇੱਥੇ ਰੇਲਵੇ ਸਟੇਸ਼ਨ ਚਾਹੀਦਾ ਹੈ ਠੀਕ ਹੈ ਉਪੰਗਾ ਬੰਨਿਆ ਹਾਂ ਉਹ ਰੇਲਵੇ ਲੈਂਡ ਉੱਪਰ ਦੀ ਜਾਂਦੀ ਸੀ ਨਾ ਨਾਲ ਦੀ ਬਿਲਕੁਲ ਅੱਛਾ ਉਹ ਅਸੀਂ ਮੰਗ ਕਰ ਲਈ ਹੂੰ ਹਰ ਵਾਰੀ ਕੇਸ ਬਣਾ ਕੇ ਸਾਨੂੰ ਇਥੋਂ ਡੀਸੀ ਸਾਹਿਬ ਤੋਰਿਆ ਕਰਨ ਵੀ ਆਜ ਭਾਈ ਇੱਥੇ ਰੇਲਵੇ ਸਟੇਸ਼ਨ ਦਿਓ ਅਗੋ ਆਬਜੈਕਸ਼ਨ ਲਾ ਕੇ ਆ ਜੇ ਵੀ ਰੇਲਵੇ ਸਟੇਸ਼ਨ ਬਹੁਤ ਨੇੜੇ ਆ ਇਹਨਾਂ ਨੇੜੇ ਰੇਲਵੇ ਸਟੇਸ਼ਨ ਦੂਜਾ ਬਣ ਨਹੀਂ ਸਕਦਾ ਕੋਟ ਵਾਲੇ ਤੇ ਰੋਡੇ ਕਾਲਜ ਵਾਲੇ ਤਾਂ ਬੱਸ ਖੜਾਉਣੀ ਮੰਗਦੇ ਤੁਸੀਂ ਰੇਲ ਹੀ ਮੰਗ ਲਈ ਐਵੇਂ ਹੋਈ ਗੱਲ ਬਹੁਤ ਵਾਰੀ ਫਿਰ ਇਹ ਹੋਇਆ ਵੀ ਚਲੋ ਤੁਸੀਂ ਰੇਲਵੇ ਸਟੇਸ਼ਨ ਨਾ ਦਿਓ ਅਸੀਂ ਤਾਂ ਰੇਲ ਰੋਕਾਂਗੇ ਜੇਤੋ ਵਾਲੇ ਪਾਸੋਂ ਮੁੰਡਿਆਂ ਨੇ ਆਉਣਾ ਤਾਂ ਰੇਲ ਦੇ ਮੂਹਰੇ ਮਤਲਬ ਖੰਡ ਸੱਟ ਲੈਣੇ ਉਹ ਤੇ ਰੇਲ ਨੂੰ ਰੁਕਣਾ ਹੀ ਪਣਾ ਕੋਣੇ ਮੁੰਡੇ ਉੱtre ਹੋਣੇ ਤੇ ਆਪੇ ਕੋਣ ਪਾਸੇ ਹੁੰਦੇ ਫਿਰਨੇ ਤੇ ਅਸੀਂ ਆਪ ਦਾ ਮੰਤਲ ਕਾਲਜ ਚ ਵੜ ਜਾਣਾ ਹੂੰ ਇਹ ਹੁੰਦਾ ਰਿਹਾ ਉਸ ਵੇਲੇ ਅਖੀਰ ਝੌਲੀ ਹੌਲੀ 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 ਲੜਾਈ ਲੜਦਾ ਲੜਦਾ ਲੰਬੀ ਲੜਾਈ ਲੜਦਾ ਲੜਦਿਆਂ ਉੱਥੇ ਅਸੀਂ ਰੇਲਵੇ ਸਟੇਸ਼ਨ ਬਣਾਉਣ ਦੇ ਵਿੱਚ ਸਫਲ ਹੋ ਗਏ ਹੂੰ ਉਹ ਰੇਲਵੇ ਸਟੇਸ਼ਨ ਚੱਲਦਾ ਰਿਹਾ ਬਾਕੀ ਫਿਰ ਉਦੋਂ ਮੰਤਲ ਸਟੂਡਿਓ ਜੀ ਆ ਆਪਣਾ ਤੁਸੀਂ ਦੇਖਿਆ ਨਹੀਂਗਾ ਬ੍ਰਜੇਂਦਰਾ ਕਾਲਜ ਦੇ ਬਿਲਕੁਲ ਮਗਰਲੇ ਪਾਸੇ ਹਾਂ ਉੱਥੇ ਰੇਲਵੇ ਸਟੇਸ਼ਨ ਦੀ ਹਜੇ ਵੀ ਬਿਲਡਿੰਗ ਹੈ ਕੀ ਟੁੱਟੀ ਜੀ ਅੱਛਾ ਹਾਂ ਉਹ ਤੇ ਰੇਲਵੇ ਸਟੇਸ਼ਨ ਮ ਉਹਨਡੇ ਆ ਬੱਚੇ ਸਾਡੇ ਮਤਲਬ ਨਾਲ ਦੇ ਸਾਥੀ ਉਥੇ ਉਹ ਸਾਰੇ ਹੀ ਮਤਲਬ ਜਦੋਂ ਅਸੀਂ ਮਿਲ ਪੈਂਦੇ ਆ ਤੇ ਯਾਦ ਤਾਂ ਆਉਂਦਾ ਹੀ ਅਕਸਰ ਮਤਲਬ ਦੋਸਤ ਮਿੱਤਰ ਸਾਰੇ ਸਜਣ ਤਾਂ ਉਹ ਸਮੇਂ ਦੇ ਮੁਤਾਬਕ ਇਹ ਜ਼ਰੂਰ ਹੈ ਕਿ ਜ਼ਿੰਦਗੀ ਦੇ ਉਲਝਾਵਾਂ ਦੇ ਵਿੱਚ ਹਰ ਇੱਕ ਬੰਦਾ ਉਲਝਿਆ ਹੈ ਅਸੀਂ ਵੀ ਉਹਨਾਂ ਦੇ ਨਾਲ ਦੇ ਯਾਦ ਆਉਂਦੇ ਆ ਜਿਹੜੇ ਨਾਲ ਪੜ੍ਹਦੇ ਹੁੰਦੇ ਸੀਗੇ ਜਵਾਨ ਕੀ ਕਰਦੇ ਆ ਅੱਜ ਕੱਲ ਕੋਈ ਹੈਗਾ ਕੰਟੈਕਟ ਹੈਗਾ ਆ ਨਹੀਂ ਹੈਗੇ ਨੇ ਬਹੁਤ ਸਾਰੇ ਹੈਗੇ ਨੇ ਕੁਝ ਤਾਂ ਸਾਡੇ ਅਸੀਂ ਆਪਦੇ ਨਾਲ ਸਾਡੇ ਜਥੇਬੰਦੀ ਚ ਹੀ ਆਏ ਫਿਰਦੇ ਨੇ ਬਹੁਤ ਸਾਰੇ ਬੰਦੇ ਉਹ ਨੇ ਠੀਕ ਹੈ ਜਿਹੜੇ ਮਤਲਬ ਨਾਲ ਦੇ ਉਦੋਂ ਪੜ੍ਹਦੇ ਪੜ੍ਹਦੇ ਅਸੀਂ ਅੱਜ ਜਥੇਬੰਦੀ ਦੇ ਵਿੱਚ ਸਾਡੇ ਨਾਲ ਨੇ ਬਹੁਤ ਸਾਰੇ ਦੋਸਤ ਮਿੱਤਰ ਕੋਈ ਫੌਜ ਚ ਭਰਤੀ ਹੋ ਗਿਆ ਕੋਈ ਕਿਸੇ ਪਾਸੇ ਚਲਿਆ ਗਿਆ ਇੱਕ ਸਾਡੇ ਨਾਲ ਪੜਦਾ ਪੜਦਾ ਉਸ ਵੇਲੇ ਜਿਵੇਂ ਤੁਸੀਂ ਨੋਟ ਕਰ ਲਿਓ ਆ ਗੁਰਜੀਤ ਰਮਾਣਾ ਡੀਐਸਪੀ ਹਾਂ ਠੀਕ ਆ ਇਹ ਮੇਰੇ ਨਾਲ ਤੁਹਾਡੇ ਨਾਲ ਪੜਦੇ ਹੁੰਦੇ ਮੇਰੇ ਨਾਲ ਪੜਦਾ ਹੁੰਦਾ ਸੀ ਇਹ ਇੱਕ ਹੁੰਦਾ ਸੰਧਵਾ ਕੋਠੀ ਪਾਈ ਜਾਂਦੇ ਆ ਹਾਂ ਪਾਲੀ ਤੋਂ ਨਿਬੜ ਗਿਆ ਕੋਈ ਮੰਦੂ ਤੋਂ ਬਹੁਤ ਸਾਰੇ ਬੰਦੇ ਇਹੋ ਜਿਹੇ ਹੈਗੇ ਨੇ ਜਿਹੜੇ ਨਾਲ ਪੜਦੇ ਰਹੇ ਆ ਅੱਛਾ ਉਹ ਕੋਈ ਕਿਸੇ ਲਾਈਨ ਚ ਚਲੇ ਗਿਆ ਕੋਈ ਕਿਸੇ ਲਾਈਨ ਚ ਚਲੇ ਗਿਆ ਹੂੰ ਸਾਡੀ ਲਾਈਨ ਸਾਡੇ ਕਰਨਾ ਤੁਸੀਂ ਛੋਟੇ ਹੁੰਦੇ ਕੀ ਸੋਚਿਆ ਸੀ ਕੀ ਬੰਨਣਾਗਾ ਪ੍ਰੋਫੈਸਰ ਪ੍ਰੋਫੈਸਰ ਦੇਖੋ ਹੋਲ ਸੈਂਸ ਦੇ ਨਹੀਂ ਕਿ ਲੀਡਰ ਮੈਂ ਨਹੀਂ ਨਾ ਤਾਂ ਮੈਂ ਮਤਲਬ ਕਦੇ ਇਹ ਸੋਚਿਆ ਸੀਗਾ ਕਿ ਮੈਂ ਇਹ ਕਰਨਾ ਹੈ ਹਾਂ ਮੈਨੂੰ ਪੜਨ ਦਾ ਜ਼ਰੂਰ ਇਹ ਮੇਰਾ ਮੇਰੇ ਫਾਦਰ ਸਾਹਿਬ ਦੀ ਇੱਕ ਵਿਚਾਰ ਸੀਗੀ ਜਾਂ ਮੇਰੇ ਨਾਨਾ ਜੀ ਦਾ ਇੱਕ ਸੁਭਾਅ ਖਿਆਲ ਸੀ ਦੋ ਗੱਲਾਂ ਦਾ ਨੋਟ ਕਰ ਲਿਓ ਗੱਲ ਹੁਣ ਹਾਂ ਦੋ ਗੱਲਾਂ ਹਾਂ ਦੋ ਗੱਲਾਂ ਨੋਟ ਕਰਿਓ ਹੁਣ ਉਹ ਤੇਰੀਆਂ ਦੋ ਆ ਗਈਆਂ ਗੱਲਾਂ ਹਾਂ ਇੱਕ ਤਾਂ ਮੇਰੇ ਨਾਨੇ ਦਾ ਇਹ ਸੀ ਹਾਂ ਕਿ ਪੁੱਤਰ ਜਿਹੜਾ ਕੰਮ ਕਰਨਾ ਹੈ ਹਾਂ ਤੋਕ ਕੇ ਕਰਨਾ ਹੈ ਹੂੰ ਸਿਰੇ ਲਾ ਦੇਣਾ ਹੈ ਇਹ ਜਾ ਕਰਨਾ ਕਿ ਤੇਰੇ ਵਰਗਾ ਕਿਸੇ ਨੇ ਕੀਤਾ ਨਾ ਹੋਵੇ ਹੂੰ ਇੱਕ ਗੱਲ ਅਗਲੀ ਗੱਲ ਆ ਗਈ ਕਿ ਹਾਲਾਤ ਕੀ ਕਹਿੰਦੇ ਨੇ ਤੈਨੂੰ ਹੂੰ ਹਾਲਾਤ ਤਾਂ ਨੇ ਬੰਦੇ ਨੂੰ ਮੋੜਨਾ ਆਂ ਦੀ ਜ਼ਿੰਦਗੀ ਚ ਹੂੰ ਔਰ ਉਹਦੇ ਚੋਂ ਮੈਂ ਆਪਦੇ ਨਾਨਾ ਜੀ ਦੇ ਸੁਭਾਅ ਦੇ ਮੁਤਾਬਕ ਚੱਲਦਿਆਂ ਚੱਲਦਿਆਂ ਮਨ ਚੇ ਸੀਗੀ ਕਿ ਪੜਨਾ ਯਾਰ ਮੇਰਾ ਬਾਪੂ ਚਾਹੁੰਦਾ ਮੇਰਾ ਨਾਨਾ ਚਾਹੁੰਦਾ ਵੀ ਤੂੰ ਪੜ ਤੇ ਮੈਂ ਪੜਨਾ ਤੂੰ ਮੈਂ ਪੜਨ ਦੇ ਵਿੱਚ ਮੇਰਾ ਮੇਰਾ ਚੰਗੀ ਰੁਚੀ ਵਾਹਿਗੁਰੂ ਨੇ ਬਣਾਈ ਰੱਖੀ ਵਕੀਲ ਬਣਨਾ ਚਾਹੁੰਦੇ ਸੀ ਤੁਸੀਂ ਮੈਂ ਮੈਂ ਤੁਹਾਨੂੰ ਉਹੀ ਗੱਲ ਦੱਸਣ ਲੱਗਾ ਸੀਗਾ ਹਾਂ ਅੱਗੇ ਵਕੀਲ ਮੈਂ ਉਸ ਕਰਕੇ ਨਹੀਂ ਸੀ ਬਣਨਾ ਚਾਹੁੰਦਾ ਕਿ ਮੇਰਾ ਨਾਨਾ ਚਾਹੁੰਦਾ ਸੀ ਨਾਨਾ ਚਾਹਣ ਨਾਲ ਤਾਂ ਮੈਂ ਪੜ੍ਹਨਾ ਹੀ ਚਾਹੁੰਦਾ ਸੀ ਹੂੰ ਵਕੀਲ ਮੈਨੂੰ ਕਿਉਂ ਬਣਨ ਦੇ ਮੇਰੇ ਮਨ ਦੇ ਵਿੱਚ ਤਮੰਨਾ ਜਾਗੀ ਹਾਂ ਅਸੀਂ ਫਰੀਦਕੋਟ ਦੇ ਵਿੱਚ ਇੱਕ ਸਾਦਕ ਏਰੀਏ ਦੇ ਵਿੱਚ ਇੱਕ ਬਹੁਤ ਇੱਕ ਤਰ੍ਹਾਂ ਦਾ ਇਹ ਕਹੋ ਤੁਸੀਂ ਸ਼ਰਾਰਤੀ ਕਿਸਮ ਦਾ ਦੁਕਾਨਦਾਰ ਸੀ ਹੂੰ ਔਰ ਉਹ ਬੰਦੇ ਨੇ ਵਕੀਲਾਂ ਨੂੰ ਐਂ ਅਡਜਸਟਮੈਂਟ ਕਰਨੀ ਸੈਟਿੰਗ ਕਰਨੀ 2 ਨੰਬਰ ਦਾ ਮਤਲਬ ਉਹਨੇ ਪੈਸਾ ਜੇ ਕੋਈ ਦੁਕਾਨਦਾਰ ਇਹ ਕਵੇ ਵੀ ਮੇਰੇ ਕੋਲੋਂ ਉਧਾਰ ਲੈ ਲਾ ਨਗਦ ਨਹੀਂ ਤੈਨੂੰ ਮੈਂ ਸਬਦਾ ਦੇਣਾ ਹੂੰ ਹੁਣ ਉਧਾਰ ਦੇਣ ਦਾ ਮਤਲਬ ਦੇਖੋ ਕਿੰਡੀ ਅਜੀਬ ਗੱਲ ਹੈ ਹਰ ਦੁਕਾਨਦਾਰ ਕਹੂਗਾ ਨਗਦ ਲੈ ਹੂੰ ਉਧਾਰ ਨਹੀਂ ਦੇਣਾ ਉਹ ਕਹਿੰਦਾ ਉਧਾਰ ਲੈ ਨਗਦ ਨਹੀਂ ਦੇਣਾ ਹੂੰ ਨਗਦ ਕਿਉਂ ਨਹੀਂ ਦਿੰਦਾ ਸੀਗਾ ਤਾਂ ਉਧਾਰ ਕਿਉਂ ਦਿੰਦਾ ਸੀ ਕਿਉਂਕਿ 1500 ਆ ਜਿਹੜਾ 1500 ਦੇ ਮੂਹਰੇ ਪਾਸੇ ਸਿਰਫ ਇੱਕ ਹੀ ਲਾਉਣਾ ਤੇ 11500 ਬਣ ਜਾਣਾ ਹੂੰ اگر مگرلے پاسے سی پر لگ گئی تا 15000 ਬਣ ਜਾਣਾ ਉਹ ਇਹ ਬਣਾਉਂਦਾ ਸੀ ਔਰ ਬੜਿਆ ਉਹ ਉਹਨੇ ਵਕੀਲਾ ਨੂੰ ਵਕੀਲ ਨੂੰ স্পੈਸ਼ਲ ਫੀਸ ਦੇ ਕੇ ਤੇ ਵਕੀਲ ਸੈੱਟ ਕਰਨ تکر ਜਾਂਦਾ ਸੀ ਵਕੀਲ ਸੈੱਟ ਕਰ लो ਕਿਸਾਨ ਨਹੀਂ ਉਹਦੇ ਕੋਲ ਜਿੱਤਦਾ ਸੀ کیس ਕੋਈ ਪਹਿਲਾ کیس ਅਸੀਂ ਜਿਤਾਇਆ یونین ਚੋਂ ਆਂਦੇ ਆ ਆਪ ਉਹਦੇ ਤੇ ਮਤਲਬ ਪਹਿਰਾ ਦੇ ਕੇ ਉਦੋਂ ਮਨ ਚ ਜਾਗ ਗਿਆ ਯਾਰ ਵੀ ਇਹਨਾਂ ਦੀ ਬਾਹ ਫੜਨ ਵਾਲਾ ਕੋਈ ਚਾਹੀਦਾ ਹੈ ਉਦੋਂ ਅੰਦਰ ਇਹ ਗਲਤ ਮੰਨਾਈ ਕਿ ਯਾਰ ਮੈਨੂੰ ਮਤਲਬ ਐਲ ਐਲ بی ਕਰਨੀ ਚਾਹੀਦੀ ਹੈ ਪਰ ਇਹ ਵੀ ਫਿਰ ਹਾਂ ਮੈਂ ਮੈਂ ਉਹ ਐਲਲਬੀ ਵੀ ਕਰਨ ਦੀ ਤਿਆਰੀ ਕਰ ਲਈ ਮੇਰਾ ਜਿਹੜਾ ਫਾਦਰਨ ਲਾ ਸੀਗੇ ਉਹ ਵਕੀਲ ਸੀਗੇ ਅੱਛਾ ਚਲੋ ਮੇਰੀ ਵਾਈਫ ਨੇ ਐਮ ਐਮਏ ਕੀਤੀ ਸੀਗੀ ਪੰਜਾਬੀ ਦੀ ਅੱਛਾ ਜੀ ਤੇ ਬੀਏ ਡੀ ਵੀ ਕੀਤੀ ਸੀ ਹੂੰ ਉਹ ਸਾਨੂੰ ਬੈਠਾ ਬੈਠਾ ਕਹਿੰਦਾ ਯਾਰ ਮੇਰੀ ਅਸ ਸੀਟ ਮੈ ਵਿਲੀ ਕਰਨੀ ਹੋਣੀ ਹੈ ਹੋਰ ਚਾਰਾਂ ਸਾਲਾਂ ਨੂੰ ਹੂੰ ਤੁਸੀਂ ਸੀਟ ਸਾਹਮਣੇ ਤੁਸੀਂ ਆਓ ਤੁਹਾਨੂੰ ਮੈਂ ਐਲਲਬੀ ਕਰਵਾਵਾਂ ਹੂੰ ਉਹਨਾਂ ਦੇ ਕਹਿਣ ਮੁਤਾਬਕ ਮੇਰੇ ਵੀ ਮਨ ਚ ਜਾਗ ਪੀ ਬੀ ਚਲੋ ਯਾਰ ਐਲ ਐਲ ਬੀ ਕਰਨ ਨਾਲ ਦੇ ਇਧਰ ਲੋੜ ਹੈ ਨਾਲੇ ਬਜ਼ੁਰਗ ਕਹਿੰਦਾ ਹੂੰ ਬਿਲਕੁਲ ਸਾਡੇ ਸਾਰੇ ਪੇਪਰ ਤਿਆਰ ਹੋ ਗਏ ਹੂੰ ਉਹਨੇ ਬਜ਼ੁਰਗ ਨੇ ਸਾਡੇ ਪੇਪਰ ਉੱਥੇ ਅਪਲਾਈ ਕਰਕੇ ਆਉਣੇ ਸੀਗੇ ਫਾਰਮ ਭਰਨਾ ਸੀ ਗੰਗਾ ਨਗਰ ਅੱਛਾ ਹੁਣ ਸਾਡੀ ਗੰਗਾ ਨਗਰ ਐਲ ਐਲ ਬੀ ਕਰਨ ਜਾਣ ਦੀ ਤਿਆਰੀ ਸੀ ਇਤਿਫਾਕ ਦੋਹਾਂ ਜਣਾਂ ਦੀ ਦੋਹਾਂ ਜਣਾਂ ਦੀ ਮੇਰੀ ਤੇ ਮੇਰੀ ਵਾਈਫ ਦੀ ਅੱਛਾ ਲੇਕਿਨ ਪ੍ਰਮਾਤਮਾ ਨੇ ਸਾਡੇ ਤੇ ਜੋ ਮੈਂ ਉਹੀ ਕਹਿੰਦਾ ਦੋ ਗੱਲਾਂ ਨੇ ਹਾਂ ਕਰਦੇ ਇੱਕ ਹਾਲਾਤ ਕਰਦੇ ਨੇ ਇੱਕ ਤਮੰਨਾ ਹੁੰਦੀ ਹੈ ਉੱਥੇ ਕੀ ਹੋਇਆ ਮੇਰੇ ਸਹੁਰਾ ਸਾਹਿਬ ਸਡਨਲੀ ਉਹਨਾਂ ਨੂੰ ਅਟੈਕ ਆਇਆ ਤੇ ਉਹਨਾਂ ਦੀ ਡੈਥ ਹੋ ਗਈ ਬਸ ਉਹ ਜਿੱਥੇ ਕਾਗਜ਼ ਪਏ ਸੀ ਉੱਥੇ ਹੀ ਰਹਿ ਗਏ ਉਸ ਤੋਂ ਬਾਅਦ ਉਹਦੇ ਸੰਬੰਧੀ ਗੱਲ ਹੈ ਜੀ ਇਹ ਇਹ ਲਗਭਗ 93 99 ਦੀਆਂ ਗੱਲਾਂ ਹੋਣਗੀਆਂ ਸਹੁਰੇ ਕਿੱਥੇ ਤੁਹਾਡੇ ਫਤਨ ਵਾਲਾ ਫਤਨ ਵਾਲਾ ਉਹਨਾਂ ਦੇ ਘਰਾਂ ਜੀ ਹੂੰ ਜਿਹੜੇ ਫਤਨ ਵਾਲੇ ਵਾਲੇ ਵਾਜਦੇ ਹੈ ਉਹਨਾਂ ਦੇ ਘਰਾਚੀ ਹੈ ਠੀਕ ਹੈ ਹਣੀ ਕਿ ਕਿ ਦੂਜਿਆਂ ਦੇ ਜਗਦੀਪ ਕੇ ਨਹੀਂ ਹਣੀ ਕਿ ਜਿਹੜੇ ਹਾਂ ਹਣੀ ਦਾ ਦਾਦਾ ਹਾਂ ਤੇ ਮੇਰੀ ਵਾਈਫ ਦਾ ਦਾਦਾ ਇਹ ਸਾਰੇ ਭਰਾ ਸੀ ਠੀਕ ਹੈ ਇਹ ਸੀ ਨਾ ਦਾ ਹਮ ਹਮ ਮਨਪ੍ਰੀਤ ਬਾਦਲਾ ਜਿਹੜਾ ਹਾਂ ਹਾਂ ਉਹ ਮਾਸੀ ਦਾ ਮੁੰਡਾ ਉਹਨਾਂ ਦੀ ਹਾਂ ਉਹਨਾਂ ਨੇ ਉਹਦੀ ਮਾਸੀ ਦਾ ਨਹੀਂਗਾ ਉਹਨਾਂ ਦੀ ਭੂਆ ਦਾ ਅੱਛਾ ਮੈਂ ਮਲਤੀ ਦੇ ਜੱਟ ਇਹ ਉਹਨਾਂ ਦੀ ਭੂਆ ਦਾ ਓਕੇ ਸਾਡੇ ਮੇਰੀ ਸਾਲੀ ਦਾ ਪੁੱਤ ਜ਼ਰੂਰ ਹੈਗਾ ਇਹ ਹੈਗਾ ਮੈਂ ਕੋਲ ਨੂੰ ਲਾ ਕੇ ਬਾਦਲਾ ਦੇ ਰਿਸ਼ਤੇਦਾਰ ਨੂੰ ਆ ਚਲੋ ਇਹ ਕਹਿ ਸਕਦੇ ਹਾਂ ਕੋ ਕਹਿ ਲੋ ਬਾਦਲਾ ਦੇ ਕਹਿ ਲਿਆ ਕਰੋ ਭਾਵੇਂ ਕੱਲ੍ਹ ਦੀ ਕਾਂਗਰਸੀਆਂ ਦੇ ਕਿਉਂ ਨਾ ਜੱਟ ਜੱਟਾਂ ਦੇ ਸਾਲੇ ਕਰਦੇ ਗਾਲੇ ਇਹਦੇ ਵਿੱਚ ਐਕਸ਼ਨ ਸੀ ਸੁਸਾਇਟੀ ਦੇ ਵਿੱਚ ਹੈਨਾ ਹਾਂ ਇਹਨਾਂ ਵਰਗੇ ਮੈਂ ਅਸੀਂ ਟੋਟਾ ਦੇਖੋ ਜਿਹੜਾ ਮੇਰਾ ਵਿਆਹ ਨਾ ਇਹ ਵੀ ਤੁਸੀਂ ਅਜੀਬ ਜੇ ਮਗਲ ਕਹਾਣੀ ਹੈ ਮੇਰੇ ਵਿਆਹ ਦੀ ਵੀ ਕਿਵੇਂ ਪਹਿਲੇ ਤਾਂ ਮੈਂ ਚਾਹੁੰਦਾ ਨਹੀਂ ਸੀਗਾ ਮੈਰਿਜ ਕਰਨੀ ਕਿਉਂ ਬਸ ਮੇਰੇ ਇੱਕ ਮਤਲਬ ਆਜ਼ਾਦ ਜੇ ਵਿਚਾਰ ਸੀਗੇ ਕਿ ਮੈਂ ਇਹ ਨਹੀਂ ਕੰਮ ਕਰ ਕਾਮਰੇਡਾਂ ਵਾਲੇ ਨਾ ਕਾਮਰੇਡਾਂ ਵਾਲੇ ਤਾਂ ਨਾ ਕਹੋ ਨਹੀਂ ਪੀਐਸਯੂ 'ਚ ਰਹੇ ਹਾਂ ਨਹੀਂ ਪੀਐਸਯੂ ਤਾਂ ਹੁਣ ਉਹ ਵੱਖਰੀ ਚੀਜ਼ ਸੀਗੀ ਉਸ ਤੋਂ ਬਾਅਦ ਮੈਂ ਆਲ ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ 'ਚ ਵੀ ਦਰਿਆ ਨਾ ਹਾਂ ਇਹ ਵੀ ਇਹ ਵੀ ਤਾਂ ਮੇਰੀ ਮੇਰੀ ਜੀ ਲਾਈਫ ਦਾ ਹਿੱਸਾ ਹੈ ਪਰ ਮੈਂ ਜਿਹੜੀ ਗੱਲ ਦੱਸਾਂ ਤੁਹਾਨੂੰ ਕਿ ਮੈਂ ਮੈਨੂੰ ਇਹ ਲੱਗਦਾ ਸੀਗਾ ਕਿ ਮੈਰਿਜ ਹੈ ਜਿਹੜੀ ਹਾਂ ਇਹ ਆਦਮੀ ਨੂੰ ਜੋ ਆਦਮੀ ਕੁਝ ਕਰਨਾ ਚਾਹੁੰਦਾ ਹੈ ਸ਼ਾਇਦ ਉਹਦੇ ਵਿੱਚ ਰਿਕਾਪਟਾ ਪਉਂਦੀ ਹੋਵੇ ਆਈ ਕਿਉਂ ਲੱਗਦਾ ਸੀ ਇਹ ਜਿੰਦਗੀ ਦੇ ਦੇਖੋ ਦਿਨਾਂ ਜਿਨ੍ਹਾਂ ਤੁਸੀਂ ਉਲਝਦੇ ਜਾਓਗੇ ਜਿਨ੍ਹਾਂ ਤੁਸੀਂ ਉਲਝਦੇ ਜਾਓਗੇ ਇਹਦੇ ਵਿੱਚ ਪਰਿਵਾਰ ਬਣ ਗਿਆ ਬੱਚੇ ਆ ਗਏ ਉਸ ਤੋਂ ਅੱਗੇ ਹੋਰ ਬਣ ਗਿਆ ਫਿਰ ਤੁਸੀਂ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਜੋ ਕੁਝ ਕਰਨਾ ਚਾਹੁੰਦੇ ਹੋ ਉਹ ਨਹੀਂ ਕਰ ਸਕੋ ਹੁਣ ਕਰ ਨਹੀਂ ਸਕਦੇ ਜਾਂ ਕਰ ਰਹੇ ਨੇ ਇਹਦਾ ਫਰਕ ਹੈ ਹੁਣ ਇਸੇ ਗੱਲ ਦਾ ਲੈ ਲਿਓ ਹਾਂ ਕਿ ਆਦਮੀ ਜਦੋਂ ਇਹ ਕੰਮ ਕਰਦਾ ਅੱਜ ਮੈਂ ਯੂਨੀਅਨ ਦੇ ਵਿੱਚ ਮੇਰਾ ਪਰਿਵਾਰ ਮੈਨੂੰ ਮਤਲਬ ਸਪੋਰਟ ਕਰਦਾ ਚੰਗੀ ਕਰਦਾ ਮਾੜੀ ਕਰਦਾ ਥੋੜੀ ਕਰਦਾ ਬਹੁਤੀ ਕਰਦਾ ਜਿੰਨੀ ਜੋਗਰਾ ਉਹ ਕਰਦੇ ਨੇ ਹੁਣ ਉਹ ਇਥੋਂ ਤੱਕਰ ਸਪੋਰਟ ਕੀਤੀ ਉਹਨਾਂ ਨੇ ਜਦੋਂ ਆਪਣਾ ਕਿਸਾਨ ਮੋਰਚਾ ਚੱਲਦਾ ਸੀ ਤੁਸੀਂ ਅਜੀਬ ਗੱਲ ਹੈ ਹਨਾਣ ਹੋ ਗਏ ਸਾਢੇ 4 ਲੱਖ ਦੀ ਕਣਕ ਹੋਈ ਤੇ ਸਾਢੇ 4 ਦਾ ਸਾਢੇ 4 ਲੱਖ ਰੁਪਈਆ ਕਣਕ ਹੁਣ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਮੋਰਚੇ ਚ ਲੈ ਗਿਆ ਸੀ ਇੰਨੀ ਕੀ ਤਾਂ ਇੱਕ ਸਪੋਰਟ ਮੈਨੂੰ ਪਰਿਵਾਰ ਦੀ ਹੈਗੀ ਸੀ ਉਹਨਾਂ ਨੇ ਕਿਹਾ ਨਹੀਂ ਕੋਈ ਨਹੀਂ ਦੇਖੋ ਵਾਏ ਕਿਵੇਂ ਕਹਿ ਨਹੀਂ 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 ਐਨੇ ਸੀ ਗੱਲੇ ਅੱਛਾ ਪਰਿਵਾਰ ਦਾ ਮੈਨੂੰ ਸਪੋਰਟ ਮਤਲਬ ਬਹੁਤ ਹੁੰਦੀ ਰਹੇ ਆ ਮੈਨੂੰ ਮੈਨੂੰ ਮੇਰੇ ਬਜ਼ੁਰਗਾਂ ਤੋਂ ਵੀ ਮਤਲਬ ਕਦੇ ਇਹ ਗੱਲ ਹੋਈ ਮੇਰੇ ਆਪਦੇ ਮਤਲਬ ਵਾਈਫ ਤੋਂ ਜਾਂ ਬੱਚਿਆਂ ਤੋਂ ਵੀ ਕਦੇ ਇਹੋ ਜੀ ਗੱਲ ਨਹੀਂ ਹੋਈ ਸਾਰਿਆਂ ਮੰਨੀਆਂ ਮਤਲਬ ਮੈਨੂੰ ਸਪੋਰਟ ਮਤਲਬ ਹੈਗੀ ਆ ਅੱਛਾ ਵਿਆਹ ਵਾਲਾ ਕੱਸਾ ਸੁਣਾਉਂਦੀ ਤੂੰ ਹਾਂ ਮੈਂ ਜਿਹੜਾ ਵਿਆਹ ਵਾਲਾ ਕੱਸਾ ਤੈਨੂੰ ਗੱਲ ਦੱਸਦਾ ਸੀ ਕਿ ਮੈਂ ਚਾਹੁੰਦਾ ਸੀਗਾ ਫ੍ਰੀ ਮਾਈਂਡ ਰਹਿਣਾ ਹੂੰ ਚਲੋ ਕੁਦਰਤ ਦੀ ਮਰਜ਼ੀ ਹੁੰਦੀ ਆ ਹੌਲੀ ਹੌਲੀ ਸਮਾਂ ਪੈਂਦੇ ਪੈਂਦੇ ਆ ਮੇਰੀ ਸ਼ਾਦੀ ਕਰਨ ਦਾ ਮਾਤਾ ਨੇ ਢੋੜਾ ਜੋ ਥੋੜਾ ਜਿਹਾ ਜ਼ਿਆਦਾ ਜ਼ੋਰ ਦੇ ਕੇ ਬਣਾ ਲਿਆ ਕਿ ਨਹੀਂ ਪਈ ਹੁਣ ਮਤਲਬ ਵਿਆਹ ਕਰਨਾ ਹੈ। ਹਮਮ ਨਾਨਾ ਵੀ ਕਹਿਣ ਲੱਗਾ ਵੀ ਨਹੀਂ ਵੀ ਹੁਣ ਨਹੀਂ ਹੁਣ ਵਿਆਹ ਕਰਨਾ ਹੈ। ਚਲੋ ਮੈਂ ਨਮੂਰੇ ਕੋਡੇ ਟੇਕਤੇ ਵੀ ਤੁਹਾਡੀ ਮਰਜ਼ੀ ਹੈ। ਹਮਮ ਲੇਕਿਨ ਮੈਂ ਓਵਰੇਜ ਜ਼ਰੂਰ ਹੋ ਗਿਆ ਸੀ। ਕਿੰਨੀ ਏਜ ਹੋਗੀ? ਮੇਰੀ ਲਗਭਗ ਹੋਏਗੀ 32-33 ਸਾਲ ਦੀ। ਅੱਛਾ ਉਹਨਾਂ ਸਮਿਆਂ ਚ ਉਹਦਾ ਤਾਂ 17-18 ਦਿਨ ਵਿਆਹ ਦਿੰਦੇ ਸੀ। ਹਾਂ। ਉਹ ਮੈਂ ਧੱਕੇ ਧੁੱਕੇ ਨਾਲ ਲੰਘ ਗਿਆ ਨਾ ਇੰਨਾ ਟਾਈਮ ਲਗਾ ਗਿਆ ਆਪਦਾ। ਹਾਂ। ਉੱਥੇ ਜਾ ਕੇ ਕੀ ਹੁੰਦਾ? ਮੇਰਾ ਸਵਰਾ ਸਾਹਿਬ ਮੈਨੂੰ ਜਦੋਂ ਦੇਖਣ ਆਏ ਹੂੰ ਤਾਂ ਮੈਂ ਉਹਨਾਂ ਨੂੰ ਬੜੇ ਗਾਂ ਬੜੀਆਂ ਕਰੜੀਆਂ ਗੱਲਾਂ ਦੋ ਚਾਰ ਕਰੀਆਂ ਕਿਵੇਂ ਪਹਿਲੀ ਤਾਂ ਮੈਂ ਇਹ ਗੱਲ ਕਹੀ ਵੀ ਮੈਂ ਕਹਾ ਗੱਲ ਸੁਣਨ ਮੇਰੀ ਇਹ ਮੇਰੀ ਉਦੋਂ ਦੀ ਗੱਲ ਹੈ ਹੂੰ ਕਿ ਕੱਲ ਨੂੰ ਤੁਸੀਂ ਕਹੋ ਜਾਂ ਤੁਹਾਡੀ ਬੇਟੀ ਕਹੇ ਕਿ ਜੀ ਅਸੀਂ ਫਲਾਨੇ ਥਾਂ ਤੇ ਜਾਣਾ ਅਸੀਂ ਜਿੱਥੇ ਮੇਰਾ ਜੀ ਕਰੇਗਾ ਮੈਂ ਉੱਥੇ ਮਿਲਣ ਜਾਵਾਂਗਾ ਯਾਨੀ ਮੈਂ ਇਹ ਤੁਹਾਨੂੰ ਗੱਲ ਦੱਸ ਰਿਹਾ ਨਾ ਵੀ ਮੈਂ ਆਜ਼ਾਦ ਰੱਖਣਾ ਚਾਹੁੰਦਾ ਸੀ ਅੱਛਾ ਮਤਲਬ ਰਿਸ਼ਤਦਾਰੀਆਂ ਚ ਨਹੀਂ ਸੀ ਜਾਣਾਗਾ ਇੱਥੇ ਜਾਣਾ ਉੱਥੇ ਜਾਣਾ ਹੈ ਜਿਹੜੀ ਬੰਦਿਸ਼ ਘੱਟ ਰਵੇ ਅੱਛਾ ਬੰਦਿਸ਼ ਇਹ ਗੱਲਾਂ ਮੈਂ ਪਹਿਲਾਂ ਕਹੀਆਂ ਉਹਨਾਂ ਨੂੰ ਅੱਛਾ ਹੁਣ ਉਸ ਤੋਂ ਅੱਗੇ ਜਿਹੜੀ ਗੱਲ ਹੋਈ ਮੇਰੀ ਇਹ ਸੀ ਕਿ ਸਾਡੀ ਉਹ ਪੁੱਛਦੇ ਸੀ ਵੀ ਡਿਮਾਂਡ ਕੀ ਹੁਣ ਮੇਰੇ ਕੋਲੇ ਮਤਲਬ ਉਸ ਵੇਲੇ 20 ਕਿੱਲੇ ਜ਼ਮੀਨ ਦਾ ਮੈਂ ਮਾਲਕ ਸੀ ਹੂੰ ਤਾਂ ਉਹਨਾਂ ਦੀ ਸੀ ਵੀ ਤੁਸੀਂ ਦੱਸੋ ਹੁਣ ਅਸੀਂ ਕਹਿੰਦੇ ਸੀ ਮੈਂ ਸਾਡੇ ਘਰ ਦਾ ਵੀ ਇਹ ਸੀਗਾ ਵੀ ਵੱਡੀ ਸਾਰੀ ਉਮਰ ਦਾ ਹੋਇਆ ਫਿਰਦਾ ਤੱਕੇ ਧੁੱਕੇ ਨਾ ਕਰ ਬਿਆਹ ਲਵੋ ਉਹਨੂੰ ਮੰਗਣਾ ਮੰਗਣਾ ਕਿਸੇ ਤੋਂ ਕੀ ਹੈ ਹਾਂ ਤੇ ਮੇਰਾ ਮੈਨੂੰ ਵੀ ਵਾਹਿਗੁਰੂ ਦੀ ਕਿਰਪਾ ਸੀਗੀ ਮੈਂ ਇਹ ਸੋਚ ਹੀ ਨਹੀਂ ਸੀ ਸੋਚਦਾ ਇਹ ਕੁਝ ਲੈਣਾ ਕਿਸੇ ਤੋਂ ਬੜਾ ਉਹਨਾਂ ਨੇ 10 ਦਿਨ ਤਾਂ ਸਾਡਾ ਆਹੀ ਕੀ ਚੀਂ ਦਿੰਦਾ ਪਿਆ ਰਿਆ ਵੀ ਤੁਸੀਂ ਦੱਸੋ ਜੀ ਮੰਗ ਦੱਸੋ ਸਾਡੇ ਆਵੇ ਗੱਲ ਸਾਡੀ ਕੋਈ ਮੰਗਣੀ ਚਲੋ ਐ ਕਰਦਿਆ ਕਰਦਿਆ ਉਹ ਵਿਆਹ ਹੋਣ ਦਾ ਸਾਡਾ ਸਬਬ ਬਣ ਗਿਆ ਹੁਣ ਤੁਸੀਂ ਪਹਿਲਾ ਬੰਦਾ ਤੁਹਾਡੇ ਸਾਹਮਣੇ ਅੱਜ ਬੈਠਾ ਮੈਂ ਜਿਹੜਾ ਆਪਦੀ ਸ਼ਾਦੀ ਦੇ ਉੱਤੇ ਨਾ ਮੈਂ ਕੱਪੜੇ ਨਵੇਂ ਬਣਾਏ ਨਾ ਮੈਂ ਜੋੜੇ ਨਵੇਂ ਪੈ ਲੈ ਕੇ ਜੁੱਤੀ ਲੈ ਕੇ ਨਵੀਂ ਭਾਈ ਨਾ ਮੈਂ ਪੱਗ ਨਵੀਂ ਲੈ ਕੇ ਬੰਨੀ ਕੰਜੂਸ ਬੜੇ ਜੀ ਨਾ ਮੈਂ 20 ਕਿੱਲੇ 20 ਕਿੱਲੇ ਹੀ ਕਿੰਨਾ ਕੰਜੂਸ ਬੜੇ ਜੀ ਨਹੀਂ 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 ਅੱਛਾ ਨਾ ਮੈਂ ਹੋਰ ਦੱਸਦਾ ਹਾਂ ਅਜਿਹੜਾ ਹੁਣ ਜਮਾਨੇ ਦੇ ਮੁਤਾਬਕ ਬਣ ਗਈ ਗੱਲ ਸਿਹਰੇ ਬੰਨੋ ਜੀ ਜੇ ਕਰੋ ਕੋ ਕਰੋ ਕੁਝ ਨਹੀਂ ਸੀ ਉਸ ਵੇਲੇ ਤਾਂ ਸਗੋਂ ਬੜਾ ਸੀ ਹੁਣ ਤਾਂ ਲੋਕ ਸੋ ਸਿੱਖ ਧਰਮ ਨੂੰ ਅਡਾਪਟ ਕਰਦੇ ਜਾ ਰਹੇ ਨੇ ਇਹਨਾਂ ਗੱਲਾਂ ਤੋਂ ਦੂਰ ਹੁੰਦੇ ਜਾ ਰਹੇ ਨੇ ਉਸ ਵੇਲੇ ਤਾਂ ਬਹੁਤ ਜ਼ਿਆਦਾ ਸੀ ਲੇਕਿਨ ਮੈਂ ਕਹਿੰਦਾ ਬਿਲਕੁਲ ਮੈਂ ਕੁਝ ਨਹੀਂ ਕਰਨਾ ਇਹ ਤੋ ਇੱਕ ਕਲ ਹੋਰ ਸੀ ਮੇਰੇ ਘਰ ਜਦੋਂ ਵੀ ਵਿਆਹ ਹੁੰਦਾ ਬੰਦੇ ਦਾ ਉਹਨੂੰ ਇੱਕ ਇੱਕ ਕਹਾ ਆਮ ਲੋਕਾਂ ਦੀ ਹੈ ਵੀ ਇਹਨੂੰ ਗੁਲਾਬੀ ਪੱਗ ਬਣਾ ਦਿਓ ਉਹਨਾਂ ਜਮਾਨਿਆਂ ਚ ਉਹਦੇ ਵੀ ਹਰੀ ਬੰਨੀ ਸੀ ਤੇ ਮੇਰੇ ਉਦੋਂ ਕਾਲੀ ਪੱਗ ਬੰਨੀ ਵੀ ਸੀ ਉਹ ਤਾਂ ਨਾਲੇ ਆਪਣੇ ਨੂੰ ਚਿੱਟੀ ਕਾਲੀ ਬੰਨਣ ਨਹੀਂ ਦਿੰਦੇ ਸਕਣਾ ਹਾਂ ਤੇ ਮੇਰੇ ਕਾਲੀ ਸੀ ਮੇਰੇ ਕਾਲੀ ਪੱਗ ਸੀ ਜਿਹੜੇ ਮੇਰੇ ਲੀੜੇ ਪਾਏ ਸੀ 1.5 ਸਾਲ ਪੁਰਾਣੇ ਸੀ ਉਹੀ ਪਾ ਕੇ ਮੈਂ ਗਿਆ ਇਹ ਇਹ ਕਾਰਨ ਹੈ ਕਾਰਨ ਇਹ ਹੈ ਕਿ ਅਗਲਿਆਂ ਨੇ ਜਿਨ੍ਹਾਂ ਨੇ ਹੁਣ ਮੇਰੇ ਕੋਲੇ ਆਉਣਾ ਹੈ ਉਹਨਾਂ ਨੂੰ ਘੱਟੂ ਘੱਟ ਉੱਥੇ ਬੈਠਿਆਂ ਨੂੰ ਪਹਿਲਾਂ ਹੀ ਕੰਨ ਹੋ ਜੇ ਕਿ ਭਾਈ ਇਹ ਉਜਾੜਾ ਨਹੀਂ ਕਰਨ ਦਿੰਦਾ ਹਾਂ ਕਰਦਾ ਉਜਾੜਾ ਨਹੀਂ ਕਰਨ ਦਿੰਦਾ ਔਰ ਉਹਦੇ ਤੇ ਵੀ ਕੀ ਹੋਇਆ ਆਏ ਨਹੀਂ ਕਹਿੰਦੇ ਮੁੰਡੇ ਘਰ ਦੇ ਜਾੜਾ ਨਹੀਂ ਕਰਨ ਦਿੰਦਾ 4.5 ਲੱਖ ਦੋ ਅੰਦੋਲਨ ਜੀ ਲਏ ਅੰਦੋਲਨ ਚ ਲਾਇਆ ਉਹਨਾਂ ਦੀ ਖਾਤਰ ਲਾਇਆ ਨਾ ਅੱਛਾ ਉਹਨਾਂ ਦੀ ਜ਼ਮੀਨ ਬਚਾਉਣ ਦੀ ਖਾਤਰ ਲਾਇਆ ਸੋਸਾਇਟੀ ਦੀ ਖਾਤਰ ਲਾਇਆ ਉਜਾੜਾ ਕਰਨਾ ਹੋਰ ਚੀਜ਼ ਹੁੰਦਾ ਹੈ ਅੱਛਾ ਲੇਕਿਨ ਉਹਦੇ ਵੀ ਉਹਨੇ ਵੀ ਇਸ ਗੱਲ ਨੂੰ ਕੰਨ ਚ ਪਾਇਆ ਉਹਨੇ ਵੀ ਅੱਜ ਤੱਕ ਮੈਂ ਤੁਹਾਨੂੰ ਸੱਚਾਈ ਹੈ ਇਹ ਗੱਲ ਹੈ ਕਦੇ ਮੈਨੂੰ ਅਜ ਤੱਕ ਉਹਨਾਂ ਦੀ ਇਹ ਡਿਮਾਂਡ ਨਹੀਂ ਆਈ ਕਿ ਮੈਂ ਲੀੜੇ ਬਣਾਉਣੇ ਆ ਹਾਂ ਮੇਰੀਆਂ ਸਿਸਟਰਜ਼ ਨਹੀਂ ਉਹਨਾਂ ਨੂੰ ਅਸੀਂ 6 ਮਹੀਨਿਆਂ ਤੋਂ ਲੀੜੇ ਬਣਾ ਕੇ ਦਿੰਨੇ ਆ ਸਾੜੀ ਸੋਹਣੀ ਉਹ ਹਾਂ ਵੱਡੀ ਭੈਣ ਆਉਂਦੀ ਤਾਂ ਉਹਨੂੰ ਅਸੀਂ ਜਦੋਂ ਆਖੜਾ ਵੀ ਪਾਣੇ ਤੋਂ ਲਾਜ ਆ ਤੇ ਤੂੰ ਸਾਰਿਆਂ ਦੇ ਲੀੜੇ ਬਣਾ ਲਾ ਤਾਂ ਉਹਦੀ ਇਹ ਹੁੰਦੀ ਗੱਲ ਵੀ ਚਲੋ ਜਾਵੜੀ ਬਣਾਉਣ ਫਿਰ ਉਹਨਾਂ ਨੇ ਦੋ ਦੋਹਾਂ ਜਾਣੀਆਂ ਦੇ ਇਹਨਾਂ ਦੇ ਮੇਰੀ ਵਾਈਫ ਦੇ ਤੇ ਮੇਰੀ ਮਤਲਬ ਭਰਜਾਈ ਦੇ ਉਹਨੇ ਆਖੜਾ ਵੀ ਮੈਂ ਤਾਂ ਅਸੀਂ ਤਾਂ ਬਣਾਵਾਂਗੀਆਂ ਪਹਿਲੇ ਇਹਨਾਂ ਦੇ ਬਣਾਓ ਫਿਰ ਉਹਨਾਂ ਨੇ ਵਿੱਚ ਇਹਨਾਂ ਦੇ ਬਣਾ ਲਏ ਇਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਅੱਜ ਜ਼ਿਕਰ ਅੱਜ ਤਾਈਂ ਉਹ ਗੱਲ ਨੂੰ ਪੱਲੇ ਉਹਨੇ ਵੀ ਬਰੇਹਾਲ ਦਿਨ ਨਵੇਂ ਕਦੇ ਨਹੀਂ ਬਣਾਈ ਯਾਰ ਮੈਂ ਉਹੀ ਤਾਂ ਗੱਲ ਦੱਸ ਕੇ ਆ ਅੱਜ ਦਾ ਗੱਲ ਹੈ ਹਾਂ ਕਿ ਇੱਕ ਤਾਂ ਇੱਕ ਤਾਂ ਜਿਹੜਾ ਚਾਈ ਹੁੰਦਾ ਬੰਦੇ ਨੂੰ ਇਨਾਂ ਦਾ ਸੋਸਾਇਟੀ ਦੇ ਵਿੱਚ ਇਹ ਸਿੱਧ ਤਾਂ ਹੋ ਗਿਆ ਨਾ ਹੂੰ ਕਿ ਵਿਆਹ ਬਿਨਾ ਪੁਰਾਣੇ ਲੀੜੇ ਨਾਲ ਵੀ ਹੋ ਜਾਂਦਾ ਹੈ ਠੀਕ ਹੈ ਉਹ ਜਾੜਾ ਕਿਤੇ ਤੋਂ ਬਗੈਰ ਵੀ ਹੋ ਜਾਂਦਾ ਨਾ ਹੂੰ ਦੇਖੋ ਸਮਾਜ ਨੂੰ ਅਗਰ ਕੁਝ ਰਾਹ ਦਿਖਾਉਣਾ ਹੈ ਨਾ ਪਹਿਲਾਂ ਆਪ ਨੂੰ ਕਰਨਾ ਪਏਗਾ ਪਿੱਛੇ ਮੇਰੇ ਬੇਟੇ ਦੀ ਮੈਰਿਜ ਹੋਈ ਹੂੰ ਅਸੀਂ ਕਿਹਾ ਵੀ ਅਸੀਂ ਕਿਸੇ ਤੋਂ ਕੁਝ ਨਹੀਂ ਲੈਣਾ ਨਹੀਂ ਉਹ ਰਿਸ਼ਤਾ ਤਾਂ ਇਹ ਹੋ ਗਿਆ ਉਹ ਕਹਿਣ ਜੀ ਕਿੱਥੇ ਪੈਲਸ ਚ ਕਰਨਾ ਕਿੱਥੇ ਹੈ ਜੀ ਤੁਸੀਂ ਪੈਲਸ ਕਰਨ ਨੂੰ ਰਹਿਂਦੇ ਹੋ ਪੈਲਸ ਅਸੀਂ ਕਰਾਂਗੇ ਤੇ ਤੁਸੀਂ ਆਪਦੇ ਰਿਸ਼ਤੇਦਾਰ ਲੈ ਕੇ ਆ ਜਾਓ ਹਾਂ ਜੀ ਕਿਉਂ ਅਸੀਂ ਉੱਥੇ ਕਰਾਂਗੇ ਜੀ ਉਹ ਮੈਂ ਕਿਹਾ ਤੁਸੀਂ ਖਾ ਮਖਾ ਜਾੜਾ ਕਹਦੇ ਅਸੀਂ ਤੇ ਵਿੱਢਣਾ ਹੈ ਹੂੰ ਮੇਰਾ ਜਿਹੜਾ ਪਰਿਵਾਰ ਹੈ ਮੇਰੀ ਜਥੇਬੰਦੀ ਹੂੰ ਤੇ ਫਿਰ ਉਹ ਜਿਵੇਂ ਤੁਸੀਂ ਕਹਿੰਦਾ ਉਹਦੇ ਵਾਂਗੂ ਉਹ ਸ਼ਿਵਜੀ ਦੀ ਬਰਾਤ ਵਾਲੀ ਗੱਲ ਬੰਦ ਜਾਣੀ ਹੈ ਸਾਡੀ ਵੀ ਤੇ ਸਾਡਾ ਪਰਿਵਾਰ ਬਹੁਤ ਹੈ ਹਾਂ ਸਾਰੀ ਜਥੇਬੰਦੀ ਹੈ ਹੂੰ ਫਿਰ ਇਹ ਨਵੇਂ ਵੀ ਆਪ ਲਫਲਾਨੇ ਬਲਾਕ ਦੀ ਬੱਸ ਭਰ ਕੇ ਆ ਗਈ ਆ ਬਲਾਨੀ ਬਲਾਕ ਦੀ ਬੱਸ ਭਰ ਕੇ ਆ ਗਈ ਠੀਕ ਉਹ ਤੁਹਾਨੂੰ ਔਖਾ ਲੱਗਣਾ ਮੈਨੂੰ ਮੈਂ ਆਪਦੇ ਆਪਦੇ ਨੂੰ ਆਪਦੇ ਘਰੇ ਸੰਭਲਾਂਗਾ ਹਮਮ ਔਰ ਇਮਾਨਦਾਰੀ ਨਾਲ ਕਿ ਪਹਿਲਾ ਵਿਆਹ ਉਹ ਹੋਇਆ ਹੋਏਗਾ ਸਾਡੇ ਏਰੀਏ ਦੇ ਵਿੱਚ ਕਿ ਲੜਕੀ ਉਹਨਾਂ ਨੇ ਲਿਆਂਦੀ ਅੱਛਾ ਜੀ ਇੱਥੇ ਸਾਰਾ ਖਰਚਾ ਰੋਟੀ ਟੋਕ ਚਾਹ ਬਣੀ ਉਹਨਾਂ ਨੂੰ ਅਸੀਂ ਸੰਭਿਆ ਵਣ ਚ ਟੈਂਟ ਲਾਇਆ ਨਹੀਂ ਵਾਹ ਚ ਟੈਂਟ ਨਹੀਂ ਲਾਇਆ ਸੀਗਾ ਉਹ ਵੀ ਬਾਹਰ ਚ ਟੈਂਟ ਵਰਗਾ ਸੀ ਸਾਡਾ ਕੋ ਉਹ ਮਤਲਬ ਪੈਲਸ ਜਿਹਾ ਹੈਗਾ ਸਾਡੇ ਉਥੇ ਨੇੜੇ ਜਿਹਨੂੰ ਕੋਈ ਪੁੱਛਦਾ ਨਹੀਂ ਉਹ ਉੱਥੇ ਸਾਡਾ ਮਤਲਬ ਅਰੇਂਜਮੈਂਟ ਕਰਕੇ ਅਸੀਂ ਉਹਨਾਂ ਨੂੰ ਕਰਤਾ ਕਹਿਣ ਦਾ ਮਤਲਬ ਮੇਰਾ ਸਿਰਫ ਇਹ ਸੀਗਾ ਕਿ ਯਾਰ ਅਗਰ ਤੁਸੀਂ ਸਾਦੀ ਜ਼ਿੰਦਗੀ ਜਿਉਣ ਵਾਲੇ ਪਾਸੇ ਨੂੰ ਤੁਰਨਾ ਹੈ ਲੋਕਾਂ ਨੂੰ ਤੁਰਨਾ ਹੈ ਤੇ ਪਹਿਲਾਂ ਆਪਦੇ ਆਪ ਤੇ ਮਤਲਬ ਉਹਨੂੰ ਧਾ ਲੋ ਫਿਰ ਗੱਲ ਬਣੇਗੀ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਮੈਂ ਉਹਨਾਂ ਨੂੰ ਆਪਦੇ ਫਾਦਰ ਸਾਹਿਬ ਦੀ ਡੈਥ ਦੇ ਉੱਤੇ ਲੋਕਾਂ ਨੇ ਮੈਨੂੰ ਬਹੁਤ ਆਖਿਆ ਹਮ ਕਿ ਯਾਰ ਤੂੰ ਕਮਾਲ ਦਾ ਬੰਦਾ ਥੋਡੇ ਕੋਲ ਹੈ ਨਹੀਂਗਾ ਕੋਸਾ ਹਮ ਤੁਸੀਂ ਯਾਰ ਇਹਨਾਂ ਨੂੰ ਵੱਡਾ ਕਰੋ ਉਹ ਮੈਂ ਕਹਾਂ ਤੁਸੀਂ ਵੱਡਾ ਕਰਨ ਇਹ ਲੱਡੂ ਖਾਣ ਨਾਲ ਵੱਡਾ ਹੋ ਜਾਂਦਾ ਹੈ ਹਮ ਇਹਦਾ ਲੱਡੂ ਖਵਾ ਕੇ ਤਾਂ ਬਦਲ ਛੋਟਾ ਕਰ ਦੇਈਦਾ ਹੈ ਹਮ ਬਜ਼ੁਰਗ ਦੇ ਮੌਤ ਤੇ ਹਮ ਜੇ ਕੋਈ ਬੰਦਾ ਮਠਿਆਈ ਪਕਾਉਂਦਾ ਹੈ ਇਟ ਮੀਨਸ ਕਿ ਮਠਿਆਈ ਤਾਂ ਖੁਸ਼ੀ ਦਾ ਜਸ਼ਨ ਕਰਦੀ ਹੈ ਤੇ ਇਹਦਾ ਮਤਲਬ ਸਾਨੂੰ ਬੜੀ ਖੁਸ਼ੀ ਹੈ ਬਜ਼ੁਰਗ ਮਰੇ ਦੀ ਇਹਦਾ ਮਤਲਬ ਤੇ ਇਹ ਨਿਕਲਦਾ ਹੈ ਇਹ ਸੋਚਣਾ ਕੀ ਚਾਹੀਦਾ ਹੈ ਬਜ਼ੁਰਗ ਦੀ ਅਹਿਮੀਅਤ ਬਹੁਤ ਵੱਡੀ ਹੈ ਹਮ ਬਜ਼ੁਰਗ ਬਾਪ ਹੈ ਬਜ਼ੁਰਗ ਮਾਏ ਹੂੰ ਤੁਸੀਂ ਜਦੋਂ ਵੀ ਮਤਲਬ ਘਰੋਂ ਨਿਕਲ ਗਏ ਤੁਹਾਡੀ ਮਾਂ ਤੇ ਬਾਪ ਦੋ ਐਵੇਂ ਜੀ ਹੈ ਜਿੱਦੇ ਤੁਹਾਡਾ ਟਾਈਮ ਕਰੇ ਵਾਪਸ ਆਉਣ ਦੇ ਟਾਈਮ ਤੋਂ ਓਵਰ ਹੋ ਗਿਆ ਨਾ ਸਭ ਤੋਂ ਪਹਿਲਾਂ ਘੰਟੀ ਤੁਹਾਡੇ ਬਾਪ ਦੀ ਆਏਗੀ ਜਾਂ ਤੁਹਾਡੀ ਮਾਂ ਦੀ ਆਏਗੀ ਹੂੰ ਕਿ ਬੇਟੇ ਕਿੱਥੇ ਆ ਤੇ ਅਗਰ ਤੁਹਾਡਾ ਫੋਨ ਨਾ ਲੱਗਿਆ ਨਾ ਸੰਪਰਕ ਹੋ ਸਕਿਆ ਤੇ ਮਾਂ ਨੂੰ ਜਾ ਕੇ ਪੁੱਛ ਲਿਓ ਸਭ ਤੋਂ ਪਹਿਲਾਂ ਅਰਦਾਸ ਉਸ ਅਕਾਲ ਪੁਰਖ ਦੇ ਚਰਨਾਂ 'ਚ ਉਹ ਕਰਦੀ ਹੈ ਕਿ ਬੇਟੇ ਨਾਲ ਇਹ ਤਾਲਮੇਲ ਨਹੀਂ ਹੋ ਰਿਹਾ ਹੂੰ ਉਸ ਸੁਖ ਹੋਵੇ ਦਾ ਤਾਂ ਇਹ ਮਾਂ ਹੈ ਜੀ ਯਾਰ ਐਡੀ ਐਡੀ ਕੀਮਤੀ ਜਾਨ ਸਾਡੇ ਚੋ ਗਈ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਵਾਲਾ ਸਾਡੇ ਚੋ ਚਲਿਆ ਗਿਆ ਤੇ ਅਸੀਂ ਅਸੀਂ ਮਠਿਆਈਆਂ ਪਕਾਪਕਾ ਕੇ ਖੁਸ਼ੀਆਂ ਮਨਾਈਏ ਹੁਣ ਤਾਂ ਇਹ ਚਾਹੀਦਾ ਕਿ ਯਾਰ ਮਤਲਬ ਬਹੁਤ ਕੁਝ ਖੁੱਸ ਗਿਆ ਬਜ਼ੁਰਗ ਨਹੀਂ ਮਰਿਆ ਇੱਕ ਹੋਰ ਅਰਦਾਸ ਸੀ ਜਿਵੇਂ ਮਾਂ ਨੇ ਅਰਦਾਸ ਕਰਨੀ ਹੈ ਨਾ ਜੀ ਆਪਣੀ ਔਲਾਦ ਦੀ ਖਾਤਰ ਤੁਸੀਂ ਆਪਣੀ ਸਾਰੀ ਦੀ ਸਾਰੀ ਪ੍ਰਾਪਰਟੀ ਦੇ ਦਿਓ ਕਿਸੇ ਅਰਦਾਸੀਏ ਨੂੰ ਅਕਾਲ ਤਖਤ ਤੇ ਜਾ ਕੇ ਮਤਲਬ ਜਹਾਰ ਮੰਦਰ ਸਾਹਿਬ ਜਾ ਕੇ ਉਹਨੋ ਕੋ ਵੀ ਸਾਰੀ ਪ੍ਰਾਪਰਟੀ ਲੈਣਾ ਜੁੜ ਕੇ ਅਰਦਾਸ ਕਰਦੇ ਨਹੀਂ ਕਰ ਸਕਦਾ ਲੇਕਿਨ ਮਾਂ ਜਦੋਂ ਅਰਦਾਸ ਕਰੇਗੀ ਨਾ ਉਹ ਜੁੜ ਕੇ ਕਰਦੀ ਹੈ ਅਰਦਾਸ ਦੀ ਤੁਸੀਂ ਗੱਲ ਕੀਤੀ ਆ ਮਤਲਬ ਗੱਲ ਸ਼ੁਰੂ ਵੀ ਹੈ ਨਾ ਧਾਰਮਿਕ ਤੋਂ ਚਲੋ ਆਪਾਂ ਫਤਿਹ ਤੋਂ ਉਸ ਤੋਂ ਬਾਅਦ ਧਾਰਮਿਕ ਗੱਲਾਂ ਹੋਈਆਂ ਆਪਣੀਆਂ ਅਰਦਾਸ ਦੀ ਤੁਸੀਂ ਗੱਲ ਕੀਤੀ ਮੈਨੂੰ ਯਾਦ ਆ ਟੈਣੀ ਤੁਸੀਂ ਉਹ ਖੜਤਾਲ ਤੇ ਬੈਠੇ ਹੋਏ ਸੀਗੇ ਕਾਫੀ ਟਾਈਮ ਤੇ ਮੈਂ ਤੁਹਾਡੇ ਕੋਲ ਗਿਆ ਮੈਂ ਕਿਹਾ ਅਗਲੇ ਦਿਨ ਮੈਂ ਜਾਣਾ ਦਰਬਾਰ ਸਾਹਿਬ ਤੇ ਤੁਸੀਂ 100 ਰੁਪਏ ਕੱਢ ਕੇ ਫੜਾਇਆ ਵੀ ਜਾ ਕੇ ਅਰਦਾਸ ਕਰ ਅਰਦਾਸ ਕਰ ਉਹ ਮੈਂ ਨਾ ਬਾਅਦ ਚ ਮੈਂ ਉੱਥੇ ਫੋਟੋ ਵੀ ਮੈਂ ਕਲਿੱਕ ਕੀਤੀ ਤੇ ਮੈਂ ਲੈ ਕੇ ਵੀ ਪਾਇਆ ਮੈਂ ਵੀ ਡਲੇ ਆ ਸਾਹਨੇ ਕਿਹਾ ਅਸੀਂ ਮੈਂ ਗਿਆ ਸੀ ਵੀ ਚਲੋ ਮਹਾਰਾਜ ਹਨਾ ਸਿਮਰ ਪਤਾ ਕਰੋ ਤੁਹਾਡੀ ਮੈਂ ਇਹ ਵੇਖੀ ਵੀ ਆ ਜਿਵੇਂ ਤੁਸੀਂ ਕਿਹਾ ਧਾਰਮਿਕ ਵਰਤੀ ਉਹ ਉਮੀ ਚੱਲਦੀ ਕੀ ਹੈ ਮੈਂ ਦੱਸਦਾ ਮੋਰਚਾ ਚੱਲਦਾ ਰਿਹਾ ਤੁਸੀਂ ਦੇਖਿਆ ਹੋਊਗਾ ਸਿੰਘੂ ਬਾਰਡਰ ਦੇ ਤੇ ਪਿਛਲੇ ਪਾਸੇ ਇੱਕ ਛੋਟਾ ਜਿਹਾ ਗੁਰਦੁਆਰਾ ਸੀ ਹਾਂਜੀ ਜਿੱਦੇ ਮੋਰਚਾ ਸ਼ੁਰੂ ਹੋਇਆ ਸਭ ਤੋਂ ਪਹਿਲੇ ਦਿਨ ਅਸੀਂ 5-7 ਆਗੂਆਂ ਨੂੰ ਲੈ ਕੇ ਮੈਂ ਉੱਥੇ ਅਰਦਾਸ ਕਰਾ ਕੇ ਆਇਆ ਦੇਖ ਰ ਕੇ ਆਇਆ ਹੂੰ ਸ਼ੁਰੂ ਕਰਦੇ ਆ ਸਰ ਜੀ ਉਸ ਤੋਂ ਬਾਅਦ ਪੂਰੇ ਮੋਰਚੇ ਦੇ ਚੱਲਦਿਆਂ ਚਾਰ ਵਾਰੀ ਮੈਂ ਕਿਸੇ ਨੂੰ ਦੱਸ ਕੇ ਨਹੀਂ ਆ ਮੇਰੇ ਕਹਲਾ ਕੋਈ ਹੋਰ ਆਗੂ ਹੁੰਦਾ ਨਾ ਤੇ ਸਾਰੀ ਪ੍ਰੈਸ ਨੂੰ ਮਤਲਬ ਉੱਥੇ ਇਹ ਕਹਿੰਦਾ ਮੈਂ ਚੱਲਿਆ ਜੀ ਅਰਦਾਸ ਕਰਨ ਹਮ ਲੇਕਿਨ ਮੈਂ ਚਾਰ ਵਾਰੀ ਗੁਰੂ ਤੇ ਚਰਨਾਂ ਦੇ ਵਿੱਚ ਜਦੋਂ ਵੀ ਮੋਰਚੇ 'ਚ ਮੜੀ ਜੀਵੀ ਉੱਚਨੀ 'ਚ ਹੋਣੀ ਉਸ ਪ੍ਰਭੂ ਵੱਲ ਧਿਆਨ ਕਰਨਾ ਕਿ ਸੱਚੇ ਪਾਤਸ਼ਾਹ ਇਹ ਮੋਰਚਾ ਤੇਰਾ ਹੈ ਸਾਡਾ ਨਹੀਂ ਅਸੀਂ ਤਾਂ ਇੱਕ ਜਰੀਆ ਹਾਂ ਇਹਨੂੰ ਸੰਭਾਲਣਾ ਤੂੰ ਆ ਹਮ ਔਰ ਉਹਦੀ ਜਾ ਕੇ ਅਰਦਾਸ ਕਰਦੇ ਰਹੇ ਆ ਔਰ ਉਹ ਬੜੀ ਖੁਸ਼ੀ ਹੋਈ ਜਦੋਂ ਮੋਰਚਾ ਜਿੱਤਿਆ ਤੇ ਉਸ ਤੋਂ ਬਾਅਦ ਫਿਰ ਜਾ ਕੇ ਅਰਦਾਸ ਕਰਕੇ ਕਿ ਸੱਚੀ ਪਾਤਸ਼ਾਹ ਤੂੰ ਬੇਅੰਤ ਹੈ ਤੇਰੀ ਤਾਕਤ ਬੇਅੰਤ ਹੈ ਨਹੀਂ ਤਾਂ ਜਿੱਥੇ ਇੰਨਾ ਸਾਰਾ ਕੁਝ ਇਕੱਠਾ ਕੀਤਾ ਹੋਵੇ ਉੱਥੇ ਉੱਥੇ ਕੱਖ ਨਾ ਵਿਗੜਨਾ ਕੁਛ ਨਾ ਸਰਕਾਰਾਂ ਦਾ ਯੋਰ ਸੀ ਪੂਰਾ ਲੱਗਿਆ ਵਾ ਕਿ ਇਸ ਮੋਰਚੇ 'ਚ ਕਿਸੇ ਨਾ ਕਿਸੇ ਤਰੀਕੇ ਨਾਲ ਦੰਗਾ ਭੜਕਾ ਦਈਏ ਦੰਗਾ ਭੜਕਾਉਣ ਦੀ ਸੀ ਉਹਨਾਂ ਦੀ ਕੋਸ਼ਿਸ਼ ਪਰ ਉਹ ਕਿਉਂ ਨਹੀਂ ਭੜਕਿਆ ਕਿਉਂਕਿ ਉਸ ਪ੍ਰਭੂ ਦਾ ਉਸ ਅਕਾਲ ਪੁਰਖ ਦਾ ਉਹਦੇ ਤੇ ਹੱਥ ਸੀ ਆਖਰੀ 5 ਮਿੰਟ ਲੈਣੇ ਆ ਮੈਂ ਚੰਕੇ ਜਿਹੇ ਉਤਰੀ ਚਾਹੀਦੇ ਆ ਗਾਣੇ ਗੁਣੇ ਸੁਣਦੇ ਨਹੀਂ ਮੈਂ ਪਹਿਲਾ ਜਦੋਂ ਛੋਟਾ ਸੀ ਉਸ ਵੇਲੇ ਮੈਂ ਗਾਣੇ ਸੁਣਦਾ ਸੀ ਰਮਲੇ ਦੇ ਆ ਜਮਲੇ ਚੱਟਦੇ ਜਮਲੇ ਚੱਟਦੇ ਉਹ ਮੈਨੂੰ ਅੱਜ ਵੀ ਚੰਗੇ ਲੱਗਦੇ ਆ ਹੁਣ ਵੀ ਸੁਣਦੇ ਆ ਹਾਂ ਲਾ ਲੈਂਦੇ ਉਹ ਗੱਡੀ ਚ ਕਦੇ ਕਦੇ ਮਤਲਬ ਹੁਣ ਹੁਣ ਮੇਰਾ ਜਿਹਦੂ ਕਿਤੇ ਮੁੰਡੇ ਲਾ ਲੈਂਦੇ ਨਾ ਮੈਂ ਇਹਨਾਂ ਨੂੰ ਕਹਿੰਦਾ ਹਾਂ ਯਾਰ ਕੋਈ ਚੱਜ ਦਾ ਲਾ ਲਓ ਹੂੰ ਜਮਲੇ ਜੂਰੇ ਚੱਕਮੀ ਜੇ ਲਾ ਲੈਂਦੇ ਹੋਣਗੇ ਹਨਾ ਬੱਚੇ ਦਾ ਬੱਚੇ ਆ ਨਾ ਫਿਰ ਇਹਨਾਂ ਦੀ ਉਮਰ ਉਹਨਾਂ ਨਾਲ ਆ ਹਾਂ ਹੁਣ ਤਾਂ ਮੇਰਾ ਧਿਆਨ ਦੇਣ ਮਤਲਬ ਸੱਚਾਈ ਦੱਸਦਾ ਆ ਤੁਹਾਡੇ ਇੱਥੇ ਆਪਣੇ ਨੇੜੇ ਰਿਤਵਾੜਾ ਸਾਹਿਬ ਵਾਲੇ ਬਾਬਾ ਜੀ ਹੈ ਅੱਛਾ ਜੀ ਉਹ ਵੱਡੇ ਸੰਤਾਂ ਦਾ ਨਾਂ ਸੀ ਸੰਤ ਬ੍ਰਿਯਾਮ ਸਿੰਘ ਰਿਤਵਾੜਾ ਸਾਹਿਬ ਵਾਲੇ ਮੈਨੂੰ ਉਹਨਾਂ ਤੋਂ ਮੈਂ ਕਾਫੀ ਪ੍ਰਭਾਵਿਤ ਹੂੰ ਇਹਨਾਂ ਦੀਆਂ ਮੈਂ ਮਤਲਬ ਕੈਸਟਾਂ ਆ ਜਾਂ ਉਹਨਾਂ ਦੀਆਂ ਮਤਲਬ ਇਹਦੇ ਤੋਂ ਡਾਊਨਲੋਡ ਕਰਕੇ ਨੈਟ ਤੋਂ ਨੈਟ ਤੋਂ ਉਹ ਮੈਂ ਜ਼ਰੂਰ ਮਤਲਬ ਸੁਣਦਾ ਤੇ ਫਿਲਮਾਂ ਫਿਲਮਾਂ ਨਹੀਂ ਫਿਲਮ ਯਾਰ ਫਿਲਮਾਂ ਦੋ ਚਾਰ ਫਿਲਮਾਂ ਤਾਂ ਮੈਂ ਤੁਹਾਨੂੰ ਹੀ ਦੱਸ ਦਿੰਦਾ ਜਿਹੜੀਆਂ ਮੈਂ ਵੇਖੀਆਂ ਮੈਨੂੰ ਮੈਨੂੰ ਬਹੁਤ ਚੰਗੀ ਲੱਗਦੀ ਸੀ ਫਿਲਮਾਂ ਕ੍ਰਾਂਤੀ ਹੈ क्रांति क्रांति हां ठीक है वो क्रांति फिल्म देखी मैं वो जिदे च वो मेरे एक्टर ਦਾ ਨਾਮ ਤਾਂ ਯਾਦ ਨਹੀਂਗਾ ਜੈਗੀ ਜੈਗੀ ਸ਼ਰਾਫ ਵੀ ਆ ਉਹਦੇ ਚ ਜੈਗੀ ਸ਼ਰੀਫ ਨਹੀਂ ਆ ਮੈਂ ਦੱਸਦਾ ਉਹਦੇ ਵਿੱਚ ਆ ਉਹ ਫਿਲਮ ਗੁਲੀਆਂ ਜਾਂ ਮਾਰਕ ਇੰਡੀਆ ਦਾ ਉਹ ਬਣਾਉਂਦਾ ਹੁੰਦਾ ਕ੍ਰਾਂਤੀ ਉਹ ਨਹੀਂ ਉਹ ਹੋਰ ਆ ਉਹ ਕਰਮਾ ਉਹ ਕਰਮਾ ਮਨੋਜ ਕੁਮਾਰ ਅੱਛਾ ਦਲੀਪ ਕੁਮਾਰ हां हां ਇਹ ਐਕਟਰ ਸਿੰਘ ਅੰਗਰੇਜ਼ਾਂ ਵਾਲੀ ਉਹ ਵੇਖੀਏ ਵੇਖੀਏ ਅਮਰੀ ਉਹ ਮੈਨੂੰ ਬੜੀ ਮਤਲਬ ਉਹ ਫਿਲਮ ਤੁਸੀਂ ਜਿਹੜੇ ਦੇਖੋ ਹਿਮਮਾਲਣੀ ਵੀ ਹੈ ਹਨਾ ਹਿਮਮਾਲਣੀ ਵੀ ਹੈ ਉਹ ਚੀਜ਼ ਕਿੱਡੀ ਵਧੀਆ ਲੱਗਦੀ ਹੈ ਜਦੋਂ ਉਹ ਮਤਲਬ ਝੰਡਾ ਚੜਦਾ ਲਾ ਕੇ ਚੜਾਉਂਦੇ ਆ ਹਨਾ ਝੰਡਾ ਚੜਦਾ ਹੈ ਹਨਾ ਉਹ ਬੜੀ ਮਤਲਬ ਲੱਗਦੀ ਹੈ ਯਾਰ ਉਹ ਠੀਕ ਹੈ ਕੁਝ ਮਤਲਬ ਕੀਤਾ ਜੇ ਦਾਦੇ ਨੇ ਹੂੰ ਸ਼ੁਰੂ ਕੀਤਾ ਤੇ ਉਹਨੂੰ ਅੱਗੇ ਜਾ ਕੇ ਪੋਤਰੇ ਨੇ ਵੀ ਚੱਕ ਲਿਆ ਝੰਡੇ ਨੂੰ ਉਸ ਨੂੰ ਉਹ ਇੱਕ ਸਾਨੂੰ ਮਤਲਬ ਸਿੱਖਿਆ ਦੇਣ ਵਾਲੀ ਫਿਲਮ ਸੀਗੀ ਕਿ ਜਿਹੜੀ ਲਾਈਨ ਦਾਦੇ ਨੇ ਤੋਰੀ ਹੈ ਉਹ ਛੱਡਣੀ ਨਹੀਂ ਅਗਰ ਕੁਰਬਾਨੀ ਦੇਣੀ ਹੈ ਤਾਂ ਕੁਰਬਾਨੀ ਦੇਣੀ ਹੀ ਚਾਹੀਦੀ ਹੈ ਉਹਨਾਂ ਨੇ ਦਿੱਤੀ ਸਾਰੇ ਦੇ ਸਾਰੇ ਪਰਿਵਾਰ ਨੇ ਕੁਰਬਾਨੀ ਦਿੱਤੀ ਦਿਖਾਈ ਉਹਦੇ ਚ ਬਹੁਤ ਵਧੀਆ ਲੱਗੀ ਮੈਨੂੰ ਉਹ ਫਿਲਮ ਬਾਕੀ ਵੈਸੇ ਮੈਂ ਬਹੁਤ ਈ ਜ਼ਿਆਦਾ ਫਿਲਮਾਂ ਵੇਖਣ ਦਾ ਉਹਨਾਂ ਜਮਾਨੇ ਜਦੋਂ ਕਾਲਜ ਪੜ੍ਹਦੇ ਸੀਗੇ ਉਦੋਂ ਮੈਂ ਮਤਲਬ ਆ ਇਹਦੀ ਫਿਲਮ ਦੇਖੀ ਸੀਗੀ ਕੀ ਕਿਸ਼ੋ ਛੋਲੇ ਛੋਲੇ ਬੜੀ ਬੜੀ ਮਤਲਬ ਫਿਲਮ ਦੀ ਬੱਲੇ ਬੱਲੇ ਸੀ ਅੱਛਾ ਬੜੀ ਚੜਾਈ ਸੀ ਉਸ ਫਿਲਮ ਦੀ ਜਾਂ ਇੱਕ ਇਹਦੀ ਤਰਮਿੰਦਰ ਦੀ ਹੋਰ ਹੁੰਦੀ ਸੀਗੀ ਕੀ ਪ੍ਰਤੀਗਿਆ ਹੂੰ ਪੰਜਾਬੀ ਪੰਜਾਬੀ ਫਿਲਮ ਹੀ ਬੜੀ ਜ਼ਬਰਦਸਤ ਸੀ ਬਣੀ ਯਾਰ ਜਿਹੜੀ ਸ਼ਹੀਦ ਉਦਮ ਸੰਗਤੇ ਬਣੀ ਸੀ ਅੱਛਾ ਆ ਸ਼ਹੀਦ ਉਦਮ ਜੇ ਬਣੀ ਸੀਗੀ ਇਕਬਾਲ ਸੰਧੂ ਉਹਦਾ ਮਤਲਬ ਮੁੱਖ ਪਾਤਰ ਸੀ ਹੂੰ ਜਾਂ ਹੀਰੋ ਦਾ ਸੀ ਉਹ ਬਹੁਤ ਕਮਾਲ ਦੀ ਫਿਲਮ ਸੀ ਬੜਾ ਮਤਲਬ ਉਹ ਅੱਜ ਵੀ ਯਾਦ ਆ ਜਾਂਦੀ ਹੈ ਜਦੋਂ ਕਿਤੇ ਮੇਰ ਮੈਟਲੋਸ ਫਰਮ ਦੇ ਵਿੱਚ ਪੁਲਿਸ ਦਾ ਮਤਲਬ ਮੁਲਾਜ਼ਮ ਹੈ ਇਹਦੀ ਡਿਊਟੀ ਲੱਗੀ ਹੈ ਉਹ ਰੇਲਵੇ ਮਤਲਬ ਉਹਨਾਂ ਨੂੰ ਇਹ ਸੀਗਾ ਨਾ ਵੀ ਆਏ ਜਿਹੜੇ ਬਾਕੀ ਹੈ ਹੂੰ ਉਹ ਰੇਲਵੇ ਦੀ ਪਟੜੀ ਪਟ ਜਾਂਦੇ ਆ ਇਹਦੀ ਰੇਲ ਪਟੜੀ ਦੇ ਉੱਤੇ ਡਿਊਟੀ ਸੀ ਹਾਂਜੀ ਤੇ ਉਹ ਇਹਦੇ ਹੱਥ ਦੇ ਵਿੱਚ ਕਿਉਂਕਿ ਇਹ ਇਹਦਾ ਉਹ ਨੌ ਜਮਾਨਿਆਂ ਚ ਅਗਰ ਕੋਈ ਚੰਗਾ ਚੰਗਾ ਕਮੀਡੀ ਕਮੀਡੀਅਨ ਸੀਗਾ ਤੇ ਸਭ ਤੋਂ ਮਤਲਬ ਟੌਪ ਦੀ ਕਮੀਡੀ ਮਤਲਬ ਇਹ ਮੇਰ ਮਤਲਬ ਦੀ ਸੀ ਤੇ ਉਹਦੇ ਹੱਥੇ ਡੰਡਾ ਜਾ ਫੜਿਆ ਨੀਕਰ ਜੀ ਗੋਡਾ ਟਿਕਰਪਾਈ ਵੀ ਉਹਦੇ ਚ ਕਰਦਾ ਆਵੇ ਉਹ ਸਾਲਿਓ ਸਾਰੇ ਕਹਿੰਦਾ ਮੈਨੂੰ ਆਂਦੇ ਆ ਅੰਗਰੇਜ਼ਾਂ ਦਾ ਟਾਊਟ ਹੈ ਇਹਦੀ ਇਹ ਜਿਹੇ ਗੱਲਾਂ ਤੁਹਾਡਾ ਤਾਂ ਸਾਲੋਂ ਕਹਿੰਦਾ ਪਿਓ ਆ ਜਿਹਨੂੰ ਜੀਕੇ ਤਾਫੜ ਕੇ ਅੰਦਰ ਕਰ ਦੂੰਗਾ ਉਹਦੀਆਂ ਇਹੋ ਜਿਹੜੀਆਂ ਜਿਹੜੀਆਂ ਗੱਲਾਂ ਸੀ ਨਾ ਉਹ ਵੀ ਇੱਕ ਮਤਲਬ ਆ ਨਵੀਂ ਮਤਲਬ ਉਹ ਜਮਾਨੇ ਦੇ ਵਿੱਚ ਪੂਰੀ ਦੀ ਪੂਰੀ ਫਿਲਮ ਦੇ ਵਿੱਚ ਗਰੂਪ ਭੂਕ ਦਿੰਦੀਆਂ ਸੀ ਉਹਦੀਆਂ ਗੱਲਾਂ ਤੇ ਉਹ ਇਹੋ ਜੇ ਕੁਝ ਸੀਗਾ ਦੇਖਦੇ ਰਿਆਂ ਕੁਝ ਇਹੋ ਦਾ ਕੁਝ ਦੁੱਖ ਤੇ ਆਉਂਦਾ ਚੰਗੀਆਂ ਸੀ ਫਿਲਮਾਂ ਉਹ ਜਾਂ ਮਤਲਬ ਤੁਸੀਂ ਉਹਨਾਂ ਜਮਾਨੇ ਦੇ ਵਿੱਚ ਇੱਕ ਵਿਨੋਦ ਖੰਨਾ ਦੀ ਫਿਲਮ ਆਈ ਸੀਗੀ ਮੇਰਾ گاਉ ਮੇਰਾ ਦੇਸ਼ ਉਹ ਵੀ ਫਿਲਮ ਮੈਂ ਮਤਲਬ ਮੇਰੇ ਉਹ ਉਹਦੇ ਬਹੁਤ ਸਾਰੇ ਸੀਨ ਮੇਰੇ ਦਿਮਾਗ ਚ ਆ ਗਏ ਯਾਦ ਆ ਗਏ ਹਮ ਕਿ ਵੀ ਐਸਾ ਐਸਾ ਤਰ੍ਹਾਂ ਤਰ੍ਹਾਂ ਸੀ ਉਹ ਹਮ ਤੋਂ ਇੱਕ ਇੱਕ ਫਿਲਮ ਹੋਰ ਸੀ ਆਈ ਸੀ ਇਹਨਾਂ ਦੀ ਦੋਹਾਂ ਦੀ ਇਹਦੀ ਤੇ ਕਬੀਰ 베ਦੀ ਦੀ ਹਮ ਕੱਚੇ ਧਾਗੇ ਹਮ ਤੁਸੀਂ ਕਿਤੇ ਹੁਣ ਦੇਖੋ ਕੱਢ ਗਿਆ ਇਹਦੇ YouTube ਤੋਂ ਪਤਾ ਲੱਗੇਗਾ ਵੀ ਵਾਕਿਆ ਫਿਲਮ ਹੈਗੀ ਆ ਹਾਂ ਇਹ ਜੀਆਂ ਮਤਲਬ ਜਿਹੜੀ ਮਤਲਬ ਹੁਣ ਤਾਂ ਹੁਣ ਫਿਲਮਾਂ ਹੋਣੀ ਬਣ ਰਹੀਆਂ ਹਮ ਜਿਹੜੀਆਂ ਉਸ ਵੇਲੇ ਫਿਲਮਾਂ ਬਣਦੀਆਂ ਉਸ ਵੇਲੇ ਫਿਲਮਾਂ ਬਣਦੀਆਂ ਸੀਗੀਆਂ ਨਾ ਕੋਈ ਕੋਈ ਤੱਥ ਹਮ ਉਹਦੇ ਚ ਹੁੰਦਾ ਸੀ ਉਸ ਵੇਲੇ ਜਿਹੜੇ ਗਾਇਕ ਵੀ ਗੀਤ ਗਾਉਂਦੇ ਸੀ ਨਾ ਉਹਦੇ ਚ ਵੀ ਕੋਈ ਗੱਲ ਕੋਈ ਗੱਲ ਕਹੀ ਜਾਂਦੀ ਸੀ ਅੱਜ ਤੇ ਮਤਲਬ ਹਥਿਆਰ ਪ੍ਰਮੋਟ ਕਰ ਲੋ ਲੜਾਈ ਪ੍ਰਮੋਟ ਕਰ ਦਿਓ ਸਾਡੇ ਕਲਚਰ ਨੂੰ ਵਿਗਾੜ ਦਿੱਤਾ ਅੱਜ ਵਾਲੇ ਸਿਸਟਮ ਨੇ ਤੋਂ ਬਸ ਇਹੀ ਜਿਹਾ ਕੁਝ ਮਤਲਬ ਦੇਖਣ ਨੂੰ ਮਿਲਿਆ ਸ਼ੁਕਰੀਆ ਡਲੇਲਾ ਅਤਵਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਸ਼ੁਕਰੀਆ ਜੀ ਕੋਈ ਗੱਲ ਰਹਿ ਤਾਂ ਨਹੀਂ ਗਈ ਨਹੀਂ ਨਹੀਂ ਮੇਜ਼ਬਾਨੀ ਸ਼ੁਕਰੀਆ ਧੰਨਵਾਦ ਕੋਈ ਗੱਲ ਰਹਿ ਗਈ ਹੋਵੇ ਦਿਲ ਚ ਹੋਵੇ ਕਹਿਣੀ ਹੋਵੇ ਕਹਿ ਦਿਓ ਨਹੀਂ ਨਹੀਂ ਮੈਂ ਅਮਰੀਕਾ ਕਹਿਣ ਵਾਲੀਆਂ ਤਾਂ ਗੱਲਾਂ ਭਾਵੇਂ ਆਪਾਂ ਜਿੰਨੀਆਂ ਮਰਜ਼ੀ ਕਰ ਲਈਏ ਹੂੰ ਹੂੰ ਕਹਿਣ ਵਾਲੀਆਂ ਗੱਲਾਂ ਤਾਂ ਇਹ ਹੁੰਦੀਆਂ ਨੇ ਜਿਹੜੀ ਮੈਂ ਕਹਿਣੀ ਚਾਹਣਾ ਹੂੰ ਕਿ ਦੇਖੋ ਇਨਸਾਨ ਨੂੰ ਜ਼ਿੰਦਗੀ ਚ ਜਿਹੜਾ ਵੀ ਕੰਮ ਕਰੇ ਉਹ ਮਨ ਲਾ ਕੇ ਕਰਨਾ ਚਾਹੀਦਾ ਮੈਂ ਤੁਹਾਨੂੰ ਛੋਟੀ ਜੀ ਗੱਲ ਇੱਕ ਇਹਦੇ ਚ ਦੱਸ ਦਿੰਨਾ ਮੈਂ ਆਪਦੇ ਖੇਤ ਦੇ ਵਿੱਚ ਜਿਪਸਮ ਪਾਉਣ ਵਾਸਤੇ ਹੂੰ ਜਿਪਸਮ ਦਾ ਲੈਣਾ ਸੀਗਾ ਉਹ ਦਿੰਦੇ ਹੁੰਦੇ ਸੀ ਸਰਟੀਫਿਕੇਟ ਜਾਂ ਬਣਾ ਕੇ ਅੱਛਾ ਜੀ ਪਰਮਟ ਹੂੰ ਉਹ ਸਾਡਾ ਏਡੀਓ ਮੈਨੂੰ ਕਹਿਣ ਲੱਗਾ ਕਹਿੰਦਾ ਤੁਹਾਨੂੰ ਜੀ ਪਰਮਟ ਮਿਲ ਜਾਊਗਾ ਪਰ ਲੇਕਿਨ ਸਾਡੇ ਮਧੂਮੱਖੀ ਪਾਲਕਾਂ ਦਾ ਇਸ ਇੱਕ ਕੈਂਪ ਲਾਉਣਾ ਇਹ ਲਾ ਹੂੰ ਇਹ ਜ਼ਰੂਰ ਲਾ ਹੂੰ ਮੈਂ ਕਿਹਾ ਵੀ ਚਲੋ ਯਾਰ ਤੂੰ ਹਫਤਾ ਮੈਨੂੰ ਵੀ ਪਕਾਈ ਕਰਾਏਗਾ ਮੈਂ ਹਫਤਾ ਇਹ ਲਾ ਲੈਣਾ ਹੂੰ ਮੈਂ ਇਹ ਲੌਂਦਾ ਰਿਹਾ ਉਹਦੇ 'ਚੋ ਮੇਰਾ ਨਾਮ ਇਹਨਾਂ ਨੇ ਉਹਦੇ 'ਚ ਪਾਤਾ ਤੇ ਮੈਨੂੰ ਇਹਨਾਂ ਨੇ ਦੋ ਬਕਸੇ ਦਿੱਤੇ ਹੂੰ ਮੈਂ ਦੋ ਬਕਸਿਆਂ ਤੋਂ ਵਧਾ ਕੇ ਪੌਣੇ 300 ਬਕਸਾ ਬਣਾ ਕੇ ਲੈ ਕੇ ਗਿਆ ਪਹਿਲੀ ਗੱਲ ਦੂਜੀ ਗੱਲ ਹੋਰ ਇੱਕ ਬੜੀ ਵੱਡੀ ਹੈ ਮਧੂਮੱਖੀ ਪਾਲਕਾ ਵਾਸਤੇ ਉਸ ਵੇਲੇ ਜੀਐਸ ਕਟੋਰੀਆ 'ਕੋ ਬਹੁਤ ਸਿਆਣਾ ਡਾਕਟਰ ਸੀਗਾ ਮਧੂਮੱਖੀ ਪਾਲਣ ਵਿਭਾਗ ਦੇ ਵਿੱਚ ਇਹਨੇ ਕਿਤਾਬ ਅਸੀਂ ਜਿਹੜੀਆਂ ਇਹਨਾਂ ਦੀ ਲਿਖੇ ਕਿਤਾਬ 'ਚ ਹੀ ਲਿਖਿਆ ਹੁੰਦਾ ਸੀਗਾ ਕਿ ਜਿਹੜਾ ਜੁਲਾਈ ਦਾ ਮਹੀਨਾ ਹੈ ਮਧੂਮੱਖੀ ਪਾਲਕਾਂ ਲਈ ਬਹੁਤ ਖਤਰਨਾਕ ਹੈ ਤੇ ਬਹੁਤ ਮਾੜਾ ਮਹੀਨਾ ਬਹੁਤ ਨੁਕਸਾਨ ਦੇ ਹੈ ਹਮ ਮੇਰਾ ਮੈਂ ਪਹਿਲਾ ਬੰਦਾ ਸੀਗਾ ਜਿਹਨੇ ਜਦੋਂ ਮਧੂਮੱਖੀ ਰੱਖੀ ਰਾਣੀ ਮੱਖੀ ਮੈਂ ਉਸ ਮਹੀਨੇ ਚ ਪੈਦਾ ਕੀਤੀ ਜਿਹੜਾ ਮਹੀਨਾ ਸਭ ਤੋਂ ਖਤਰਨਾਕ ਸੀ ਹਮ ਔਰ ਉਹ ਪੈਦਾ ਕਰਕੇ ਫਿਰ ਉਹਨੂੰ ਮਤਲਬ ਮੇਟ ਕਰਵਾਇਆ ਫਿਰ ਉਹਨੇ ਅੰਡੇ ਦਿੱਤੇ ਹਮ ਤਾਂ ਇੱਥੇ ਦੁਬਾਰਾ ਕੈਂਪ ਲੱਗਿਆ ਤਾਂ ਫਿਰ ਡਾਕਟਰ ਦੁਬਾਰਾ ਜਦੋਂ ਫਰੀਦਕੋਟ ਆਇਆ ਉਹ ਡਾਕਟਰ ਜੇਸ ਗਟੋਰੀਆ ਤਾਂ ਮੈਨੂੰ ਦੱਸਿਆ ਮੈਂ ਕਿ ਡਾਕਟਰ ਸਾਹਿਬ ਮਤਲਬ ਆ ਤੁਸੀਂ ਆ ਲਿਖਿਆ ਹੈ ਲੇਕਿਨ ਮੈਂ ਤਾਂ ਆ ਕੇ ਕਿ ਵਿਖਿਆ ਦੇ ਹੋ ਗਿਆ ਉਹ ਕਹਿੰਦਾ ਵੀ ਚੱਲ ਫਿਰ ਐਤਕੀ ਕੈਂਪ ਉੱਥੇ ਲਾਵਾਂਗੇ ਉਹ ਮੇਰੇ ਘਰੇ ਕੈਂਪ ਲੱਗਿਆ ਮੇਰੇ ਮੱਖੀਆਂ ਨੂੰ ਵੇਖ ਕੇ ਆਏ ਹੁਣ ਰੱਖੀਆਂ ਨਹੀਂ ਹੁਣ ਮੈਂ ਛੜਛੁੜਦੀਆਂ ਕਿਉਂਕਿ ਮੇਰੀ ਮੇਰੀ ਆ ਹੀ ਨਹੀਂ ਮਤਲਬ ਜਿਹੜੀ ਭਕਾਈ ਹੈ ਬਹੁਤ ਵਾਲੀ ਹੈ ਤਾਂ ਉਹ ਕੋ ਵੀ ਇੱਕ ਮਤਲਬ ਟਾਈਮ ਮੰਗਦੀਆਂ ਨੇ ਕਿਉਂਕਿ ਇਹਨਾਂ ਨੇ ਜਿਹੜਾ ਆ ਸੀਜ਼ਨ ਆਉਂਦੇ ਆ ਨਾ ਦੋ ਸੀਜ਼ਨ ਨੂੰ ਨਾ ਤੇ ਜੀ ਜੀ ਇੱਕ ਤਾਂ ਆਊਗਾ ਫਰਵਰੀ ਮਾਰਚ ਹੂੰ ਇੱਕ ਆਏਗਾ ਅਕਤੂਬਰ ਨਵੰਬਰ ਹੂੰ ਇਹ ਦੋ ਮਹੀਨੇ ਇਹਨਾਂ ਨੇ ਮਤਲਬ ਆਪਦੀ ਬਰੂਡਿੰਗ ਕਰਨੀ ਹੁੰਦੀ ਹੈ ਹੂੰ ਉਸ ਟਾਈਮ ਦੇ ਉੱਤੇ ਅਗਰ ਤੁਸੀਂ ਇਹਨਾਂ ਨੂੰ ਸੰਭਾਲ ਨਾ ਸਕੇ ਤਾਂ ਫਿਰ ਸਵਰਮ ਦੇ ਜਾਂਦੀਆਂ ਇਹ ਗਾਂ ਦੀਆਂ ਉੱਡ ਜਾਂਦੀਆਂ ਤਾਂ ਫਿਰ ਜਿਹੜੀਆਂ ਨਵੀਆਂ ਉੱਡ ਜਾਂਦੀਆਂ ਪੁਰਾਣੀਆਂ ਤੁਹਾਡੇ ਕੋਲੇ ਰਹਿ ਜਾਂਦੀਆਂ ਉਹ ਵਿਚਾਰੀਆਂ ਬੁੱਢੀਆਂ ਹੋ ਜਾਂਦੀਆਂ ਉਹ ਕਰ ਨਹੀਂ ਸਕਦੀਆਂ ਕੋਈ ਇਹਨਾਂ ਨੂੰ ਪੂਰਾ ਧਿਆਨ ਦੇਣਾ ਪੈਂਦਾ ਮੇਰਾ ਕਹਿਣ ਦਾ ਪਾਬ ਕੀ ਸੀ ਕਿ ਉਸ ਵੇਲੇ ਜਿਹੜਾ ਉਹ ਕੰਮ ਕੀਤਾ ਡਾਕਟਰ ਜੀਐਸ ਗਟੋਰੀਆ ਨੇ ਜਾ ਕੇ ਮੱਖੀ ਚੈੱਕ ਕੀਤੀ ਤੇ ਮੱਖੀ ਚੈੱਕ ਕਰਕੇ ਇਹ ਕਿਹਾ ਕਿ ਠੀਕ ਆ ਵਾਕਈ ਇਹ ਇੰਨੇ ਦਿਨਾਂ ਦੀ ਹੈ ਕਿਉਂਕਿ ਉਹ ਡਾਕਟਰ ਸੀ ਇਹ ਵਕਈ ਇੰਨੇ ਦਿਨਾਂ ਦੀ ਹੈ ਇਹ ਕਿਵੇਂ ਕੀਤੀ ਹੈ ਮੇਡ ਕਿਵੇਂ ਕਰਾਈ ਸਾਰੀਆਂ ਗੱਲਾਂ ਕੀਤੀਆਂ ਫਿਰ ਉਹਨਾਂ ਨੇ ਪਤਾ ਕੀ ਕਿ ਕਿਤਾਬ ਚ ਕੀ ਲਿਖਿਆ ਕਿ ਰਾਣੀ ਮੱਖੀ ਕਿਦੋਂ ਮਰਜੀ ਤਿਆਰ ਕੀਤੀ ਜਾ ਸਕਦੀ ਹੈ ਬਟਾ ਮੇਲ ਹੋਣੇ ਜ਼ਰੂਰੀ ਹੈ ਹੂੰ ਇਹ ਇੱਕ ਲਾਈਨ ਪਾਉਣ ਦੇ ਵਿੱਚ ਆਪਾਂ ਸਫਲ ਹੋਏ ਆ ਉਹਨਾਂ ਦੀ ਕਿਤਾਬ ਚ ਇੰਨੇ ਜੀ 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 ਸ਼ੁਕਰੀਆ ਡੱਲੇਵਾਲ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਾਂ ਇਹ ਸੀ ਕਿ ਜਗਜੀਤ ਸਿੰਘ ਡੱਲੇਵਾਲ ਬੀਕੇਯੂ ਸਿੱਧੂ ਪਰਦੇ ਪ੍ਰਧਾਨ ਨੇ ਬਹੁਤ ਹੀ ਆ ਪਿਆਰੀਆਂ ਜੀਆਂ ਗੱਲਾਂ ਕੀਤੀਆਂ ਨੇ ਇਹਨਾਂ ਦੇ ਜੀਵਨ ਦੇ ਉੱਤੇ ਇਹਨਾਂ ਦੇ ਸੰਘਰਸ਼ ਦੇ ਉੱਤੇ ਆਪਣੇ ਵਿਆਹ ਬਾਰੇ ਗੱਲਾਂ ਕੀਤੀਆਂ ਨੇ ਹੋਰ ਕਾਲ ਆਰ ਟਾਈਮ ਦੀਆਂ ਗੱਲਾਂ ਕੀਤੀਆਂ ਨੇ ਸਾਡੇ ਨਾਲ ਅੱਜ ਦਾ ਪੌਡਕਾਸਟ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਬਹੁਤ ਬਹੁਤ ਧੰਨਵਾਦ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਸ਼ੁਕਰੀਆ